ਜੱਟ ਇਹ ਸਮਝਦਾ ਵੀ ਜਿਹੜਾ ਜੱਟ ਹੁੰਦਾ ਉਹੋ ਹੀ ਸਿੱਖ ਹੁੰਦਾ ਸਾਡੀ ਸ਼ਰਤ ਲੱਗੀ ਆ ਵੀ ਮੈਂ ਇਹ ਕਹਿੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਜੱਟ ਆ ਜੱਟ ਹੋਏ ਆ ਇਹ ਹੀ ਕਹਿੰਦਾ ਸਾਨੂੰ ਪ੍ਰੇਖ ਸਾਹਿਬ ਨੇ ਪੜਾਇਆ ਸੀ ਵੀ ਉਹ ਖਤਰੀ ਹੋਏ ਇਹ ਗੁਰੂ ਤਾਂ ਫੇ ਆਪ ਸਿੱਖ ਨਹੀਂ ਹੋਏ ਕਹਿੰਦਾ ਇਹ ਸਿੱਖੀ ਦਾ ਕਿਦਾਂ ਪ੍ਰਚਾਰ ਕਰ ਸਕਦੇ ਜਿਹੜੀ ਹਿਸਟਰੀ ਗੁਰਦੁਆਰਿਆਂ ਦੇ ਵਿੱਚ ਦੱਸੀ ਜਾਂਦੀ ਆ ਉਹ ਸ਼ਰਦਾ ਦੇ ਵਿੱਚ ਲਪੇਟੀ ਹੋਉਂਦੀ ਸ਼ਰਦਾ ਦੇ ਵਿੱਚ ਫੇ ਉਹ ਗੱਲਾਂ ਵੀ ਆਉਂਦੀਆਂ ਜਿਹੜੀਆਂ ਪੋਸੀਬਲ ਨਹੀਂ ਐ ਮਰਦਾਨੇ ਨੇ ਕਿਹਾ ਜੀ ਵੀ ਮੈਂ ਤਾਂ ਮੱਕੇ ਦਾ ਹੱਜ ਕਰਨਾ ਚਾਹੁੰਨਾ ਮੈਂ ਤਾਂ ਮੱਕਾ ਜਾਣਾ ਚਾਹੁੰਨਾ ਮੱਕੇ ਚਲੀਏ ਉਹ ਕਹਿੰਦੇ ਅੱਛਾ ਮੱਕੇ ਚਾਲ ਮਰਦਾਨੇ ਅੱਖਾਂ ਮੀਟ ਅੱਖਾਂ ਮੀਟ ਮਰਦਾਨੇ ਨੇ ਅੱਖਾਂ ਮੀਟੀਆਂ ਜੀ ਮਦਾਨੇ ਖੋਲ ਅੱਖਾਂ ਮੱਕੇ ਪਹੁੰਚ ਗਏ ਹੁਣ ਇਹ ਜਿਹੜੀ ਗੱਲ ਹੈਗੀ ਆ ਇਹ ਜੇ ਹੁਣ ਤੁਸੀਂ ਉੱਥੇ ਕਰੋਗੇ ਉੱਥੇ ਸੰਗਤਾਂ ਜੋ ਕਾਫੀ ਸੈਕਸ਼ਨ ਹੋਣਾ ਜਿਹਨੂੰ ਐਕਸੈਪਟ ਕਰ ਲੈਣੀ ਹੈ ਜੀ ਪਰ ਇਦਾਂ ਹੋਈ ਨਹੀਂ ਹੈ ਇਦਾਂ ਹੋ ਸਕਦੇ ਨਹੀਂ ਹੈ ਜੇ ਮੈਂ ਕੱਲ ਨੂੰ ਇਹ ਗਾਂ ਜਾ ਕੇ ਜੀ ਮੈਂ ਕ੍ਰਿਸਚੀਅਨ ਹੋਣਾ ਮੈਂ ਹੋ ਸਕਦਾ ਜੇ ਮੈਂ ਇਹ ਗਾਂ ਜਾ ਕੇ ਜੀ ਮੈਂ ਜੱਟ ਤੋਂ ਬ੍ਰਾਹਮਣ ਬਣਨਾ ਚਾਹਨਾ ਉਨੀ-ਉਨੀ ਮੈ ਉਸਰਨ ਉਹ ਜਿਹੜੇ ਇਹ ਤਲਵਾਰਬਾਜ਼ ਵੀ ਬਣ ਗਏ ਜਾ ਕੇ ਤੇ ਘੋੜਸਵਾਰ ਵੀ ਬਣ ਗਏ ਤਾਂ ਉਹਦੇ ਨਾਲ ਕੀ ਹੋਇਆ ਇੱਕ ਕਿਸਮ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵੇਲੇ ਫੌਜ ਬਣਾਈ ਤਾਂ ਉਹਨਾਂ ਨੂੰ ਬਣਾ ਬਣਾਇਆ ਸਮਾਨ ਮਿਲ ਗਿਆ ਇੱਕ Hindu ਕੁੜੀ ਦਾ ਜ਼ਬਰਦਸਤੀ ਵਿਆਹ ਮੁਸਲਮਾਨ ਮੁੰਡੇ ਨਾਲ ਹੋਇਆ ਔਰ ਮੌਲਵੀਆਂ ਨੇ ਉਹਦੀ ਕਹਿਤਾ ਵੀ ਇਹ ਸ਼ਰਅ ਦੇ ਅਨਸਾਰ ਆ ਕਿ ਮੈਂ ਹੁਣ ਭਗਵਤ ਗੀਤਾ ਦੇਖਿਆ ਜਿਹਦੀ ਕਿੰਨੀਆਂ ਹੀ ਆ ਪਤਾ ਕਾਫੀਆਂ ਪਤਾ ਨਹੀਂ ਲੱਗਦਾ ਕਿਹੜੀ ਮੈਨੂੰ ਇੱਕ ਨੇ ਭੇਜੀ ਸੀ ਜਿਹੜੀ ਆ origignal ਆ ਦੀ ਭਗਵਤ ਗੀਤਾ ਉਹ ਬਿਲਕੁਲ ਹੀ ਡਿਫਰੈਂਟ ਹੈ ਜਿਹੜੀ ਦੂਜਿਆਂ ਨਾਲੋਂ ਉਹਨੇ ਗੋੜ ਦਾ ਮੰਦਿਰ ਬਣਾਇਆ ਇਦਾਂ ਨਹੀਂ ਬਣਾਇਆ ਬੇ ਇਹ ਕਿਸੇ ਗੁਰੂ ਦਾ ਮੰਦਿਰ ਆ ਜਾਂ ਕਿਸੇ ਹੋਰ ਦਾ ਮੰਦਿਰ ਆ ਜਾਂ ਕਿਸੇ ਚੇਲੇ ਦਾ ਮੰਦਿਰ ਆ ਜਾਂ ਕਿਸੇ ਸਾਧ ਦਾ ਮੰਦਿਰ ਐ ਨੋ ਗੋੜ ਦਾ ਮੰਦਿਰ ਤੁਸੀਂ ਸ਼ਾਮਿਲ ਹੋ ਦਹਰਜਿੰਦਰ ਸਿੰਘ ਸ਼ੋਵਕ RNF 589.1 ਤੇ 93.1 CQYE ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਸੱਜਣਾ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਗੱਲਬਾਤ ਕਰਨਗੇ ਪੰਜਵੇਂ ਪਾਤਸ਼ਾਹ ਨੇ ਕਿਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕੀਤਾ ਅਤੇ ਜਿਹੜੀ ਸਾਡੇ ਦਰਬਾਰ ਸਾਹਿਬ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੂੰ ਇਸ ਨੂੰ ਸਥਾਪਿਤ ਕਰਨ ਲਈ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਇਹ ਇੱਕ ਐਸਾ ਕੰਮ ਸੀ ਜਿਹੜਾ ਉਹ ਕਰ ਗਏ ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਉਸ ਸ਼ਹਾਦਤ ਦੀ ਜਿਹੜੀ ਲਾਸਾਨੀ ਕੁਰਬਾਨੀ ਹੈ ਉਹ ਸਾਰੇ ਸੰਸਾਰ ਦੇ ਵਿੱਚ ਕੋਈ ਮਿਸਾਲ ਇਸ ਤਰ੍ਹਾਂ ਦੀ ਨਹੀਂ ਮਿਲਦੀ ਲੇਕਿਨ ਉਹਨਾਂ ਦੀ ਜਿਹੜੀ ਫਿਲਾਸਫੀ ਕੀ ਸੀ ਉਹ ਕੀ ਕਹਿਣਾ ਚਾਹੁੰਦੇ ਸਨ ਔਰ ਸਾਡੇ ਲਈ ਕੀ ਛੱਡ ਕੇ ਗਏ ਨੇ ਉਹਨੂੰ ਅਸੀਂ ਕਿਵੇਂ ਇੰਟਰਪ੍ਰੀਟ ਕਰ ਲਿਆ ਹਕੀਕਤ ਕੀ ਹੈ ਅੱਜ ਸਾਰੀ ਗੱਲਬਾਤ ਪਰ ਸਭ ਆਪਣੇ ਨਾਲ ਡਿਸਕਸ ਕਰਨਗੇ ਪਰ ਸਭ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਥੈਂਕ ਯੂ ਸੈਨ ਸਰ ਸੈਨ ਸਰ ਅੱਜ ਇੱਕ ਅੱਜ ਨਹੀਂ ਕੱਲ ਕੱਲ ਇੱਕ ਮੈਂ ਸ਼ੇਅਰ ਪੜ ਲਿਆ ਮੈਨੂੰ ਬੜਾ ਉਹਦਾ ਫਾਇਦਾ ਹੋਇਆ ਤਾਂ ਮੈਂ ਵੀ ਉਹ ਕਹਿਣਾ ਚਾਹੁੰਦਾ ਗੱਲਬ ਦਾ ਸ਼ੇਅਰ ਹੈ ਜੀ ਹਾਂਜੀ ਉਹ ਸ਼ੇਅਰ ਹੈ ਜੀ ਕੁਛ ਇਸ ਤਰ੍ਹਾਂ ਮੈਨੇ ਜ਼ਿੰਦਗੀ ਕੋ ਆਸਾਨ ਕਰ ਲਿਆ ਕੁਛ ਇਸ ਤਰ੍ਹਾਂ ਮੈਨੇ ਜ਼ਿੰਦਗੀ ਕੋ ਆਸਾਨ ਕਰ ਲਿਆ ਕਿਸੇ ਸੇ ਮਾਫੀ ਮੰਗ ਲਈ ਕਿਸੇ ਕੋ ਮਾਫ ਕਰ ਦਿੱਤੀ ਇਹ ਸੌਖਾ ਰਹਿੰਦਾ ਨਹੀਂ ਥੋੜਾ ਚਲੋ ਐਨੀਵੇ ਆਪਾਂ ਹੁਣ ਸਿੱਧੇ ਖਦੇਕ ਤੇ ਜਾਂਦੇ ਆਂ ਜੀ ਇੱਕ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੋ ਤਿੰਨ ਗੱਲਾਂ ਇਹ ਕਹਿਣੀਆਂ ਚਾਹੁੰਦਾ ਜੀ ਕਿ ਇੱਕ ਤਾਂ ਜਿਹੜਾ ਹਿਸਟਰੀ ਆ ਜਾਂ ਇਤਿਹਾਸ ਹੈ ਇਹਨੂੰ ਇਤਿਹਾਸਕ ਐਂਗਲ ਤੋਂ ਦੇਖੀਏ ਆਪਾਂ ਇਹਨੂੰ ਜਿਹੜਾ ਫੋਰ ਕੁਐਸਚਨ ਲਈ ਧਾਰਮਿਕ ਐਂਗਲ ਤੋਂ ਛੱਡ ਦਈਏ ਇਤਿਹਾਸਕ ਐਂਗਲ ਤੋਂ ਹੀ ਦੇਖੀਏ ਜਾ ਕੇ ਔਰ ਫਿਰ ਅਸੀਂ ਠੀਕ ਰਹਾਂਗੇ ਅ ਨਹੀਂ ਅਸੀਂ ਇੱਧਰ ਉੱਧਰ ਹੋ ਜ ਹੋ ਜਾਣੇ ਆ ਜੀ ਹੁਣ ਇਸ ਵੇਲੇ ਤੱਕ ਜਾਨੀ ਮੈਂ ਇੱਕ ਮੈਂ ਕਹਾਂ ਭੀ ਇੱਕ ਸਮਾਂ ਆ ਗਿਆ ਸੀ ਜਿਸ ਵੇਲੇ ਸਿੱਖ ਮੂਵਮੈਂਟ ਪੂਰੇ ਉਰੂਜ ਤੇ ਸੀ ਉਸ ਵੇਲੇ ਸਿੱਖ ਮੂਵਮੈਂਟ ਹੀ ਸਹੀ ਮੈਂ ਨੇ ਸਿੱਖ ਹਿਸਟਰੀ ਪੰਜਾਬ ਹਿਸਟਰੀ ਬਣ ਗਈ ਸੀ ਹਮ ਸਿੱਖ ਜਾਂ ਪੰਜਾਬ ਹਿਸਟਰੀ ਸਿੱਖ ਹਿਸਟਰੀ ਬਣ ਗਈ ਸੀ ਇੰਨੀ ਇਹ ਵਸੀਹੇ ਸਿਗਾ ਜਾ ਕੇ ਸੋ ਪਰ ਇਹਦੇ ਵਿੱਚ ਸਾਡੇ ਨਾਲ ਜਿਹੜੀ ਜ਼ਿਆਦਾ ਗੱਲ ਮੈਂ ਕਹਿਣੀ ਚਾਹੁੰਦਾ ਵੀ ਸਾਡੇ ਜਿਹੜੇ ਸੁਣਨ ਵਾਲੇ ਆ ਉਹ ਪੰਜਾਬ ਹਿਸਟਰੀ ਜਾਂ इवन ਸਿੱਖ ਹਿਸਟਰੀ ਤੋਂ ਬਹੁਤ ਨਾ ਵਾਕਿਫ ਆ ਹੈਰਾਨੀ ਹੁੰਦੀ ਆ ਵੀ ਉਹਨਾਂ ਨੂੰ ਹਿਸਟਰੀ ਦਾ ਪਤਾ ਹੀ ਕੁਛ ਨਹੀਂ ਹੈ ਜੀ ਮੈਂ ਸੱਚੀ ਗੱਲ ਦੱਸਦਾ ਜੇ ਅਜੇ ਧਰਮ ਦਾ ਪਤਾ ਤਰੰਦ ਦਾ ਪਾਠ ਦਾ ਵੀ ਪਤਾ ਦੂਜਾ ਕਰ ਲੈਂਦੇ ਆ ਜਪਜੀ ਸਾਹਿਬ ਸਾਰਾ ਪਾਠ ਕਾਨੂੰਨ ਕਰਾ ਪਰ ਜੇ ਹਿਸਟਰੀ ਦੀ ਗੱਲ ਕਰੂੰ ਹਿਸਟਰੀ ਦੀ ਗੱਲ ਨਹੀਂ ਕਰ ਮੈਂ ਤੁਹਾਨੂੰ ਇੱਕ ਦੋ ਗੱਲਾਂ ਦੱਸਦਾ ਜਿਹੜੀਆਂ ਮੇਰੇ ਨਾਲ ਵਾਪਰੀਆਂ ਹੂੰ ਸਾਡੇ ਨੇੜੇੋਂ ਵਿੱਚੋਂ ਜਾਣੇ ਉਹਨਾਂ ਦੇ ਇਦਾਂ ਸੀ ਜੀ ਵੀ ਉਹਨੇ ਹਰ ਤੀਜੇ ਚੌਥੇ ਸਾਲ ਅਖੰਡ ਪਾਠ ਕਰਾਉਣਾ ਤਾਂ ਉਹ ਜਿਹੜਾ ਬੰਦਾ ਜਿਹਨੂੰ ਇਹ ਚਾਚਾ ਕਹਿੰਦੇ ਸੀ ਜੀ ਉਹ ਆਪਣਾ ਬੜਾ ਐਕਟਿਵ ਹੋਣਾ ਜੀ ਪਾਠੀਆਂ ਨੂੰ ਲਿਆਉਣਾ ਪਾਠੀਆਂ ਦੀਆਂ ਰਵਾਂ ਦੀਆਂ ਜਗਾਉਣਾ ਸੇਵਾ ਕਰਨਾ ਉਹਨਾਂ ਨੇ ਫੂਡ ਦਾ ਇੰਤਜ਼ਾਮ ਕਰਨਾ ਬਹੁਤ ਬਿਜ਼ੀ ਹੋਣਾ ਰਹਿਣਾ ਤਿੰਨ ਦਿਨ ਜਾ ਕੇ ਜੀ ਅਖੰਡ ਪਾਠ ਹੁੰਦਾ ਜਾ ਕੇ ਤੇ ਮੇਨੰਦਾ ਜੀ ਹਰ ਤੀਜੇ ਚੌਥੇ ਸਾਲ ਮੈਂ ਇੱਕ ਵਾਰ ਉਹਨੂੰ ਪੁੱਛਿਆ ਮੈਂ ਕਿ ਚਾਚਾ ਤੁਹਾਨੂੰ ਦਸਾਂ ਗੁਰੂਆਂ ਦੇ ਨਾਂ ਹੁੰਦੇ ਕਹਿੰਦਾ ਹੁੰਦੇ ਮੈਂ ਕਿਹਾ ਦਸ ਤੇ ਮੈਨੂੰ ਕਹਿੰਦਾ ਪਹਿਲਾ ਕਹਿੰਦਾ ਗੁਰਨਾਨਕ ਮੈਂ ਕਿਹਾ ਗੁਰਨਾਨਕ ਦੇਵ ਜੀ ਕਹਿੰਦਾ ਆਹੋ ਗੁਰਨਾਨਕ ਫਿਰ ਮੈਂ ਕਿਹਾ ਦੂਜਾ ਦੂਜਾ ਕਹਿੰਦਾ ਗੋਵਿੰਦ ਸਿੰਘ ਹਮ ਐਸੇ ਮੈਂ ਕਿਹਾ ਗੁਰੂ ਗੋਵਿੰਦ ਸਿੰਘ ਜੀ ਠੀਕ ਐ ਵੀ ਜਾ ਕੇ ਜੀ ਤੀਜੇ ਮੈਂ ਕਿਹਾ ਦਸ ਤੀਜੇ ਕਹਿੰਦਾ ਅਰਜਨਦਾਸ ਮੈਂ ਕਿਹਾ ਅਰਜਨਦਾਸ ਨਹੀਂ ਅਰਜਨ ਦੇਵ ਜੀ ਅਰਜਨ ਦੇਵ ਜੀ ਚਲੋ ਉਹ ਵੀ ਠੀਕ ਤਿੰਨ ਤੋਂ ਬਾਅਦ ਸੋਚਣ ਲੱਗਾ ਪਿਆ ਫਿਰ ਕਹਿੰਦਾ ਰਵਦਾਸ ਮੈਂ ਕਹਿੰਦਾ ਰਵਦਾਸ ਨਹੀਂ ਹੈ ਚਲੋ ਮੈਂ ਕਹਿੰਦਾ ਮੰਨ ਲੈਨੇ ਗੁਰੂ ਰਾਮਦਾਸ ਜੀ ਨੇ ਤੂੰ ਕਹਿੰਦਾ ਹੋਗਾ ਜੇ ਉਹ ਤੋਂ ਬਾਅਦ ਥਨ ਸਾਹਿਬ ਬੰਦ ਉਹ ਉਹ ਬਾਕੀ ਕੋ ਹੜ ਗਿਆ ਸੇਵਾ ਦੇਖ ਲੋ ਕਿੰਨੀ ਬਾਕੀ ਸੇਵਾ ਕਿੰਨੀ ਕਾ ਬਾਕੀ ਉਹ ਕਹਿੰਦਾ ਜੀ ਬਾਕੀ ਬਾਕੀ ਤਾਂ ਫੇਰ ਬਸ ਇੰਨੇ ਕੋਈ ਆਉਂਦੇ ਮੈਨੂੰ ਜਾ ਕੇ ਸੋ ਇਹ ਉਸ ਬੰਦੇ ਦੀ ਜਿਹਨਾਂ ਦੇ ਖੰਡ ਪਾਠ ਹੁੰਦਾ ਸੀ ਪਤਾ ਨਹੀਂ ਜ਼ਿੰਦਗੀ ਚ ਕਈ ਕਰਾਏ ਹੋਣੇ ਹੁਣ ਜਾ ਕੇ ਇਹ ਤੋਂ ਬਿਨਾਂ ਮੈਂ ਹੋਰ ਤੁਹਾਨੂੰ ਦੱਸ ਦਿੰਦਾ ਜੀ ਮੇਰੇ ਜਾ ਕੇ ਮੈਂ ਇਹ ਗੱਲ ਦੱਸੀ ਸੀ ਅੱਗੇ ਇੱਕ ਵਾਰ ਮੈਂ ਇੱਕ ਵਾਰ ਬੰਬਈ ਤੋ ਆ ਰਿਹਾ ਸੀ ਕੁੱਛਤੀਆਂ ਦੇ ਵਿੱਚ ਤਾਂ ਗੱਡੀ ਦੇ ਵਿੱਚ ਮੇਰੇ ਕੋਲ ਦੋ ਬੰਦੇ ਆ ਗਏ ਜੀ ਸਟੂਡੈਂਟ ਉਹ ਕਹਿੰਦੇ ਜੀ ਸਾਡੀ ਸ਼ਰਤ ਲੱਗ ਗਈ ਆ ਸਾਡੀ ਸ਼ਰਤ ਲੱਗੀ ਆ ਵੀ ਮੈਂ ਇਹ ਕਹਿੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਜਾਟਿਆ ਜੱਟ ਹੋਏ ਆ ਇਹ ਆਖੇ ਕਹਿੰਦਾ ਸਾਨੂੰ ਪ੍ਰੇਖ ਸਾਹਿਬ ਨੇ ਪੜਾਇਆ ਸੀ ਵੀ ਉਹ ਖੱਤਰੀ ਹੋਏ ਆ ਤੁਸੀਂ ਦੱਸੋ ਦਸਾਂ ਦਾ ਸਰਪਈਆਂ ਦੇ ਹਰ ਤੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਸਿੱਖੀਜ਼ਮ ਦੇ ਵਿੱਚ ਜਾਤ ਪਾਤ ਹੈ ਨਹੀਂ ਉਹ ਕਿਸੇ ਜ਼ਾਤ-ਪਾਤ ਨੂੰ ਨਹੀਂ ਮੰਨਦੇ ਇਹ ਕੋਈ ਉੱਥੇ ਇਸ਼ਿਊ ਨਹੀਂ ਹੈ ਭਈ ਖੱਤਰੀ ਆ ਜਾਂ ਜੱਟ ਆ ਭਈ ਉਦਾਂ ਜੇ ਤੁਸੀਂ ਮੈਨੂੰ ਪੁੱਛਦੇ ਆਂ ਭਈ ਕੀ ਸੇਤਾ ਉਹਨਾਂ ਦਾ ਜਿਹੜਾ ਜਨਮ ਸੀ ਉਹ ਖੱਤਰੀ ਕਲਾਸ ਸੀ ਹੋਇਆ ਸਾਰੇ ਗੁਰੂਆਂ ਦਾ ਮੈਂ ਕਿਹਾ ਖੱਤਰੀ ਕਲਾਸ ਸੀ ਹੋਇਆ ਖੱਤਰੀ ਹੋਇਆ ਸਾਰੇ ਜਾ ਕੇ ਤੇ ਉਹ ਕਹਿੰਦਾ ਮੈਂ 10 ਰੁਪਏ ਲੈ ਗਿਆ ਜੀ ਤੇ ਉਹ ਫਿਰ ਮੇਰੇ ਕੋਲ ਬੈਠਾ ਰਿਹਾ ਜੀ ਮੇਰੇ ਕੋਲ ਬੈਠਾ ਹੋਇਆ ਫਿਰ ਮੈਨੂੰ ਕਹਿੰਦਾ ਮੇਰੀ ਫੀਲ ਬਹੁਤ ਖਰਾਬ ਹੋ ਗਈ ਜੀ ਮੈਂ ਕਿਹਾ ਤੇਰੀ ਫੀਲ ਕਿਉਂ ਖਰਾਬ ਹੋ ਗਈ ਕਹਿੰਦਾ ਜੀ ਮੈਂ ਤਾਂ ਸਾਰਿਆਂ ਨੂੰ ਜੱਟ ਸਮਝਦਾ ਰਿਹਾ ਉਮਰ ਹੈ ਜੱਟ ਹੋਇਆ ਖੱਤਰੀ ਹੋ ਤੈਨੂੰ ਇਸ ਗੱਲ ਦੇ ਨਾਲ ਕਿ ਫਿਰ ਸਿੱਖੇ ਦੁਨਾਂ ਤੈਨੂੰ ਕੀ ਪਵੇ ਮੈਂ ਦੱਸਣ ਦੀ ਇਹ ਕੋਸ਼ਿਸ਼ ਕਰ ਰਿਹਾ ਮੈਂ ਕੁਝ ਨਹੀਂ ਪਤਾ ਜਿਹੜੇ ਬੰਦੇ ਆਪਣੇ ਹੈਗੇ ਉਹਨਾਂ ਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਭਈ ਜਾਨੀ ਇਹ ਕੌਣ ਹੋਇਆ ਕੌਣ ਨਹੀਂ ਹੋਇਆ ਦੂਇਆ ਇੱਕ ਹੋਰ ਮੈਂ ਇਹ ਤੋਂ ਵੀ ਹੈਰਾਨੀ ਵਾਲੀ ਦੱਸਦਾ ਜੀ ਅਸੀਂ ਉੱਥੇ ਰਾਮਗੜੀ ਕਾਲਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਲਾਇਬ੍ਰੇਰੀ ਕਾਇਮ ਕਰ ਲਈ ਸਪੈਸ਼ਲ ਸੈਕਸ਼ਨ ਕੀਤਾ ਪੰਜਾਬ ਹਿਸਟਰੀ ਦੇ ਉੱਤੇ ਬਣਾਇਆ ਤੇ ਉਹ ਮੇਰਾ ਇੱਕ ਦੋਸਤ ਇੰਗਲੈਂਡ ਤੋਂ ਆਇਆ ਜੀ ਉਹ ਵੀ ਇਹ ਫੇਲ ਸੀ ਚਲੋ ਆਪਾਂ ਇਹ ਕਹਿੰਦੇ ਐਫਏ ਪਾਸ ਕਰਾ ਜੀ ਉਹਨੂੰ ਮੈਂ ਨਾਲ ਲੈ ਗਿਆ ਦਿਖਾ ਲਦਾ ਰਿਹਾ ਜੀ ਮੈਂ ਉਹਨੂੰ ਨਾਲ ਲਾਇਬ੍ਰੇਰੀ ਦਿਖਾ ਲਦਾ ਰਿਹਾ ਨਾਲ ਮੈਂ ਦੱਸਦਾ ਰਿਹਾ ਜੀ ਪੇ ਆਹ ਇਦਾਂ ਉਹ ਦੱਸਦਾ ਰਿਹਾ ਤੇ ਉਹਨੂੰ ਵੀ ਮੈਂ ਇਹ ਗੱਲ ਦੱਸੀ ਵੀ ਇਦਾਂ ਸੇ ਆਪਣੇ ਗੁਰੂ ਸਾਰੇ ਗੁਰੂ ਸਾਹਿਬਾਨ ਜਿਹੜੇ ਸੀਗੇ ਉਹ ਖੱਤਰੀ ਕਲਾਸ ਨਾਲ ਸਾਧ ਦੇ ਤੌਰ ਤੇ ਸੁਤੰਤਰ ਰਹਦੇ ਸੀ। ਫਿਰ ਸਾ ਉਹ ਹੋ ਸੋਚ ਕੇ ਮੈਨੂੰ ਕਹਿੰਦਾ ਇਹ ਗੁਰੂ ਤਾਂ ਫੇ ਆਪ ਸਿੱਖ ਨਹੀਂ ਹੋਏ ਕਹਿੰਦਾ ਇਹ ਸਿੱਖੀ ਦਾ ਕਿਦਾਂ ਪ੍ਰਚਾਰ ਕਰ ਸਕਦੇ ਆ। ਉਹਦਾ ਮਤਲਬ ਉਹ ਕਹਿੰਦਾ ਸੀ ਵੀ ਸਿੱਖ ਤਾਂ ਸਿਰਫ ਜੱਟੇ ਹੁੰਦੇ ਆ। ਹੋਰ ਥੋੜੋ ਕੋਈ ਹੋ ਸਕਦਾ ਸਿੱਖ ਤਾਂ ਸਿਰਫ ਜੱਟ ਹੁੰਦੇ ਆ। ਉਹ ਉਹ ਕਹਿੰਦਾ ਗੁਰੂ ਤਾਂ ਆਪ ਸਿੱਖ ਨਹੀਂ ਹੋਏ ਮੈਨੂੰ ਆਹ ਉਹਨੂੰ ਕਿਹਾ ਮੋਰੋ ਕਹਿੰਦਾ ਗੁਰੂ ਤਾਂ ਆਪ ਸਿੱਖ ਨਹੀਂ ਹੋਏ ਜਾ ਕੇ। ਅੱਛਾ ਇਹ ਤੋਂ ਬੜੀ ਹੋਰ ਸਾਡੇ ਆਪਣੇ ਘਰ ਦੀ ਗੱਲ ਦੱਸਦਾ ਜੀ 1984 ਦੇ ਵਿੱਚ ਜਿਸ ਵੇਲੇ ਸਾਰਾ ਇਹ ਹੋਇਆ ਕਤਲਿਆਮ ਹੋਇਆ ਤੇ ਮੈਂ ਪਿੰਡ ਗਿਆ ਜੀ ਤੇ ਮੇਰੇ ਮੇਰੇ ਮਦਰ ਮੈਨੂੰ ਕਹਿੰਦੇ ਕਹਿੰਦੇ ਅਖੇ ਮੈਨੂੰ ਪਤਾ ਵਾਹਾਂ ਬੜੀਆਂ ਸੀ ਉਹਨਾਂ ਦੇ ਨਾਲ ਚ ਕਹਿੰਦੇ ਅਖੇ ਮੈਨੂੰ ਪਤਾ ਲੱਗਾ ਪਈ ਇੱਕ ਗੱਡੀ ਬੜਰ ਦਿੱਤੀ ਸਾਰੇ ਕਤਲ ਕਰ ਦਿੱਤੀ ਗੱਡੀ ਆਉਂਦੀ ਸੀ ਉੱਚੋਂ ਸਿੱਖਾਂ ਨੂੰ ਕੱਢ ਕੇ ਕਤਲ ਕਰ ਦਿੱਤਾ ਮੈਂ ਕਹਿੰਦਾ ਨਹੀਂ ਐਸੀ ਗੱਲ ਨਹੀਂ ਹੈ ਫਿਰ ਆਪੇ ਮੈਨੂੰ ਕਹਿੰਦੇ ਉਦਾਂ ਕਹਿੰਦਾ ਕਿ ਨਾਲ ਇਹ ਵੀ ਕਹਿੰਦੇ ਆ ਪਈ ਇਹ ਬੋਤੇ ਤਾਂ ਕਈਆਂ ਨੇ ਦਾੜ੍ਹੀ ਕੇਸ ਰੱਖਿਓ ਸੀ ਪੱਗਾਂ ਬੰਨ੍ਹੀਆਂ ਸੀ ਭੁਲੇਖੇ 'ਚ ਉਹੀ ਮਾਰੇ ਗਏ ਸਿੱਖ ਤਾਂ ਥੋੜੇ ਹੀ ਮਾਰੇ ਗਏ ਆ ਉਹਨਾਂ ਦਾ ਮਤਲਬ ਕਹਿੰਦਾ ਸੀ ਪਈ ਜੱਟ ਤਾਂ ਥੋੜੇ ਹੀ ਮਾਰੇ ਗਏ ਆ ਬਾਕੀ ਉਹ ਭੁਲੇਖੇ 'ਚ ਹੀ ਮਾਰੇ ਗਏ ਪਈ ਉਹ ਸਿੱਖ ਥੋੜੇ ਜਿਹੜੇ ਬਾਕੀ ਹੋਰ ਜਾਤਾਂ ਦੇ ਬੰਦਿਆਂ ਨੇ ਜਾਤ ਪਤ ਕਿੰਨਾ ਡੀਪਲੀ ਪੈਨੇਟ੍ਰੇਟ ਹੋ ਚੁੱਕਾ ਕਿੰਨਾ ਡੀਪਲੀ ਪੈਨੇਟ੍ਰੇਟ ਹੋ ਗਿਆ ਕਿਉਂਕਿ ਇਹ ਜੱਟ ਇਹ ਸਮਝਦਾ ਵੀ ਜਿਹੜਾ ਜੱਟ ਹੁੰਦਾ ਉਹ ਹੀ ਸਿੱਖ ਹੁੰਦਾ ਇੰਨੇ ਹੀ ਨਹੀਂ ਪਤਾ ਸਰ ਦੱਸੋ ਹੁਣ ਉਹ ਕੀ ਹਿਸਟਰੀ ਦੀ ਗੱਲ ਕਰੀਏ ਤਾਂ ਕੀ ਆਪਣੇ ਹਾਂ ਜੋ ਹੋਇਆ ਆ ਮੋٹے ਤੌਰ ਤੇ ਆਹ ਹੈ ਨਹੀਂ ਪਤਾ ਹੈ ਜਾ ਕੇ ਵੀ ਇਹ ਜਿਹੜਾ ਹੈਗਾ ਸਾਤਪਾਤ ਹੈ ਨਹੀਂ ਪਰ ਨਹੀਂ ਉਹ ਸਮਝਦੇ ਆ ਜੀ ਕਿ ਜਿਹੜਾ ਜੱਟ ਆ ਉਹ ਉਹ ਹੀ ਸਿੱਖ ਹੁੰਦਾ ਹੋਰ ਤਾਂ ਕੋਈ ਸਿੱਖ ਹੋਈ ਨਹੀਂ ਸਕਦਾ ਜਾ ਕੇ ਸੋ ਇਸ ਕਰਕੇ ਮੈਂ ਇਹ ਕਹਿੰਦਾ ਵੀ ਇਹਦੇ ਨਾਲ ਥੋੜਾ ਜਿਆਦਾ ਦੇਖੋ ਦੇਖੋ ਜਿੱਦਾਂ ਮੈਂ ਕਈ ਵਾਰ ਕਿਹਾ ਵੀ ਆਈ ਏਮ ਨੋਟ ਅ ਰਿਲੀਜਿਅਸਮ ਪਰ ਮੈਂ ਇੱਕ ਗੱਲ ਕਹਿੰਦਾ ਤੁਸੀਂ ਮੰਨੋ ਕਿਸੇ ਵੀ ਰਿਲੀਜਨ ਨੂੰ ਮੰਨੋ ਜਾ ਕੇ ਪਰ ਉਹਦੇ ਚ ਗਿਆਨ ਪ੍ਰਾਪਤਤਾ ਕਰੋ ਉਹਦਾ ਉਹਦੇ ਹਿਸਟਰੀ ਦਾ ਕੋਈ ਜਾਣਨ ਦੀ ਕੋਸ਼ਿਸ਼ ਤਾਂ ਕਰੋ ਜੇ ਹੁਣ ਸਿੱਖ ਰਿਲੀਜਿਅਸਮ ਚ ਤੁਸੀਂ ਯਕੀਨ ਕਰਦੇ ਆ ਤਾਂ ਸਿੱਖ ਰਿਲੀਜਿਅਸਮ ਦੀ ਹਿਸਟਰੀ ਦਾ ਤਾਂ ਥੋੜਾ ਜਿਹਾ ਪਤਾ ਲੱਗੇ ਤੇ ਉਹ ਵੀ ਤਾਂ ਪਤਾ ਲੱਗੇ ਵੀ ਹੈ ਪਤਾ ਹੈ ਕੀ ਹਿਸਟਰੀ ਦਾ ਉਹਦੀ ਫਲਸਫੀ ਦਾ ਪਤਾ ਤਾਂ ਲੱਗੇ ਵੀ ਹੈ ਕਿ ਅੱਛਾ ਹੁਣ ਜੇ ਦੇਖਿਆ ਜਾਵੇ ਗੁਰਦੁਆਰਾ ਸਾਹਿਬਾਨ ਨੇ ਬਹੁਤ ਕੰਮ ਕੀਤਾ ਸਿੱਖੀ ਨੂੰ ਫਲਾਉਣ ਦੇ ਲਈ ਬਾ ਸਿੱਕ ਨੂੰ ਬਲੰਲੇ ਵੀ ਕੀਤਾ ਸੀ ਕਿ ਹਿਸਟਰੀ ਵੀ ਕੀਤਾ ਇਹ ਨਹੀਂ ਮੈਂ ਮਤਲਬ ਸੇ ਹਿਸਟਰੀ ਗੱਲ ਵੀ ਕੀਤੀ ਆ ਪਰ ਹੁਣ ਇੱਥੇ ਗੱਲ ਇਹ ਆ ਜਾਂਦੀ ਆ ਵੀ ਜਿਹੜੀ ਹਿਸਟਰੀ ਗੁਰਦੁਆਰਿਆਂ ਦੇ ਵਿੱਚ ਦੱਸੀ ਜਾਂਦੀ ਆ ਉਹ ਸ਼ਰਧਾ ਦੇ ਵਿੱਚ ਲਪੇਟੀ ਹੋਂਦੀ ਆ ਉਹ ਉਹਨਾਂ ਦੀ ਸ਼ਰਧਾ ਹੁੰਦੀ ਆ ਬਾ ਉਹ ਨਰੋਲ ਜਿਦਾਂ ਸ਼ੁਰੂ ਵਿੱਚ ਮੈਂ ਇੱਕ ਭਿਖਾ ਕਿਹਾ ਵੀ ਇਤਿਹਾਸ ਨੂੰ ਇਤਿਹਾਸਕ ਐਂਗਲ ਤੋਂ ਦੇਖੀਏ ਉਹ ਇਤਿਹਾਸ ਨੂੰ ਇਤਿਹਾਸਕ ਐਂਗਲ ਤੋਂ ਨਹੀਂ ਦੇਖਿਆ ਜਾਂਦਾ ਉੱਥੇ ਇਤਿਹਾਸ ਨੂੰ ਧਾਰਮਿਕ ਐਂਗਲ ਤੋਂ ਦੇਖਿਆ ਜਾਂਦਾ ਸੋ ਇਸ ਕਰਕੇ ਉਹਦੇ ਸ਼ਰਦਾ ਹੁੰਦੀ ਆ ਉਹ ਸ਼ਰਦਾ ਦੇ ਵਿੱਚ ਫੇ ਉਹ ਗੱਲਾਂ ਵੀ ਆਉਂਦੀਆਂ ਜਿਹੜੀਆਂ ਪੋਸੀਬਲ ਨਹੀਂ ਹੈ ਜਿਵੇਂ ਹੁਣ ਮੈਂ ਤੁਹਾਨੂੰ ਮੋٹے ਤੌਰ ਤੇ ਇੱਕ ਇੱਕੋ ਹੀ ਮਿਸਾਲ ਦਊਗਾ ਬਹੁਤੀ ਨਹੀਂ ਉਹ ਇਹ ਕਹਿੰਦੇ ਜੀ ਫੇ ਮਰਦਾਨੇ ਨੇ ਕਿਹਾ ਜੀ ਵੇ ਮੈਂ ਤਾਂ ਮੱਕੇ ਦਾ ਹੱਜ ਕਰਨਾ ਚਾਹੁੰਨਾ ਮੈਂ ਤਾਂ ਮੱਕਾ ਜਾਣਾ ਚਾਹੁੰਨਾ ਮੱਕੇ ਚਲੀਏ ਉਹ ਕਹਿੰਦੇ ਅੱਛਾ ਮੱਕੇ ਚਾਲ ਮਰਦਾਨੇ ਆ ਮੀਟ ਆਖਾਂ ਅੱਖਾਂ ਮੀਚ ਲਾ ਮਰਦਾਨੇ ਨੇ ਅੱਖਾਂ ਮੀਚ ਲਈਆਂ ਜੀ ਮਰਦਾਨੇ ਆ ਖੋਲ ਅੱਖਾਂ ਮੱਕੇ ਪਹੁੰਚ ਗਏ ਹੁਣ ਇਹ ਜਿਹੜੀ ਗੱਲ ਹੈਗੀ ਆ ਇਹ ਜੇ ਹੁਣ ਤੁਸੀਂ ਉੱਥੇ ਕਰੋਗੇ ਉੱਥੇ ਸੰਗਤਾਂ ਚੋ ਕਾਫੀ ਸੈਕਸ਼ਨ ਹੋਣਾ ਜਿਹਨੀਆਂ ਐਕਸੈਪਟ ਕਰ ਲੈਣੀਆਂ ਜੇ ਪਰ ਇਦਾਂ ਹੋਈ ਨਹੀਂ ਹੈ ਇਦਾਂ ਹੋ ਸਕਦੀ ਨਹੀਂ ਹੈ ਸੋ ਇੱਕ ਤਾਂ ਇੱਥੇ ਸਾਡਾ ਜਿਹੜਾ ਇਹ ਕਰਨ ਦਾ ਮਕਸਦ ਇਹ ਪਹਿਲਾਂ ਕੋਈ ਵੀ ਗੱਲ ਹੁੰਦੀ ਹੈ ਜੀ ਹਿਸਟਰੀ ਦੀ ਵੀ ਹੁੰਦੀ ਹੈ ਇਹ ਆਪਣੇ ਦਿਮਾਗ ਨੂੰ ਤਿੱਖਾ ਕਰਕੇ ਸੋਚੋ ਕੀ ਇਹ ਹੋ ਸਕਦੀ ਹੈ ਕੈਨ ਇਟ ਹੈਪਨ ਇਹ ਗੱਲ ਹੋ ਸਕਦੀ ਹੈ ਜੇ ਤੁਹਾਡਾ ਦਿਮਾਗਿਆਂ ਦਾ ਹੋ ਸਕਦੀ ਆ ਫਿਰ ਐਕਸੈਪਟ ਕਰੋ ਉਦਾਂ ਨਹੀਂ ਹੈ ਵੀ ਫਲਾਣ ਨੇ ਕਹੇ ਤਾਂ ਫਲਾਣੇ ਹਿਸਟਰੀ ਦਾ ਮਤਲਬ ਇਹ ਹੈ ਮੇਰਾ ਇੱਥੇ ਜ਼ਿਆਦਾ ਜ਼ੋਰ ਇਸੇ ਗੱਲ ਤੇ ਲੱਗਦਾ ਹੈਗਾ ਜਾ ਕੇ ਵੀ ਥਿੰਕ ਕਰੋ ਜਾ ਕੇ ਥਿੰਕ ਕਰਕੇ ਗੱਲ ਨੂੰ ਮੰਨੋ ਉਦਾਂ ਨਾ ਮੰਨੋ ਜਿਹੜੀ ਹੈਗੀ ਇਹ ਗੱਲ ਮੰਨਣ ਨੂੰ ਇਹ ਜਿਹੜੀ ਹਿਸਟਰੀ ਹੈ ਇਸ ਤਰ੍ਹਾਂ ਦੇਖੋ ਮੰਨਣਾ ਜਾਂ ਨਾ ਮੰਨਣਾ ਇਹ ਤੁਹਾਡਾ ਆਪਣਾ ਮਤਲਬ ਹੈ ਤੁਹਾਡਾ ਆਪਣਾ ਰਿਲੀਜੀਅਨ ਹੈ ਤੁਸੀਂ ਆਪਣਾ ਹਿੰਦੂ ਹੋਵੋ ਸਿੱਖ ਹੋਵੋ ਮੁਸਲਮਾਨ ਕੁਝ ਵੀ ਹੋਵੋ ਜਾਂ ਨਾ ਵੀ ਮੰਨੋ ਇਹ ਤੁਹਾਡਾ ਆਪਣਾ ਮਤਲਬ ਹੈ ਪਰ ਤਿੱਖਾ ਸਿੰਕ ਥਿੰਕਿੰਗ ਦੀ ਗੱਲ ਜ਼ਰੂਰ ਆਵੇ ਇਹਦੇ ਵਿੱਚ ਸੋਚਣਾ ਜਿਹੜਾ ਹੈਗਾ ਉਹ ਬਹੁਤ ਬਹੁਤ ਜ਼ਰੂਰੀ ਹੈ ਆਪਣੀ ਸੋਚ ਨੂੰ ਤਿੱਖਾ ਕਰਨਾ ਜਿਹੜਾ ਕਰੀਏ ਇਹ ਕਰੀਏ ਬਾਕੀ ਜਿਹੜੀਆਂ ਅੱਜ ਮੈਂ ਗੱਲਾਂ ਕੁਝ ਕਰਨੀਆਂ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਜਾ ਕੇ ਇਹ ਗੱਲ ਨੂੰ ਇਸੇ ਕਰਕੇ ਨੈਗਲੈਕਟ ਨਾ ਕਰ ਲਿਓ ਕਿ ਇਹ ਪਹਿਲਾਂ ਕਦੇ ਕਿਸੇ ਨੇ ਕੀਤੀ ਨਹੀਂ ਹੈ ਪਹਿਲੇ ਇਹ ਇਹ ਇਹਦਾ ਰੀਜ਼ਨ ਹੈ ਤੁਸੀਂ ਇਹ ਸੋਚਿਓ ਕਿ ਇਹ ਗੱਲ ਜਿਹੜੀ ਹੈ ਇਹਦੇ ਪਿੱਛੇ ਕੋਈ ਵਜਨ ਹੈ ਜਾਂ ਨਹੀਂ ਵਜਨ ਹੈਗਾ ਜੇ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਦੇਖੋ ਇੱਕ ਸਿੱਖ ਮੂਵਮੈਂਟ ਦਾ ਥិន ਸਾਹਿਬ ਇੱਕ ਮੈਂ ਗੱਲ ਦੱਸਾਂ ਕਿ ਸਿੱਖ ਮੂਵਮੈਂਟ ਇੰਨੀ ਬਣ ਗਈ ਆ ਕੇ ਇਹ ਇਹ ਤਾਂ ਹੋਇਆ ਜੀ ਕਿ ਕੋਈ ਜੱਟਾਂ ਦੀ ਕੰਟ੍ਰਿਬਿਊਸ਼ਨ ਬਹੁਤ ਹੈ ਇਸ ਮੂਵਮੈਂਟ ਨੂੰ ਅੱਗੇ ਲਿਉਣ ਲਈ ਕੰਟਰੀਬਿਊਸ਼ਨ ਬਹੁਤ ਹੈ ਉਹ ਇੰਨੀ ਕੰਟਰੀਬਿਊਸ਼ਨ ਹੋਗੇ ਵੀ ਉਹ ਸਮਝਦੇ ਹੈ ਹੀ ਅਸੀਂ ਹੈ ਸਾਰੇ ਜਾਰੇ ਜਦੋਂ ਹੁਣ ਮੈਂ ਤੈਨੂੰ ਦੱਸਦਾ ਇੱਕ ਥੋੜਾ ਜਿਹਾ ਨਾਲ ਮੈਂ ਮਿਸਾਲ ਦੇਣਾ ਤੁਰਕਸ਼ ਇਸਤੀ ਜੇ ਤੁਸੀਂ ਦੇਖੋ ਨਾ ਜੀ ਇਹ ਤੁਰਕਾਂ ਨੇ ਉਹਦੇ ਵਿੱਚ ਇੰਨਾ ਕੰਮ ਉਹਦੇ ਵਿੱਚ ਕੀਤਾ ਇੰਨਾ ਕੰਮ ਕੀਤਾ ਇਹ ਸਿੱਖ ਹਸਤੀ ਨਾਲ ਕਾਫੀ ਮਿਲਦੀ ਜਲਦੀ ਗੱਲ ਆ ਉਹ ਵੀ ਸਾਰੇ ਕਬੀਲੇ ਹੁੰਦੇ ਸੀ ਜੀ ਕਬੀਲਿਆਂ ਨੇ ਫਿਰ ਇੱਕ ਬੰਦਾ ਉੱਠਿਆ ਜੀ ਇੱਕ ਬੰਦਾ ਉੱਠ ਕੇ ਉਹਨਾਂ ਜਾ ਕੇ ਜਿਹੜੇ ਹੈਗੇ ਸਾਰੇ ਕਬੀਲੇ ਇਕੱਠੇ ਕੀਤੇ ਜੀ ਜਿੰਨੇ ਸੇ ਲੜਾਈਆਂ ਕਰਕੇ ਬਾਜ਼ੰਟਿਨ ਅੰਪਾਇਰ ਖਰਕੇ ਉਹਨ ਉੱਥੇ ਤੁਰਕ ਅੰਪਾਇਰ ਕਾਇਮ ਕਰ ਲਈ ਜਾਗੇ ਤਿਗਾ ਜੀ ਇਦਾਂ ਹੀ ਸਿੱਖ ਇਤਿਹਾਸ ਦੀ ਤੁਸੀਂ ਦੇਖੋ ਨਾ ਕਿਦਾਂ ਹੌਲੀ ਹੌਲੀ ਮਿਸਲਾਂ ਜਿਹੜੀਆਂ ਸੀ ਇਹ ਮਿਸਲਾਂ ਸਾਰੀਆਂ ਨੂੰ ਫੇਰ ਇੱਕ ਤੋੜ ਕੇ ਇੱਕ ਬੰਦਾ ਵਿੱਚੋਂ ਨਿਕਲਿਆ ਇੱਕ ਬੰਦੇ ਨੇ ਫਿਰ ਇਥੇ ਰਾਜ ਕਾਇਮ ਕਰ ਲਿਆ ਸੋ ਮੇਰਾ ਖਿਆਲ 131280 ਤੋਂ ਬਾਅਦ ਦੀਆਂ ਗੱਲਾਂ ਆਏ ਉਹਦੇ ਵਿੱਚ ਤੁਰਕੀ ਸਿੱਖੀ ਦੇ ਵਿੱਚ ਸੋ ਇਦਾਂ ਹੀ ਮਿਲਦੀ ਜੁਲਦੀਆਂ ਜਿਹੜੀਆਂ ਗੱਲਾਂ ਉੱਥੇ ਹੈਗੀਆਂ ਜਾ ਕੇ ਅੱਛਾ ਹੁਣ ਜਿਹੜੀ ਗੱਲ ਪਹਿਲਾਂ ਤਾਂ ਮੈਂ ਮੋٹے ਤੌਰ ਤੇ ਦੱਸ ਦਿਆਂ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ 1563 ਵਿੱਚ ਹੋਇਆ ਬਿਲਕੁਲ ਮੋٹے ਤੌਰ ਤੇ ਦੱਸ ਦਿਆਂ 1581 ਵਿੱਚ ਉਹ ਗੁਰੂ ਬਣੇ ਜਾ ਕੇ ਤੇ ਨੇ ਕਿਉਂ ਹਚੋ ਨਾ ਸੋ 15 15 15 1500 1500 ਤੇ 1606 ਦੇ ਵਿੱਚ ਉਹਨਾਂ ਹੀ ਸ਼ਹੀਦ ਹੋ ਗਈ ਠੀਕ ਹੈ ਨਾ ਸਿਰਫ ਉਹ ਜਿਹਨਾਂ ਇਕਲੋ ਸਮ ਕਿੰਨੀ ਉਮਰ ਵਿੱਚ 43 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਸ਼ਹੀਦੀ ਹੋ ਗਈ ਉਹਨਾਂ ਦੇ ਜਾ ਕੇ ਠੀਕ ਸੋ ਬਾਕੀ ਉਹਨਾਂ ਦੇ ਜੇ ਪਹਿਲਾਂ ਥੋੜੇ ਦੱਸ ਦਵਾ ਪਹਿਲਾਂ ਜਿਹੜੇ ਹੈਗੇ ਉਹਨਾਂ ਦੇ ਪਿਤਾ ਜੀ ਗੁਰੂ ਰਾਮਦਾਸ ਸੀਗੇ ਗੁਰੂ ਰਾਮਦਾਸ ਜੀ ਦੇ ਫਾਦਰ ਇਨ ਲਾਸੇ ਗੁਰੂ ਅਮਰਦਾਸ ਤੇ ਪਹਿਲੇ ਗੁਰੂ ਹੋਏ ਗੁਰੂ ਨਾਨਕ ਦੇਵ ਜੀ ਦੂਜੇ ਜਿਹੜੇ ਹੋਏ ਆ ਉਹ ਆਪਣੇ ਗੁਰੂ ਅੰਗਦ ਦੇਵ ਜੀ ਮੈਂ ਤਰ੍ਹਾਂ ਮਿੰਦੂ ਵੀ ਗੁਰੂ ਅੰਗਦ ਦੇਵ ਜੀ ਫੇ ਅਮਰਦਾਸ ਜੀ ਰਾਮਦਾਸ ਜੀ ਤੇ ਫਿਰ ਉਹ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਤੇ ਆਪਣੇ ਗੁਰੂ ਹਰਗੋਬਿੰਦ ਤੇ ਗੁਰੂ ਹਰਿ ਰਾਏ ਤੇ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਇਹ ਸਾਰੇ ਆਪਾਂ ਇੱਕ ਵਾਰ ਅੱਗੇ ਕੀਤਾ ਸੀ ਸਾਰੇ ਗੁਰੂ ਸਾਹਿਬਾਨ ਦੀ ਜਿਹੜੀ ਇਹ ਸਾਰੇ ਗੁਰੂ ਸਾਹਿਬਾਨ ਇਸ ਧਰਤੀ ਦੇ ਉੱਤੇ ਕੋਈ 263 ਸਾਲ ਰਹੇ ਹੈ 1469 ਤੋਂ ਲੈ ਕੇ 1708 ਤੱਕ ਕੋਈ 263 ਸਾਲ ਇਸ ਧਰਤੀ ਦੇ ਉੱਤੇ ਰਹੇ ਸੋ ਆਪਾਂ ਗੱਲ ਕਰਨੀ ਹੈਗੀ ਹੁਣ ਇਸ ਸੈਕਸ਼ਨ ਦੀ ਜਿਹੜਾ ਆ ਆ ਗੁਰੂ ਸਾਹਿਬ ਦਾ ਹੋਇਆ ਹੁਣ ਇਹਦੇ ਵਿੱਚ ਇਹਨਾਂ ਦੀਆਂ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਟਾਈਮ ਆ ਇਹ ਬਹੁਤ ਇਵੈਂਟਫੁਲ ਸੀਗਾ। ਇਹ ਅਨ ਇਵੈਂਟਫੁਲ ਸੀ। ਹਿਸਟੋਰਿਕਲੀ ਮੈਂ ਇਹ ਦੱਸ ਦਵਾਂ ਸਾਰੇ ਗੁਰੂਆਂ ਦੀ ਜਿਹੜੀ ਸਿੱਖ ਮੂਵਮੈਂਟ ਨੂੰ ਕੰਟਰੀਬਿਊਸ਼ਨ ਆ ਉਹ ਇੱਕੋ ਜਿਹੀ ਨਹੀਂ ਹੈ। ਧਾਰਮਿਕ ਤੌਰ ਤੇ ਹੈ ਜੋਤ ਇੱਕੋ ਹੀ ਆ। ਜੋਤ ਸਾਰਿਆਂ ਦੀ ਇੱਕ ਹੀ ਆ ਪਰ ਜੇ ਆਪਾਂ ਇਹ ਕਹੀਏ ਵੀ ਜਿੰਨਾ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਉਨੇ ਗੁਰੂ ਹਰਿਕ੍ਰਿਸ਼ਨ ਜੀ ਨੇ ਕੀਤਾ ਤਾਂ ਇਦਾਂ ਹਿਸਟੋਰਿਕਲੀ ਇਦਾਂ ਨਹੀਂ ਹੋਇਆ। ਹਾਂ ਸਾਰਿਆਂ ਦੀ ਕੰਟਰੀਬਿਊਸ਼ਨ ਅਲੱਗ-ਅਲੱਗ ਆ ਗਿਆ ਕਿਸੇ ਦੀ ਕਿੰਨੀ ਹੈ ਕਿਸੇ ਦੀ ਕਿੰਨੀ ਹੈ ਸੋ ਇਹ ਜਿਹੜਾ ਪੀਰੀਅਡ ਹੈ ਗੁਰੂ ਅਰਜਨ ਦੇਵ ਜੀ ਦਾ ਇਹ ਬਹੁਤ ਇਵੈਂਟਫੁਲ ਪੀਰੀਅਡ ਹੋਇਆ ਇਹਦੇ ਵਿੱਚ ਬਹੁਤ ਗੱਲਾਂ ਹੋਈਆਂ ਜਾ ਕੇ ਇਹਦੇ ਵਿੱਚ ਔਰ ਕੰਪੈਰੀਟਿਵਲੀ ਗੁਰੂ ਰਾਮਦਾਸ ਜੀ ਦਾ ਉਹਨਾਂ ਨਹੀਂ ਸੀ ਹੈ ਜਿੰਨਾ ਫਿਰ ਗੁਰੂ ਅਰਜਨ ਦੇਵ ਜੀ ਦਾ ਇਨੀ ਸਮਝੋ 1581 ਤੋਂ ਲੈ ਕੇ 1606 ਤੱਕ ਜਾ ਕੇ ਬਹੁਤ ਕੰਮ ਕੀਤੇ ਜਾ ਕੇ ਹੁਣ ਇਹਨਾਂ ਸਾਰਿਆਂ ਕੰਮਾਂ ਦੇ ਵਿੱਚੋਂ ਜੇ ਆਪਾਂ ਇਹ ਸ਼ੁਰੂ ਕਰੀਏ ਇਹਦੇ ਚੋਂ ਇੱਕ ਖਾਸ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਹੈ ਵੀ ਇੱਥੇ ਆ ਕੇ ਇਹਨਾਂ ਦੀ ਅਪਾਇੰਟਮੈਂਟ ਵੇਲੇ ਗੁਰਗੱਦੀ ਜੱਦੀ ਹੋ ਗਈ ਇੱਥੋਂ ਇਹ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗੁਰੂ ਰਾਮਦਾਸ ਜੀ ਜਿਹੜੇ ਸਗੇ ਗੁਰੂ ਰਾਮਦਾਸ ਜੀ ਸੋਢੀ ਕਲਨ ਨਾਲ ਤਲਕ ਰੱਖਦੇ ਸੀ ਖੱਤਰੀਆਂ ਦਾ ਜਿਹੜਾ ਸੋਢੀ ਵੰਸ਼ ਸੀ ਉਹਨਾਂ ਤਲਕ ਰੱਖਦੇ ਸੀ ਜਿਹੜੇ ਗੁਰੂ ਅਮਰਦਾਸ ਜੀ ਸੇ ਉਹ ਭੱਲਾ ਸਖਤ ਲੈਣ ਨਾਲ ਤਲਕ ਰੱਖਦੇ ਸੀ ਗੁਰੂ ਅੰਗਦ ਦੇਵ ਜੀ ਤਰੇ ਨਾ ਰੱਖਦੇ ਸੀ ਗੁਰੂ ਨਾਨਕ ਦੇਵ ਜੀ ਬੇਦੀ ਨਾ ਤਖਤੇ ਇਤੋ ਵੇ ਜਿਹੜੀ ਗੱਦੀ ਹੁੰਦੀ ਆ ਫੇ ਸੋਡੀਆਂ ਜੇ ਰਹਿੰਦੀ ਆ ਅਖੀਰ ਤੱਕ ਅਖੀਰ ਤੱਕ ਵੀ ਸੋਡੀਆਂ ਜੇ ਰਹਿੰਦੀ ਆ ਇੱਥੋਂ ਸ਼ੁਰੂ ਹੁੰਦੀ ਸੋਡੀਆਂ ਦੇ ਨਾਲ ਇੱਥੇ ਹੋਇਆ ਹੁਣ ਜਿਹੜੀ ਆ ਜੀ ਅੱਛਾ ਹੋ ਹੁਣ ਜਿਹੜਾ ਹੈਗਾ ਕਿੰਨੇ ਅੱਛਾ ਹੁਣ ਤੁਸੀਂ ਇੱਥੋਂ ਦੇਖੋ ਇੱਥੋਂ ਜਿਸ ਵੇਲੇ ਇਹਨਾਂ ਦੀ ਅਪਾਇੰਟਮੈਂਟ ਹੁੰਦੀ ਆ ਆਪਾਂ 1581 ਦੇ ਵਿੱਚ ਇਹ ਸਾਰਿਆਂ ਜੋ ਛੋਟੇ ਸੀ ਉਮਰ ਦੇ ਵਿੱਚ ਉਹਨਾਂ ਦੇ ਤਿੰਨ ਬੇਟੇ ਸੀਗੇ ਤਿੰਨ ਬੇਟੇ ਸੀ ਪ੍ਰਿਥੀ ਚੰਦ ਮਹਾਦੇਵ ਤੇ ਇਹ ਦੇ ਇਹ ਯਾਨੀ ਸਭ ਤੋਂ ਛੋਟੇ ਸੀ ਪ੍ਰਿਥੀ ਚੰਦ ਸਭ ਤੋਂ ਵੱਡਾ ਸੀਗਾ ਸੋ ਉਸ ਵੇਲੇ ਕੀ ਹੋਇਆ ਕਿ ਪ੍ਰਿਥੀ ਚੰਦ ਜਿਸ ਵੇਲੇ ਇਹਨਾਂ ਦੀ ਅਪਾਇੰਟਮੈਂਟ ਹੋਈ ਤਾਂ ਪ੍ਰਿਥੀ ਚੰਦ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਕਿਹਾ ਕਿ ਕਲੇਮ ਮੇਰਾ ਆ ਕੀ ਕੁਮਬ ਮੈਂ ਬਟਾਇਆ ਹੁਣ ਇਥੋਂ ਕੀ ਗੱਲ ਸ਼ੁਰੂ ਹੋ ਜਾਂਦੀ ਹੈ ਇਥੋਂ ਜਿੱਦਾਂ ਸਮਝੋ ਬਾਦਸ਼ਾਹ ਹਦ ਦੇ ਵਿੱਚ ਕਲੇਮ ਆਉਣ ਲੱਗਾ ਭਾ ਇਦਾਂ ਹੀ ਗੁਰੂ ਸ਼ਿਪ ਤੇ ਉਹਨ ਕਲੇਮ ਕੀਤਾ ਇਸ ਗੱਲ ਦੇ ਉੱਤੇ ਵੀ ਮੇਰਾ ਹੱਕ ਬਣਦਾ ਜੀ ਮੈਨੂੰ ਬਣਾਓ ਉਹ ਕਹਿੰਦੇ ਬਈ ਤੂੰ ਉਹ ਬੇਕਾਰ ਆਦਮੀ ਆ ਹੀ ਵਾਸ ਨਾਟ ਅ ਗੁੱਡ ਮੈਨ ਠੀਕ ਹੈ ਨਹੀਂ ਉਹਨੂੰ ਵੀ ਨਹੀਂ ਕੀਤਾ ਜਿਹੜੇ ਮਹਾਦੇਵ ਸੇ ਹੀ ਵਾਸ ਟੂ ਅਨਵਰਲਡਲੀ ਜਿੱਦਾਂ ਉਹ ਪੂਜਾ ਪਾਸ ਤੇ ਜ਼ਿਆਦਾ ਰਹਿੰਦਾ ਸੀ ਉਹਨੇ ਕਿਹਾ ਬਈ ਤੋ ਵੀ ਕਾਮਕਰ ਸਾ ਨਹੀਂ ਹੋਣਾ ਪਰ ਉਹਨੇ ਕੋਈ ਇਤਰਾਜ਼ ਨਹੀਂ ਕੀਤਾ ਇਤਰਾਜ਼ ਕੀਤਾ ਤੋ ਪਿਰਥੀ ਨੇ ਕੀਤਾ ਜੀ ਔਰ ਵਾਇਲੈਂਟਲੀ ਉਨ ਕੀਤਾ ਜਾ ਕੇ ਉਨ ਜ਼ੋਰ ਨਾਲ ਫੇ ਕੀਤਾ ਜਾ ਕੇ ਇਹ ਜਿਹੜਾ ਹੈਗਾ ਮੈਂ ਕਿਸੇ ਹੱਥ ਵਿੱਚ ਵੀ ਇਹਨਾਂ ਨੂੰ ਬਣ ਨਹੀਂ ਦੇਣਾ ਹੈ ਜੀ ਪਰ ਫਿਰ ਵੀ ਉਨੀ 1581 ਦੇ ਵਿੱਚ ਇਹ ਉਸ ਵੇਲੇ ਉਹਨਾਂ ਦੇ ਗੁਰੂ ਰਾਮਦਾਸ ਜੀ ਦੇ ਇੱਕ ਕਜ਼ਨ ਦੇ ਮੁੰਡੇ ਦੀ ਸੱਤ ਸ਼ਾਦੀ ਸੀ ਉਹਦੇ 'ਚ ਲਾਹੌਰ ਗਏ ਹੋ ਸੀਗੇ ਉਨੀ ਲਾਹੌਰ ਤੋਂ ਆ ਕੇ ਲਾਹੌਰ ਤੋਂ ਜਰ ਆਏ ਤੇ ਇਹਨਾਂ ਨੂੰ ਉਹ ਗੁਰੂ ਜਿਹੜਾ ਹੈ ਥਾਪ ਦਿੱਤਾ ਸੋ 1581 ਦੇ ਵਿੱਚ ਗੁਰੂਸ਼ਿਪ ਜਿਹੜੀ ਹੈਗੀ ਉਹ ਉਹ ਪੰਜਵੇਂ ਗੁਰੂ ਸਾਹਿਬ ਦੇ ਕਮਾਂਡ ਦੇ ਹੇਠ ਆ ਗਈ ਜਾ ਕੇ ਅੱਛਾ ਜੀ ਹਾਂ ਜੀ ਹੁਣ ਆਪਾਂ ਸ਼ੁਰੂ ਕਰਨੇ ਇਹ ਹੈਗੇ ਜਾ ਕੇ ਜੀ ਵੀ ਇਹ ਜਿਹੜੇ ਹੈਗੇ ਆ ਇਹ ਗੁਰੂ ਛਿਪ ਦੇ ਜਿਹੜੇ ਇਨੀ ਸਾਰੇ ਟਾਈਮ ਦੇ ਵਿੱਚ ਕੀਤਾ ਕੀ ਕੀ ਜਾ ਕੇ ਇਹ ਤੋਂ ਪਹਿਲਾਂ ਕਿ ਮੈਂ ਇਹ ਗੱਲ ਕਰਾਂ ਜਾ ਕੇ ਜੀ ਵੀ ਜਿਹੜੇ ਉਹਨਾਂ ਦੇ ਕੰਮ ਕੰਟਰੋਵਰਸ਼ੀਅਲ ਨਹੀਂ ਸੀਗੇ ਜਿਨ੍ਹਾਂ ਦੇ ਵਿੱਚ ਬਹੁਤ ਥੋੜਾ ਆ ਮੈਂ ਇੱਕ ਗੱਲ ਕਰਨੀ ਆ ਉਹ ਕਰਨੀ ਆ ਪਹਿਲਾਂ ਉਹ ਹੀ ਕਰ ਲੈਣੀ ਆ ਜਿਹਦੇ ਵਿੱਚ ਇਹ ਹੈਗਾ ਕਿ ਜਿਹੜਾ ਇਹਨਾਂ ਦਾ ਮਾਝੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਔਰ ਜੱਟਾਂ ਦੀ ਐਂਟਰੀ ਉਹਦੇ ਵਿੱਚ ਕਿਉਂਕੋ ਪਹਿਲਾਂ ਜਿਹੜੀ ਸੀ ਪਹਿਲਾਂ ਜਿਹੜੇ ਸੀਗੇ ਜੱਟਾਂ ਦੀ ਗਿਣਤੀ ਬਹੁਤ ਘੱਟ ਸੀਗੀ ਸਿੱਖਾਂ ਦੇ ਵਿੱਚ ਇਹ ਟਰੇਡਰ ਕਮਿਊਨਿਟੀ ਦੇ ਵਿੱਚ ਜਿਆਦਾ ਜਿਹੜੇ ਸੀਗੇ ਇਹ ਖੱਤਰੀ ਵੰਸ਼ ਦੇ ਵਿੱਚੋਂ ਸੀਗੇ ਔਰ ਖੱਤਰੀ ਵੰਸ਼ ਸੇ ਹੀ ਜ਼ਿਆਦੇ ਉਹਨਾਂ ਦੇ ਫਾਲੋਅਰ ਸੇ ਕਿ ਗੁਰੂ ਨਾਨਕ ਦੇਵ ਜੀ ਦੀ ਫੌਲਣ ਥੋੜੀ ਸੀ ਹੌਲੀ 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 ਵਧਣ ਲੱਗੀ ਇਨੀ ਫੇ ਪ੍ਰਚਾਰ ਬਹੁਤ ਕੀਤਾ ਜਾ ਕੇ ਮਾਝੇ ਦੇ ਵਿੱਚ ਔਰ ਦੁਆਬੇ ਦੇ ਵਿੱਚ ਉਹਦੇ ਨਾਲ ਕੀ ਹੋਇਆ ਵੀ ਜੱਟਾਂ ਦੀ ਐਂਟਰੀ ਹੋ ਗਈ ਵਿੱਚ ਜਿਸ ਵੇਲੇ ਜੱਟਾਂ ਦੀ ਐਂਟਰੀ ਹੋ ਗਈ ਜੱਟਾਂ ਦੀ ਐਂਟਰੀ ਹੋਣ ਦੇ ਨਾਲ ਮੂਵਮੈਂਟ ਨੂੰ ਇੱਕਦਮ ਉਹਦਾ ਕੈਰੈਕਟਰ ਬਦਲ ਗਿਆ ਮੂਵਮੈਂਟ ਦਾ ਉਹ ਕੈਰੈਕਟਰ ਬਦਲ ਗਿਆ ਉਹ ਜਿਹੜਾ ਕੈਰੈਕਟਰ ਪਹਿਲਾਂ ਵਾਲਾ ਕੈਰੈਕਟਰ ਸੀਗਾ ਜਾ ਕੇ ਉਹਦੇ ਨਾਲ ਉਹ ਕਿਉਂਕਿ ਜੱਟ ਜਿਹੜਾ ਹੈ ਉਹ ਬਾਈ ਨੇਚਰ ਜੱਟ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਜਾ ਕੇ ਇੱਕ ਮੈਂ ਫੇਰ ਥੋੜੇ ਸੰਸਾਪ ਕੋਈ ਕਲੀਅਰ ਕਰਾਂਗਾ ਆਪਣੇ ਬੰਦਿਆਂ ਨੂੰ ਜਾ ਕੇ ਇਹ ਇਹ ਕਾਸਟ ਦਾ ਰਿਲੀਜੀਅਨ ਦਾ ਨਹੀਂ ਪਤਾ ਲੱਗਦਾ ਜੀ ਇਹਨਾਂ ਨੂੰ ਜਾਤ ਦਾ ਤੇ ਧਰਮ ਦਾ ਨਹੀਂ ਪਤਾ ਲੱਗਦਾ ਉਹ ਕਨਫਿਊਜ਼ ਬਹੁਤ ਕਰਦੇ ਰਹਿੰਦੇ ਇੱਕ ਦੂਏ ਨੂੰ ਗੱਲ ਜਾ ਕੇ ਜਿਹੜੇ ਹੈਗੇ ਆ ਉਹ ਵੀ ਇੱਕ ਮੈਂ ਕਲੀਅਰ ਕਰਦਾ ਜਿਹੜਾ ਧਰਮ ਹੈਗਾ ਇਹ ਹੈਗਾ ਬਾਈ ਅਡਾਪਸ਼ਨ ਤੁਸੀਂ ਕੋਈ ਵੀ ਧਰਮ ਅਡਾਪਟ ਕਰ ਸਕਦੇ ਆ ਮੈਂ ਜਿਹੜਾ ਹੈਗਾ ਜੇ ਸਿੱਖ ਆ ਮੈਂ ਕੱਲ ਨੂੰ ਮੁਸਲਮਾਨ ਵੀ ਬਣ ਸਕਦਾ ਮੈਂ ਪਰਸੋਂ ਨੂੰ ਜਾ ਕੇ ਕ੍ਰਿਸਚੀਅਨ ਵੀ ਬਣ ਸਕਦਾ ਜਾ ਕੇ ਮੈਂ ਆਪਣਾ ਧਰਮ ਬਦਲ ਸਕਦਾ ਪਰ ਜਿਹੜਾ ਭਾਰਤੀ ਕਲਚਰ ਆ ਉਹਦੇ ਮਸਾਬ ਵਿੱਚ ਜਿਹੜੀ ਕਾਸਟ ਆ ਉਹ ਬਦਲੀ ਨਹੀਂ ਜਾ ਸਕਦੀ ਆ ਤੁਸੀਂ ਕਾਸਟ ਨਹੀਂ ਬਦਲ ਸਕਦੇ ਹੁਣ ਜਿਹੜੀ ਕਾਸਟ ਹੈ ਹੈਗੀ ਸਾਰੀ ਬਰੇ ਸਗੀਰ ਤੇ ਬਰੇ ਸਗੀਰ ਦਾ ਮਤਲਬ ਨੇਪਾਲ ਪਾਕਿਸਤਾਨ ਇੰਡੀਆ ਇਹ ਜਿਹੜੇ ਮੁਲਕ ਹੈ ਇਹਨਾਂ ਮੁਲਕਾਂ ਦੇ ਵਿੱਚ ਇਹ ਕਾਸਟ ਹੈ ਹੋਰ ਦੁਨੀਆ 'ਚ ਕਾਸਟ ਹੈ ਨਹੀਂ ਕਿਤੇ ਵੀ ਜਾ ਕੇ ਜਾਤ ਹੋਰ ਨਹੀਂ ਹੈ ਕਿਤੇ ਵੀ ਬਾਕੀ ਟ੍ਰਾਈਬ ਆ ਕਬੀਲੇ ਆਪਣੇ ਆਪਣੇ ਹੁੰਦੇ ਪਰ ਜਾਤ ਇੱਥੇ ਆ ਔਰ ਜਿਹੜੀ ਜਾਤ ਆ ਉਹ ਬਾਈ ਬਰਸਿਆ ਹੁਣ ਜੇ ਮੈਂ ਚੇਂਜ ਨਹੀਂ ਕਰ ਸਕਦਾ ਉਹ ਚੇਂਜ ਨਹੀਂ ਕਰਦਾ ਹੁਣ ਜੇ ਮੈਂ ਕੱਲ ਨੂੰ ਇਹ ਕਹਾਂ ਜਾ ਕੇ ਜੀ ਮੈਂ ਕ੍ਰਿਸਚੀਅਨ ਹੋਣਾ ਮੈਂ ਹੋ ਸਕਦਾ ਜੀ ਮੈਂ ਕਹਾਂ ਜਾ ਕੇ ਜੀ ਮੈਂ ਜੱਟ ਤੋਂ ਬ੍ਰਾਹਮਣ ਬਣਨਾ ਚਾਹਣਾ ਉਹ ਨਹੀਂ ਉਹ ਨਹੀਂ ਮੈਂ ਹੋ ਸਕਦਾ ਅੱਛਾ ਦੂਜੀ ਗੱਲ ਕੀ ਆ ਪੇ ਮੈਂ ਹੁਣ ਇਹ ਕਹਿ ਸਕਦਾ ਜੀ ਪੇ ਮੈਂ ਜਾਤ ਪਾਤ ਨੂੰ ਮੰਨਦਾ ਨਹੀਂ ਐ ਮੈਂ ਕਿਸੇ ਧਰਮ ਨੂੰ ਵੀ ਮੰਨਦਾ ਨਹੀਂ ਮੈਂ ਕਹਿ ਸਕਦਾ ਪੇ ਮੈਂ ਧਰਮ ਨੂੰ ਮੰਨਣਾ ਜੀ ਉਹ ਕਹਿੰਦੇ ਪੇ ਜਾਤ ਪਾਤ ਨੂੰ ਮੰਨ ਚਾਹੇ ਨਾ ਮੰਨ ਤੂੰ ਜੱਟ ਤਾਂ ਹੈਗਾ ਹੀ ਨਾ ਕਿਉਂਕਿ ਬਾਈ ਭਰਥੇ ਹੈ ਜਾ ਕੇ ਸੋ ਇਹਦੇ ਤੇ ਵੀ ਥੋੜਾ ਜਿਹਾ ਕਲੀਅਰ ਹੋਲੀ ਐ ਪੇ ਜਾਤ ਹੋਰ ਚੀਜ਼ ਐ ਧਰਮ ਹੋਰ ਚੀਜ਼ ਐ ਬਿਲਕੁਲ ਹਾਂਜੀ ਆਪਾਂ ਯਾ ਤੇ ਧਰਮ ਜਿਹੜਾ ਹੈਗਾ ਆ ਧਰਮ ਬਦਲਿਆ ਜਾ ਸਕਦਾ ਹੈ ਜਾਤ ਜਿਹੜੀ ਹੈਗੀ ਆ ਇੰਡੀਅਨ ਫਲਸਫੇ ਦੇ ਮਤਲਬ ਇਹ ਬਾਈ ਬਰਸਿਆ ਬਦਲੀ ਨਹੀਂ ਜਾ ਸਕਦੀ ਤੁਸੀਂ ਉੱਥੇ ਰਹਿਣਾ ਹੈਗੇ ਜਾ ਕੇ ਸੋ ਉਹ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਆ ਜੀ ਉਹਨਾਂ ਦੀਆਂ ਪਹਿਲੀਆਂ ਅਚੀਵਮੈਂਟ ਜਦੋਂ ਉਹ ਨਹੀਂ ਮਾਝੇ ਦੇ ਦੋਆਬੇ ਦੇ ਵਿੱਚ ਪ੍ਰਚਾਰ ਕਰਕੇ ਜੱਟਾਂ ਦੀ ਆਪਣੇ ਐਂਟਰੀ ਕਰੋ ਐਂਟਰੀ ਐਂਟਰੀ ਸਿੱਖ ਧਰਮ ਦੇ ਵਿੱਚ ਸਿੱਖ ਸਿੱਖ ਧਰਮ ਦੇ ਵਿੱਚ ਬੜੀ ਲਾਰਜ ਗਿਣਤੀ ਦੇ ਵਿੱਚ ਸਿੱਖ ਉਹਦੇ ਵਿੱਚ ਆਏ ਜਾ ਕੇ ਸੌਰੀ ਜਾ ਜਾਟ ਆ ਉਹਦੇ ਵਿੱਚ ਜਾਟਾ ਕੇ ਸਿੱਖੀ ਸਿੱਖੀ ਦਾ ਧੁਰਾ ਬਣ ਗਏ ਉਸ ਵੇਲੇ ਖੇਤੀ ਕਰਨ ਵਾਲੇ ਕਿਸਾਨ ਸੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਵਿੱਚ ਆ ਪ੍ਰਚਾਰ ਹੋਇਆ ਤਾਂ ਉਹ ਬੇਸਿਕਲੀ ਹੁਣ ਮੈਂ ਇਹ ਦੱਸਣਾ ਚਾਹਣਾ ਕਿ ਇਹ ਜਿਹੜੀ ਮੂਵਮੈਂਟ ਹੌਲੀ 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 ਕਿਸਾਨੀ ਮੂਵਮੈਂਟ ਕਿੱਦਾਂ ਕਨਵਰਟ ਹੋਈ ਜੀ ਕਿਸਾਨ ਕਿਸਾਨੀ ਮੂਵਮੈਂਟ ਕੀ ਕੋ ਬਾਅਦ ਦੇ ਵਿੱਚ ਤਾਂ ਆਪਾਂ ਨੂੰ ਯਾਦ ਆਪਾਂ ਇੱਕ ਪ੍ਰੋਗਰਾਮ ਇੱਥੇ ਕੀਤੇ ਸੀਗੇ ਕਈ ਜਾ ਕੇ ਵੀ ਇਹ ਜਿਹੜੀ ਮੂਵਮੈਂਟ ਜਿਸ ਵੇਲੇ ਗੁਰੂ ਦਸਵੇਂ ਗੁਰੂ ਸਾਹਿਬ ਤੋਂ ਬਾਅਦ ਸ਼ੁਰੂ ਹੋਈ ਬਾ ਤਾਂ ਇਹ ਮੂਵਮੈਂਟ ਸਿਰਫ ਵਜ਼ੀਰ ਖਾਨ ਤੋਂ ਬਦਲਾ ਲਊ ਮੂਵਮੈਂਟ ਨਹੀਂ ਸੀ ਇਹ ਜਿਹੜੀ ਮੂਵਮੈਂਟ ਸੀ ਜ਼ੁਲਮ ਦੇ ਖਿਲਾਫ ਔਰ ਜਿਹੜੇ ਜ਼ਮੀਨੀ ਸੁਧਾਰਾਂ ਦੇ ਮਜ਼ਾਰਿਆਂ ਦੇ ਹੱਕ ਦੇ ਵਿੱਚ ਮੂਵਮੈਂਟ ਚੱਲੀ ਆ ਜਿਹਦੀ ਜ਼ਮੀਨ ਦੁਆਈ ਉਹਨਾਂ ਨੂੰ ਇਹ ਆਪਾਂ ਕਰ ਚੁੱਕੇ ਹਾਂ ਇਹ ਆਪਾਂ ਕਰ ਚੁੱਕੇ ਹਾਂ ਮੂਵਮੈਂਟ ਹੁਣ ਉਹਦਾ ਕਿੱਥੋਂ ਮੂਵਮੈਂਟ ਨਿਕਲਦੀ ਆ ਉਹਦੀ ਗੱਲ ਆਪਾਂ ਕਰਾਂਗੇ ਹਾਂ ਬਸ ਤੁਸੀਂ ਦੱਸਣ ਲੱ ਗੁਰੂ ਸਾਹਿਬ ਦਾ ਜਿਹੜਾ ਪੀਰੀਅਡ ਸੀ ਉਹ ਬੜਾ ਇਵੈਂਟ ਫੁੱਲ ਸੀ। ਅੱਛਾ ਆ ਜਿਹੜੀ ਮੈਂ ਗੱਲ ਕਰਨ ਲੱਗਾ ਇਹਨੂੰ ਜਿਹੜੇ ਉਹਨਾਂ ਦੇ ਮੁੱਖ ਕੰਮ ਆ ਆਮ ਇਤਿਹਾਸਕਾਰ ਇਹਨੂੰ ਮੁੱਖ ਮੁੱਖ ਚ ਨਹੀਂ ਰੱਖਦੇ ਹੈ। ਕਿਹੜਾ ਜਿੱਦਾਂ ਜਿਹੜਾ ਮਾਝੇ ਦੇ ਵਿੱਚ ਪ੍ਰਚਾਰ ਹੋਣਾ ਜਿਹੜਾ ਪ੍ਰਚਾਰ ਹੋਇਆ ਜੱਟਾਂ ਦੇ ਵਿੱਚ ਉਹਦੇ ਨੂੰ ਮੁੱਖ ਵਾਲੇ ਚ ਨਹੀਂ ਰੱਖਦੇ ਪਰ ਉਹ ਹੈਗਾ ਉਹ ਮੁੱਖ ਹੈ ਜਨ ਮੂਵਮੈਂਟ ਨੂੰ ਖੜੀ ਕੀਤਾ। ਮੈਂ ਹੁਣ ਦੱਸਦਾ ਕਿੱਦਾਂ ਜੀ। ਹੁਣ ਜਿਸ ਵੇਲੇ ਉਹਨੇ ਪ੍ਰਚਾਰ ਕੀਤਾ ਜੀ ਤਾਂ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਜੱਟ ਮੂਵਮੈਂਟ ਦੇ ਵਿੱਚ ਆ ਗਏ। ਕੀ ਰਾਬਦ ਗਿਆ ਜੱਟਾਂ ਦੇ ਜ਼ਿਆਦਾ ਆ ਗਿਆ ਉਸ ਵੇਲੇ ਇਕੋ ਨਹੀਂ ਕੀਤਾ ਇਕੋ ਨਹੀਂ ਕੀਤਾ ਇਹ ਜਾ ਕੇ ਇਹ ਜੱਟਾਂ ਨੂੰ ਔਰ ਆਪਣੇ ਫਾਲੋਅਰ ਨੂੰ ਅਨਰਕੋਰਜ ਕੀਤਾ ਕਿ ਤੁਸੀਂ ਟ੍ਰੇਡ ਕਰੋ ਵਪਾਰ ਕਰੋ ਵਪਾਰ ਕਾਹਦਾ ਕਰੋ ਕੋੜਿਆਂ ਦਾ ਕਰੋ ਅੱਛਾ ਵਪਾਰ ਕੋੜਿਆਂ ਦਾ ਕਰੋ ਤਾਂ ਉਹ ਨਹੀਂ ਫਿਰ ਕੋੜਿਆਂ ਦੇ ਵਪਾਰ ਨੂੰ ਜਿਆਦਾ ਅਨਰਕੋਰਜ ਕੀਤਾ ਤਾਂ ਫਿਰ ਜਿਹੜੇ ਉਹਨਾਂ ਦੇ ਫਾਲੋਅਰ ਸੇ ਉਹ ਕੋੜੇ ਮਿਲਦੇ ਸੇ ਜਿਆਦਾ ਅਰਬ ਚੋਂ ਵਧੀਆ ਹੂੰ ਉਹ ਫਿਰ ਅਰਬ ਨੂੰ ਜਾਂਦੇ ਸੀਗੇ ਇਹ ਕੋੜੇ ਖਰੀਦਣ अच्छा ਹੁਣ ਜੋ ਅਰਬ ਨੂੰ ਜਾਂਦੇ ਸੀਗੇ ਤਾਂ ਉਹਦੇ ਵਿੱਚ ਇੱਕ ਤਾਂ ਉਹਨਾਂ ਦਿਨਾਂ ਦੇ ਵਿੱਚ ਇਹ ਬੜੀ ਧਾਰਨਾ ਸੀ ਇੰਡੀਅਨ ਲੋਕਾਂ ਦੇ ਵਿੱਚ ਉਹ ਜੀ ਪਈ ਹਿੰਦੁਸਤਾਨ ਦੀ ਹੱਦ ਜੇ ਤੁਸੀਂ ਪਾਰ ਕਰ ਜਾਂਦੇ ਆ ਤਾਂ ਤੁਹਾਡਾ ਧਰਮ ਖਰਾਬ ਹੋ ਜਾਂਦਾ ਇੱਕ ਤਾਂ ਉਹ ਨਹੀਂ ਇਹ ਵਹਿਮ ਜਿਹੜਾ ਸੀ ਉਹ ਉਹਨਾਂ ਟੁੱਟਾ ਇਹ ਜਾ ਕੇ ਕਿ ਨਹੀਂ ਵੀ ਕੋਈ ਖਰਾਬ ਨਹੀਂ ਹੁੰਦੀ ਅੱਛਾ ਦੂਜੇ ਜਿਸ ਵੇਲੇ ਉਹ ਗਏ ਉੱਥੋਂ ਕੋੜੇ ਲੈਣ ਗਏ ਕੋੜੇ ਜਿਹੜਾ ਲੈ ਕੇ ਆਉਂਦੇ ਸੀ ਉਹ ਗੁੱਡ ਕੋੜ ਸਵਾਰ ਬਣ ਗਏ ਹਾਂ ਉਹ ਜਿਹੜੇ ਸੀਗੇ ਉਹਨਾਂ ਨੂੰ ਘੋੜਸਵਾਰ ਚੰਗੇ ਬਣ ਗਏ ਜਾ ਕੇ ਉਹਨਾਂ ਨੂੰ ਘੋੜੇ ਨੂੰ ਹੈਂਡਲ ਕਰਨਾ ਘੋੜੇ ਤੇ ਚੜਨਾ ਘੋੜੇ ਤੇ ਦੌੜਨਾ ਉਹ ਆ ਗਿਆ ਜਾ ਕੇ ਉਹਨਾਂ ਨੂੰ ਤੀਜਾ ਉਹਨਾਂ ਨੂੰ ਇਹ ਹੈ ਪੇ ਜਿਸ ਵੇਲੇ ਉਹ ਘੋੜੇ ਲੈ ਕੇ ਆਉਂਦੇ ਸੇ ਤਾਂ ਰਾਹ 'ਚ ਉਹਨਾਂ ਨੂੰ ਡਾਕੂ ਪੈਂਦੇ ਹੁੰਦੇ ਸੇ ਜੀ ਘੋੜਿਆਂ ਨੂੰ ਲੁੱਟਣ ਨੂੰ ਉਹਨਾਂ ਨੂੰ ਫੇਰ ਲੜਨਾ ਪੈਂਦਾ ਸੀ ਨਾਲ ਤਲਵਾਰਾਂ ਰੱਖਣੀਆਂ ਪੈਂਦੀਆਂ ਸੀ ਕਿਉਂਕਿ ਉਹਨਾਂ ਨੂੰ ਬਚਾਉਣਾ ਸੀ ਉਹਦੇ ਨਾਲ ਕੀ ਹੋਇਆ ਜੀ ਉਹ ਜੰਗ ਜੂਵੀ ਬਣ ਗਏ ਜੀ ਕਿਉਂਕਿ ਉਹ ਲੜਨਾ ਪੈਂਦਾ ਸੀ ਉਹਨੂੰ ਟ੍ਰੇਨਿੰਗ ਇੱਕ ਕਿਸਮ ਦੀ ਮਿਲਦੀ ਗਈ ਜਾ ਕੇ ਜਾ ਕੇ ਵੀ ਇਹਨਾਂ ਨੂੰ ਕੋੜਿਆਂ ਨੂੰ ਜੇ ਬਚਾਉਣਾ ਹੈਗਾ ਇਹ ਡਾਕੂਆਂ ਤੋਂ ਤਾਂ ਇਹਨਾਂ ਨੂੰ ਸਾਨੂੰ ਲੜਨਾ ਪੈਣਾ ਜਾ ਕੇ ਜੀ ਉਹ ਜਿਹੜੇ ਇਹ ਤਲਵਾਰਬਾਜ਼ ਵੀ ਬਣ ਗਏ ਜਾ ਕੇ ਤੇ ਘੋੜਸਵਾਰ ਵੀ ਬਣ ਗਏ ਤਾਂ ਉਹਦੇ ਨਾਲ ਕੀ ਹੋਇਆ ਇੱਕ ਕਿਸਮ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵੇਲੇ ਫੌਜ ਬਣਾਈ ਤਾਂ ਉਹਨਾਂ ਨੂੰ ਬਣਾ ਬਣਾਇਆ ਸਮਾਨ ਮਿਲ ਗਿਆ ਹਾਂ ਯੋ ਕਿ ਆਲਰੇਡੀ ਟ੍ਰੇਨਡ ਹੋਇਆ ਹੋ ਸੀਗੇ ਜਾ ਕੇ ਉਸ ਵੇਲੇ ਹੋਇਆ ਇਹ ਇਸ ਔਰ ਉਹ ਤੋਂ ਬਾਅਦ ਸਿੱਖ ਮੂਵਮੈਂਟ ਨੂੰ ਫਿਰ ਇਨਕਲਾਬੀ ਜਿਹੜਾ ਲੀਹਾਂ ਦੇ ਉੱਤੇ ਪਾਉਣ ਦੇ ਲਈ ਬੜਾ ਇਸ ਗੱਲ ਨੇ ਯੋਗਦਾਨ ਪਾਇਆ ਸੋ ਅਰਬਜੋ ਲਿਆ ਕੇ ਘੋੜੇ ਉਹ ਹਿੰਦੁਸਤਾਨ ਚ ਬੇਚਦੇ ਸੀ ਹਿੰਦੁਸਤਾਨ ਚ ਬੇਚ ਦਿੰਦੇ ਸੀਗੇ ਔਰ ਰੱਖ ਵੀ ਲੈਂਦੇ ਰੱਖਦੇ ਵੀ ਸੀਗੇ ਹਮ ਹੁਣ ਮਸੰਦਾਂ ਸਾਰਿਆਂ ਕੋਲ ਘੋੜੇ ਹੁੰਦੇ ਸੀਗੇ ਮਸੰਦ ਜਿਹੜੇ ਜਾ ਵੇਖ ਦੀ ਜਗ੍ਹਾ ਤੋਂ ਦੂਜੀ ਜਗ੍ਹਾ ਪ੍ਰਚਾਰ ਕਰਨ ਜਾਂਦੇ ਸੀ ਉਹ ਘੋੜਿਆਂ ਤੇ ਜਾਂਦੇ ਸੀਗੇ ਜਾ ਕੇ ਉਹ ਘੋੜੇ ਵੀ ਫਿਰ ਉਹਨਾਂ ਨੂੰ ਵਧੀਆ ਘੋੜੇ ਮਿਲੇ ਜਿਹੜੇ ਉਥੋਂ ਅਰਬੀ ਘੋੜੇ ਹੁੰਦੇ ਸੀਗੇ ਜਾ ਕੇ ਇੱਕ ਤਾਂ ਇਹ ਬੜਾ ਹੋਇਆਗਾ ਅੱਛਾ ਦੂਜਾ ਇੱਕ ਮੈਂ ਕਰਨਾ ਚਾਹੁੰਦਾ ਇਹਦੇ ਤੇ ਥੋੜਾ ਜਿਹਾ ਟਾਈਮ ਲੱਗਣਾ ਉਸ ਵੇਲੇ ਪੰਜਾਬ ਦੇ ਵਿੱਚ ਕਿਸਾਨੀ ਮੂਵਮੈਂਟ ਕਿਸਾਨੀ ਸੰਘਰਸ਼ ਸ਼ੁਰੂ ਹੋਇਆਇਆ ਸੀ ਉਹ ਹੋਇਆ ਕਿਦਾਂ ਸੀਗਾ ਜੀ ਹੁਣ ਉਸ ਗੱਲ ਹੁਣ ਜਿਸ ਬੰਦੇ ਦੀ ਮੈਂ ਗੱਲ ਕਰਨ ਲੱਗਾ ਇਸ ਬੰਦੇ ਬਾਰੇ ਲਿਖਿਆ ਆ ਸਾਨੂੰ ਕੁਝ ਮਿਲਦਾ ਹੀ ਨਹੀਂ ਹੈ ਕੋਈ ਕੋਈ ਇਸ ਨਹੀਂ ਲਿਖਿਆ ਕੋਈ ਨਾ ਹੈ ਗਵਰਨਮੈਂਟ ਨੇ ਲਿਖਾਇਆ ਨਾ ਇਤਿਹਾਸਕਾਰਾਂ ਨੇ ਲਿਖਾਇਆ ਨਾ ਹੋਇਆ ਕਿਸੇ ਨੇ ਲਿਖਾਇਆ ਪਰ ਉਹ 400 ਸਾਲ ਤੋਂ ਬਾਅਦ ਵੀ ਉਹ ਬੰਦਾ ਅੱਜ ਵੀ ਜਿੰਦਾ ਜਾ ਕੇ ਜੀ ਅੱਛਾ ਉਹ ਕੀ ਹੋਇਆ ਉਸ ਬੰਦੇ ਦਾ ਜਿਹਦਾ ਮੈਂ ਗੱਲ ਕਰਨ ਲੱਗਾ ਉਹ ਮੈਂ ਗੱਲ ਕਰਨ ਲੱਗਾ ਦੁੱਲੇ ਪੱਠੀ ਦੀ ਜੀ ਹਮ ਹੁਣ ਦੁੱਲੇ ਪੱਠੀ ਦਾ ਜਿਹੜਾ ਜਨਮ ਹੋਇਆ ਗੁਰੂ ਸਾਹਿਬ ਦਾ ਜਨਮ ਹੋਇਆ 1563 ਦੇ ਵਿੱਚ ਦੁੱਲੇ ਪੱਠੀ ਦਾ ਜਨਮ ਹੋਇਆ 1569 ਦੇ ਵਿੱਚ ਅੱਛਾ ਉਹ ਉਹਨਾਂ ਤੋਂ 6 ਸਾਲ ਛੋਟਾ ਸੀ ਹੁਣ ਉਹ ਦੁੱਲੇ ਪੱਠੀ ਨੂੰ ਜਿਸ ਵੇਲੇ ਕਤਲ ਕੀਤਾ ਗਿਆ ਉਹ ਕੀਤਾ ਗਿਆ 1599 ਦੇ ਵਿੱਚ ਹੂੰ ਠੀਕ ਹੈ ਨਾ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਹੈ 1606 ਦੇ ਵਿੱਚ ਹੂੰ ਗੁਰੂ ਗ੍ਰੰਥ ਸਾਹਿਬ ਦੀ ਕੰਪਾਈਲੇਸ਼ਨ ਹੋਈ ਹੈ 1604 ਦੇ ਵਿੱਚ ਹੁਣ ਇਹ ਜਿਹੜਾ ਪੀਰੀਅਡ ਸੀ ਦੁੱਲੇ ਪੱਠੀ ਦਾ ਪੀਰੀਅਡ ਉਹ ਗੁਰੂ ਅਰਜਨ ਦੇਵ ਜੀ ਦਾ ਪੀਰੀਅਡ ਇਹ ਇੱਕ ਪੀਰੀਅਡ ਸੀ ਜਿਹਦੇ ਵਿੱਚ ਦੋਨੋਂ ਜਿਹੜੇ ਹੈਗੇ ਆ ਆਪਣੇ ਆਪਣੇ ਹਿਸਾਬ ਦੇ ਨਾਲ ਕੰਮ ਕਰ ਰਹੇ ਜਾਂਗੇ ਦੁੱਲਾ ਪੱਠੀ ਆਪਣੇ ਤੌਰ ਤੇ ਕੰਮ ਕਰ ਰਿਹਾ ਇਹ ਆਪਣੇ ਤੌਰ ਤੇ ਕੰਮ ਕਰ ਰਿਹਾ ਹੈ ਅੱਛਾ ਗੁਰੂ ਸਾਹਿਬ ਦਾ ਵੀ ਜਿਆਦਾ ਬੇਸ ਕਿਸਾਨੀ ਵਿੱਚ ਹੀ ਆ ਗਿਆ ਦੁੱਲੇ ਪੱਠੀ ਦਾ ਵੀ ਸਾਰਾ ਕਿਸਾਨੀ ਸੀਗਾ ਦੁੱਲੇ ਪੱਠੀ ਨੂੰ ਹੁਣ ਤੱਕ ਜਿਹੜਾ ਪੇਸ਼ ਕੀਤਾ ਗਿਆ ਉਹ ਇੱਕ ਧਾੜਵੀ ਡਾਕੂ ਲੁਟੇਰੇ ਦੇ ਤੌਰ ਤੇ ਪੇਸ਼ ਕੀਤਾ ਗਿਆ ਪਰ ਦੁੱਲੇ ਨੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਕਿ ਦੁੱਲੇ ਨਾਟ ਓਨਲੀ ਦੁੱਲੇ ਨੇ ਦੁੱਲੇ ਦੇ ਬਾਬੇ ਨੇ ਸਾੰਦਲ ਨੇ ਉਹਦੇ ਬਾਪ ਫਰੀਦ ਨੇ ਉਹਨਾਂ ਨੇ ਵੀ ਕਿਸਾਨੀ ਲਹਿਰ ਨੂੰ ਅੱਗੇ ਜਨਮ ਦਿੱਤਾ ਜਿਸ ਦੇ ਭਾਰੀ ਟੈਕਸ ਲੱਗ ਗਿਆ ਉਹਨਾਂ ਨੇ ਟੈਕਸਾਂ ਦੇ ਖਿਲਾਫ ਵਿਰੋਧ ਕੀਤਾ ਔਰ ਉਹਨਾਂ ਨੂੰ ਜਿਹੜਾ ਹੈ ਕਤਲ ਕਰ ਦਿੱਤਾ ਗਿਆ ਦੁੱਲੇ ਦਾ ਜਨਮ ਵੀ ਜਿਹੜਾ ਹੋਇਆ ਆਪਣੇ ਬਾਪ ਦੇ ਕਤਲ ਹੋਣ ਤੋਂ ਬਾਅਦ ਬਾਅਦ ਹੋਇਆ ਜਾ ਕੇ ਠੀਕ ਹੈ ਸੋ ਦੁੱਲੇ ਦਾ ਜਿਹੜਾ ਇੱਕ ਹੁਣ ਦੇਖੋ ਦੁੱਲੇ ਦਾ ਏਰੀਆ ਆਫ ਐਕਟੀਵਿਟੀਜ਼ ਵੀ ਪੰਜਾਬ ਸੀ ਗੁਰੂ ਸਾਹਿਬ ਦਾ ਏਰੀਆ ਆਫ ਐਕਟੀਵਿਟੀਜ਼ ਵੀ ਪੰਜਾਬ ਸੀ ਦੁੱਲਾ ਵੀ ਆਪਣੇ ਸਮੇਂ ਦਾ ਬਹੁਤ ਪ੍ਰੋਮਿਨੈਂਟ ਬੰਦਾ ਸੀਗਾ ਗੁਰੂ ਸਾਹਿਬ ਵੀ ਆਪਣੇ ਆਪਣੇ ਟਾਈਮ ਦੇ ਵਿੱਚ ਬੜੇ ਪ੍ਰੋਮਿਨੈਂਟ ਬੰਦੇ ਸੀਗੇ ਦੋਨੋਂ ਹੀ ਮੁਗਲਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਸੀ ਹੁਣ ਦੋਨੋਂ ਜਿਹੜੇ ਸੀਗੇ ਜਾਇਦ ਮੁਗਲਾਂ ਦੇ ਸਰਕਾਰ ਖਿਲਾਫ ਮੈਂ ਉਸ ਵੇਲੇ ਅਜੇ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਇਦਾਂ ਨਹੀਂ ਕਿਹਾ ਪਰ ਦੋਨੋਂ ਹੀ ਕਿਸਾਨੀ ਦੇ ਹੱਕ ਵਿੱਚ ਸੀਗੇ ਹੁਣ ਇਹ ਸਮਝਣਾ ਕਿ ਗੁਰੂ ਸਾਹਿਬ ਦੁੱਲੇ ਨੂੰ ਜਾਣਦੇ ਹੀ ਨਾ ਹੋਊਗੇ ਜਾਂ ਦੁੱਲਾ ਗੁਰੂ ਸਾਹਿਬ ਨੂੰ ਜਾਣਦਾ ਹੀ ਨਾ ਹੋਊਗਾ ਇਹ ਗੱਲ ਪੱਲੇ ਪੈਂਦੀ ਨਹੀਂ ਹੈ ਇਹ ਗੱਲ ਮੈਂ ਹੁਣ ਤਾਂ ਕਰ ਰਿਹਾ ਵੀ ਤੁਸੀਂ ਕਿਉਂਕਿ ਪਹਿਲੀ ਵਾਰ ਗੱਲ ਹੋ ਰਹੀ ਹੈ ਇਸ ਕਰਕੇ ਇਹ ਨਾ ਸਮਝਿਆ ਜਾਵੇ ਪਏ ਇਹ ਤਾਂ ਜੀ ਪਹਿਲੀ ਵਾਰ ਹੈ ਇਸ ਕਰਕੇ ਤੇ ਗੱਲ ਕਰਨ ਦੀ ਲੋੜ ਨਹੀਂ ਹੈ ਇਹ ਇਸ ਇਹ ਅੱਜ ਦੀ ਜਿਹੜੀ ਗੱਲਬਾਤ ਹੈ ਇਹ ਜਿਹੜੇ ਪੰਜਾਬ ਦੇ ਇਤਿਹਾਸਕਾਰ ਔਰ ਸੀਗਾ ਉਹਨਾਂ ਲਈ ਵੀ ਇੱਕ ਚੈਲੰਜ ਹੈ ਵੀ ਇੱਥੇ ਕੰਮ ਕਰੋ ਇਹਦੇ ਤੇ ਕੰਮ ਕਰੋ ਵੀ ਗੁਰੂ ਸਾਹਿਬ ਦਾ ਵਕਤ ਦਾ ਔਰ ਦੁੱਲੇ ਪੱਠੀ ਦਾ ਵਕਤ ਦਾ ਔਰ ਦੋਨਾਂ ਦਾ ਏਰੀਆ ਆਫ ਕੰਮ ਕਰਨਾ ਇੱਕੋ ਹੀ ਸੀਗਾ ਔਰ ਦੋ ਦੋਨਾਂ ਨੇ ਉਹਦੇ ਤੇ ਕੰਮ ਕੀਤਾ ਦੁੱਲੇ ਪੱਠੀ ਨੇ ਦੁੱਲੇ ਪੱਠੀ ਦਾ ਹੀਰੋ ਅੱਜ ਕੱਲ੍ਹ ਉਹ ਫੋਕੀ ਰੋਆ ਬਿਨਾ ਕਿਸੇ ਉਹ ਵੀ ਕੋਈ ਆਰਗੇਨਾਈਜੇਸ਼ਨ ਹੈ ਨਹੀਂ ਜਾ ਕੇ ਉਹ ਉਹਦਾ ਕੋਈ ਸੰਸਥਾ ਹੈ ਨਹੀਂ ਜਾ ਕੇ ਉਹ ਉਹਦਾ ਕੋਈ ਰਿਕਾਰਡ ਹੈ ਨਹੀਂ ਪਰ ਉਹ ਫੇਰ ਵੀ ਪੰਜਾਬ ਦੋਹਾਂ ਪੰਜਾਬਾਂ ਵਿੱਚ ਅੱਜ ਕਰ ਰਹੀ ਹੈ ਲੋਕ ਹਾਲੇ ਤੱਕ ਗੀਤ ਗਾਉਂਦੇ ਉਹਦੇ ਸਿਰ ਸਾਹਿਬ ਗੀਤ ਗਾਉਂਦੇ ਹੁਣ ਤੱਕ ਦੁੱਲੇ ਪੱਠੀ ਨੇ ਰਾਜਪੂਤਾ ਨੂੰ ਔਰ ਜੱਟਾਂ ਨੂੰ ਉਹ ਜਿਹੜਾ ਆਰਗੇਨਾਈਜ਼ ਕੀਤਾ ਕਿਸਾਨਾਂ ਨੂੰ ਆਰਗੇਨਾਈਜ਼ ਕੀਤਾ ਕਿਸਾਨਾਂ ਨੂੰ ਆਰਗੇਨਾਈਜ਼ ਕਰਕੇ ਹੁੰ ਲੜਾਇਆ ਪਰ ਉਹਦਾ ਲੜਨ ਦਾ ਤਰੀਕਾ ਹੋਰ ਤਾਂ ਨਹੀਂ ਸੀ ਉਹ ਜਿਹੜਾ ਇੱਕ ਤੁਹਾਨੂੰ ਮੈਂ ਦੱਸਾਂ ਇੱਕ ਪੰਜਾਬ ਦੇ ਵਿੱਚ ਇਸ਼ਵਰ ਨੋਮੈਨੂ ਪਹੁੰਚਿਆ ਕੋਈ ਇਦਾਂ ਦਾ ਨੋਆ ਜੀ ਉਹ ਈਸ਼ਵਰ ਈਸ਼ਵਰ ਧਿਆਲ ਗੌਰ ਈਸ਼ਵਰ ਧਿਆਲ ਗੌਰ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਦੇ ਵਿੱਚ ਪ੍ਰੋਫੈਸਰ ਆ ਹੋ ਉਹਨੇ ਇੱਕ ਪੁਆਇੰਟ ਚੋ ਲਿਖਿਆ ਉਹਨੂੰ ਉੱਥੇ ਰੈਫਰੈਂਸ ਥੋੜਾ ਜਿਆਦਾ ਦਿੱਤਾ ਆ ਕਿ ਦੁੱਲੇ ਨੇ ਪੰਜਾਬ ਦੇ ਵਿੱਚ ਕਿਸਾਨੀ ਰਿਵੋਲਟ ਕਰਵਾਇਆ ਯਾ ਉਹਨ ਕਿਸਾਨੀ ਰਿਵੋਲਟ ਕਰਵਾਇਆ ਪੰਜਾਬ ਦੇ ਵਿੱਚ ਪਰ ਉਹਨੂੰ ਗਾਹਾਂ ਕਿਸੇ ਨੇ ਚੱਕਿਆ ਨਹੀਂ ਜਾ ਕੇ ਉਹਨ ਦੋ ਲਿਖ ਦਿੱਤੇ ਉਸ ਇੰਨਾ ਕੋ ਹੋ ਗਿਆ ਪੇ ਪੰਜਾਬ ਦੀ ਪੈਜ਼ੈਂਟ ਵਾਰ ਉਹਨ ਕਿਹਾ ਪੀ ਉਹਨ ਦੁੱਲੇ ਨੇ ਸ਼ੁਰੂ ਕੀਤੀ ਜਾ ਕੇ ਅੱਛਾ ਉਹ ਪੰਜਾਬ ਦੀ ਪੈਜ਼ੈਂਟ ਵਾਰ ਜਿਹੜੀ ਸੀਗੀ ਉਹ ਦੁੱਲੇ ਦਾ ਦੁੱਲੇ ਵੇਲੇ ਪੰਜਾਬ ਦੇ ਕਿਸਾਨਾਂ ਵਿੱਚ ਉਥਲ ਪੁਥਲ ਬਹੁਤ ਸੀ ਬਹੁਤ ਉਥਲ ਪੁਥਲ ਹੋਈ ਸੀ ਔਰ ਦੁੱਲੇ ਦੀਆਂ ਐਕਟੀਵਿਟੀਜ਼ ਥੈਂ ਸਾਹਿਬ ਇਨਰਵ ਸੀ ਸੀ ਗਿਆ ਔਰ ਉਹ ਇਨਾ ਜ਼ਿਆਦਾ ਉਹਦੀ ਮੂਵਮੈਂਟ ਫੈਲ ਗਈ ਸੀ ਪੇ ਅਕਬਰ ਨੂੰ ਆਪਣਾ ਕੈਪੀਟਲ ਲਿਆ ਕੇ ਲਾਹੌਰ ਬਣਾਉਣਾ ਪਿਆ ਸੀ ਆਖਰੀ ਦਿਨਾਂ ਵਿੱਚ ਆ ਕੇ ਕਿਉਂਕਿ ਦੁੱਲੇ ਦੇ ਹੀ ਹੈ ਦੁੱਲੇ ਦੀ ਐਗਜ਼ੀਕਿਊਸ਼ਨ ਹੁੰਦੀ ਹੈ 1592 ਵਿੱਚ 1592 ਵਿੱਚ ਮਾਰਿਆ ਜਾਂਦਾ ਉਹ ਤੇ ਅਕਬਰ 1598 ਵਿੱਚ ਖੁਦ ਆਉਂਦਾ ਪੰਜਾਬ ਦੇ ਵਿੱਚ ਹੂੰ ਕੋਦ ਉਹਨਾ ਤੇ ਅਕਬਰ ਦਾ ਜਿਹੜਾ ਵਜ਼ੀਰ ਅਬੁਲ ਫਜ਼ਲ ਫਰਸੀ ਨੀ ਉਹਦਾ ਭਰਾ ਜਿਹੜਾ ਉਹ ਉਹਨੇ ਇਹ ਲਿਖ ਅਬੁਲ ਫਜ਼ਲ ਨੇ ਉਹਨੇ ਲਿਖਿਆ ਕਿ ਅਕਬਰ 1598 ਦੇ ਵਿੱਚ ਆਇਆ ਤੇ ਗੋਇੰਦਵਾਲ ਤੋਂ ਦਰਿਆ ਨੂੰ ਪਾਰ ਕੀਤਾ ਤੇ ਹਾਥੀ ਦੇ ਉੱਤੇ ਪਾਰ ਕੀਤਾ ਤੇ ਉਹ ਗੁਰੂ ਸਾਹਿਬ ਨੂੰ ਮਿਲਿਆ ਹੂੰ ਗੁਰੂ ਸਾਹਿਬ ਦੀਆਂ ਅਕਬਰ ਦੀ ਮੀਟਿੰਗ ਵੀ ਹੋਈ ਹੈ ਜੀ ਅਕਬਰ ਆਇਆ ਉਸ ਵੇਲੇ ਇਹਨੂੰ ਦਬਾਉਣ ਲਈ ਸੀਗਾ ਦੁੱਲੇ ਨੂੰ ਦੁੱਲੇ ਨੂੰ ਦਬਾਉਣ ਲਈ ਔਰ ਦੁੱਲੇ ਨੂੰ ਦਬਾਉਣ ਦੇ ਲਈ ਉਹ ਆਪਣਾ ਕੈਪੀਟਲ ਇੱਥੇ ਬਣਾ ਲਿਆ ਤਨਸਬ ਕਿੰਨੀ ਸਾਲ ਫਿੱਟੇ ਰਿਹਾ ਉਹ ਜਾ ਕੇ ਉਹ ਪੰਜਾਬ ਦੀ ਬਗਾਵਤ ਨੂੰ ਦਬਾਉਣ ਦੇ ਲਈ ਹਾਂ ਪਰ ਇਹਦੇ ਉੱਲ ਧਿਆਨ ਨਹੀਂ ਦਿੰਦੇ ਤਾਂ ਹਾਸ ਕਰ ਬਹੁਤ ਹੈ ਜਿਹੜਾ ਹੈਗਾ ਅੱਛਾ ਉਹ ਫੇ ਕੀ ਹੋਇਆ ਜੀ ਉਹਨੇ ਫੇ ਦੁੱਲੇ ਦੀ ਬਗਾਵਤ ਜਿਹੜੀ ਆ ਦਬਾ ਦਿੱਤੀ ਦੁੱਲੇ ਦੀ ਬਗਾਵਤ ਦਬਾ ਦਿੱਤੀ ਤਾਂ ਦੁੱਲੇ ਨੂੰ ਗ੍ਰਿਫਤਾਰ ਕਰ ਲਿਆ ਉਹ ਦੁੱਲੇ ਦਾ ਸਾਂਦਲ ਦੇਖੋ ਜਨ ਸਾਹਿਬ ਇੱਕ ਮੈਂ ਫੇਰ ਦੱਸਦਾ ਦੁੱਲੇ ਦੀ ਬਗਾਵਤ ਇੰਨੀ ਵਸੀਹ ਸੀ ਇੰਨੀ ਤਕੜੀ ਸੀ ਪੇ ਉਸ ਇਲਾਕੇ ਨੂੰ ਅੱਜ ਤੱਕ ਸਾਂਦਲਵਾਰ ਕਹਿੰਦੇ ਆ ਹਾਂ ਬਾਰ ਹੀ ਕਹਿੰਦੇ ਸਾਂਦਲਵਾਰ ਸਾਂਦਲ ਉਹਦੇ ਬਾਬੇ ਦਾ ਨਾਮ ਸੀਗਾ ਜੀ ਇੰਨਾ ਵਸੀਹ ਸੀ ਚਾਹੇ ਉਹਦੇ ਉੱਤੇ ਕੋਈ ਦਿੰਦਾ ਕਿ ਨਹੀਂ ਦਿੰਦਾ ਅੱਜ ਕੱਲ ਵੀ ਦੁੱਲੇ ਨੂੰ ਕੋਈ ਨਾ ਦੁੱਲੇ ਨੂੰ ਹਿੰਦੂ ਨਫ਼ਰਤ ਕਰਦਾ ਨਾ ਦੁੱਲੇ ਨੂੰ ਸਿੱਖ ਨਫ਼ਰਤ ਕਰਦਾ ਨਾ ਮੁਸਲਮਾਨ ਦਾ ਹੋ ਜਾਗਾ ਸਾਰੇ ਪਿਆਰ ਕਰਦੇ ਆ ਪਿਆਰ ਕਰਦੇ ਆ ਕਿਉਂਕਿ ਤੁਸੀਂ ਦੇਖੋ ਫੋਕੀਰ ਉਹਦੇ ਵਿੱਚ ਤੇਰਾ ਕੌਣ ਵਿਚਾਰਾ ਹੂੰ ਇਨੂੰ ਬਚਾਉਣ ਵਾਲਾ ਕੌਣ ਆ ਤੁਲਾ ਪੱਠੀ ਵਾਲਾ ਇਹ ਅੱਜ ਕੱਲ ਵੀ ਗਾਇਆ ਜਾਂਦਾ ਹੈ ਜੋ ਜੇ ਉਹ ਉਹਦੀ ਮੂਵਮੈਂਟ ਇੰਨੀ ਇੰਨੀ ਤੇਜ਼ ਸੀ ਅੱਛਾ ਉਹ ਜਿਸ ਵੇਲੇ ਆਉਂਦਾ ਜੀ ਤਾਂ 1599 ਦੇ ਵਿੱਚ ਜਿਸ ਵੇਲੇ ਉਹਨੂੰ ਕਤਲ ਕਰਨ ਲੱਗਦੇ ਆ ਉਸ ਵੇਲੇ ਇੱਕ ਇੱਕ ਸੋਰਸ ਇਹ ਕਹਿੰਦਾ ਕਿ ਸ਼ਾਹ ਹੁਸੈਨ ਉੱਥੇ ਸੀਗਾ ਹੂੰ ਸ਼ਾਹ ਹੁਸੈਨ ਸੀਗਾ ਇਹਨਾਂ ਦਾ ਰੈਫਰਮੈਂਟ ਉਹ ਉਂਗਲ ਮਗਰ ਸ਼ਾਹਸਾਂ ਜਬਾਨੀ ਦੀ ਗੱਲ ਆਊਗੀ ਠੀਕ ਹੈ ਨਾ ਉਹ ਸ਼ਾਹ ਹੁਸੈਨ ਨੇ ਕਹਿੰਦੇ ਪਲੀਡ ਵੀ ਕੀਤਾ ਪਰ ਨਾ ਸ਼ਾਹ ਹੁਸੈਨ ਨੇ ਇੱਕ ਉੱਥੇ ਲਿਖਿਆ ਨਾ ਜੀ ਕਹੇ ਹੁਸੈਨ ਫਕੀਰ ਸਾਈ ਦਾ ਤਖਤ ਨਾ ਮਿਲਦੇ ਮੰਗੇ ਇਹ ਦੁੱਲੇ ਬਾਰੇ ਕਹਿੰਦੇ ਉਹ ਨਹੀਂ ਕਿਹਾ ਜਿਸ ਵੇਲੇ ਉਹ ਦੁੱਲੇ ਨੂੰ ਉਹ ਸ਼ਾਹ ਜ਼ੈਨ ਦੇ ਮਤਾਬਕ ਇਹ ਕਹਿੰਦਾ ਕਿ ਦੁੱਲੇ ਦੇ ਜਿਹੜੇ ਆਖਰੀ ਲਫ਼ਜ਼ ਸੀਗੇ ਉਹ ਇਹ ਲਫ਼ਜ਼ ਸੀਗੇ ਕਿ ਇਹ ਪੰਜਾਬ ਦੀ ਧਰਤੀ ਦਾ ਗੈਰਤਮੰਦ ਪੁੱਤ ਜਿਹੜਾ ਆ ਉਸ ਇਹ ਸਾਰੇ ਜ਼ਮੀਨ ਨੂੰ ਨਾ ਇੱਥੇ ਦੀ ਜ਼ਮੀਰ ਨੂੰ ਕਦੇ ਜ਼ਮੀਰ ਦਾ ਕਦੇ ਸੌਦਾ ਨਹੀਂ ਕਰੂਗਾ ਉਹ ਦੇ ਰਹੂ ਸੇ ਪੰਜਾਬ ਦਾ ਗੈਰਤਮੰਦ ਬੇਟਾ ਜਿਹੜਾ ਹੈਗਾ ਉਹ ਇਸ ਜ਼ਮੀਨ ਦਾ ਔਰ ਇਸ ਜ਼ਮੀਰ ਦਾ ਕਦੇ ਸੌਦਾ ਨਹੀਂ ਕਰੂਗਾ ਹੁਣ ਥਿੰਨ ਸਾਹਿਬ ਇਹ ਲਫ਼ਜ਼ ਕਿਸੇ ਡਾਕੂ ਧਾੜਵੀ ਦੇ ਨਹੀਂ ਹੈ ਇਹ ਲਫ਼ਜ਼ ਕਿਸੇ ਲੁਟੇਰੇ ਦੇ ਨਹੀਂ ਹੈ ਜਿਹੜਾ ਲੁਟੇਰਾ ਕਹਿੰਦਾ ਪੀ ਇਹ ਇੱਕ ਇਨਕਲਾਬੀ ਲੀਡਰ ਦੇ ਇਹ ਇੱਕ ਇਨਕਲਾਬੀ ਲੀਡਰ ਦੇ ਬਿਆਨ ਹੈਗੇ ਹੁਣ ਉਹ ਜਿਹੜੇ ਹੈਗਾ ਉਸ ਵੇਲੇ ਮੂਵਮੈਂਟ ਚੱਲ ਰਹੀ ਸੀ ਜੀ ਅੱਛਾ ਦੂਜੇ ਪਾਸੇ ਕੀ ਹੋਇਆ ਜੀ ਉਹ ਮੂਵਮੈਂਟ ਚੱਲਦੇ ਜਿਸ ਵੇਲੇ ਅਕਬਰ ਆਉਂਦਾ ਤਾਂ ਅਕਬਰ ਦੇ ਕੋਲ ਗੁਰੂ ਸਾਹਿਬ ਪਹਿਲੀ ਗੱਲ ਇਹ ਕਹਿੰਦੇ ਆ ਪੇ ਮਾਮਲਾ ਘਟਾ ਦੇ ਹੂੰ ਉਨਾ ਦੇ ਇਹ ਰਿਕਾਰਡ ਚ ਗੱਲਾਂ ਇਹ ਰਿਕਾਰਡ ਚ ਉਹ ਕਹਿੰਦੇ ਵੀ ਜੱਟ ਜਿਹੜਾ ਹੈਗਾ ਇਹ ਜਿਹੜਾ ਹੈਗਾ ਫਾਰਮਰ ਔਖਾ ਬਹੁਤ ਆ ਕਾਲ ਵੀ ਪਿਆ ਉਹਨਾਂ ਦੇ ਵਿੱਚ ਫੈਮਨ ਵੀ ਪਿਆ ਤਾਂ ਤੁਸੀਂ ਹਾਲਾ ਵਧਾਇਆ ਤੇ ਹਾਲਾ ਵਧਾਓ ਨਾ ਘਟਾਓ ਤੇ ਉਹ ਗੁਰੂ ਸਾਹਿਬ ਦੇ ਕਹਿਣ ਦੇ ਉੱਤੇ ਅਕਬਰ ਨੇ ਹਾਲਾ ਵੀ ਘਟਾਇਆ ਜੀ ਮਾਮਲਾ ਘਟਾਇਆ ਇਹ ਵੀ ਰਿਕਾਰਡ ਚ ਹੈਗਾ ਗੱਲ ਜਿਾ ਕਿ ਮਾਮਲਾ ਘਟਾਇਆ ਹੁਣ ਉਹ ਮਾਮ ਤਾਂ ਦੇਖੋ ਪੰਜਾਬ ਦੇ ਕਿਸਾਨਾਂ ਦੇ ਲਈ ਗੁਰੂ ਸਾਹਿਬ ਆਪਣੇ ਤਰੀਕੇ ਨਾਲ ਲੜ ਰਹੇ ਸੇ ਦੁੱਲਾ ਆਪਣੇ ਤਰੀਕੇ ਨਾਲ ਲੜ ਰਿਹਾ ਸੇ ਹੁਣ ਇਹਦੇ ਉੱਤੇ ਕੰਮ ਨਹੀਂ ਕੀਤਾ ਕਿਸੇ ਨੇ ਕੀਤਾ ਮੇਰੀ ਇਹ ਬੇਨਤੀ ਹੈ ਜਿਹੜੀ ਸਿੱਖ ਇਤਿਹਾਸ ਕਰ ਜਾਂ ਪੰਜਾਬੀ ਇਤਿਹਾਸ ਕਰ ਵੀ ਇਹਦੇ ਤੇ ਕੰਮ ਕਰੋ ਜਦ ਕਿ ਉਹ ਸਮਕਾਲੀ ਨਹੀਂ ਜਦ ਕਿ ਉਹ ਸਮਕਾਲੀ ਸੀਗੇ ਔਰ ਉਹ ਕੋਈ ਮੇਲ ਹੀ ਨਹੀਂ ਕਰਦੇ ਉਹਨਾਂ ਦਾ ਹਾਲਾਂਕਿ ਇਹ ਗੱਲ ਬਿਲਕੁਲ ਮਨ ਲੱਗਣ ਵਾਲੀ ਹੈ ਨਹੀਂ ਵੀ ਉਹ ਇੱਕ ਦੂਜੇ ਨੂੰ ਜਾਣਦੇ ਹੀ ਨਾ ਹੋਗੇ ਇਹ ਹੋ ਨਹੀਂ ਸਕਦਾ ਇਹ ਜਾ ਕੇ ਕਿਉਂਕਿ ਦੋਨੋਂ ਹੀ ਉਸ ਵੇਲੇ ਦੇ ਜਿਹੜੇ ਸੀਗੇ ਬੜੇ ਪ੍ਰੋਮਿਨੈਂਟ ਜਿਹੜੇ ਸੀਗੇ ਉਸ ਵੇਲੇ ਲੀਡਰ ਸੀਗੇ ਔਰ ਦੋਨਾਂ ਦਾ ਏਰੀਆ ਆਫ ਵਰਕਿੰਗ ਜਿਹੜਾ ਸੀ ਇੱਕੋ ਹੀ ਸਗਾ ਜਾ ਕੇ ਉੱਤੇ ਸੋ ਉਹ ਉਸ ਵੇਲੇ ਉਹ ਨਹੀਂ ਹੁਣ ਦੁੱਲੇ ਨੂੰ ਜਿਸ ਵੇਲੇ ਉਹ ਫਾਂਸੀ ਦਿੰਦੇ ਆ ਇਹ ਕਈਏ ਲਿਖਦੇ ਆ ਭਈ ਵੇ ਫાંਸੀ ਦਿੱਤੀ ਗਈ ਹੈ ਹੁਣ ਫાંਸੀ ਜਿਹੜੀ ਆਉਂਦੀ ਹੈ ਅੰਗਰੇਜ਼ਾਂ ਦੇ ਟਾਈਮ ਆਈ ਹੈ ਜੀ ਇਹ ਮੇਰੇ ਆਪਣੇ ਹਿਸਾਬ ਦੇ ਨਾਲ ਵੀ ਦੁੱਲੇ ਨੂੰ ਜਿਹੜੀ ਹੈਗੀ ਆ ਫાંਸੀ ਨਹੀਂ ਦਿੱਤੀ ਗਈ ਜਾ ਕੇ ਕਿਉਂਕਿ ਦੁੱਲੇ ਨੂੰ ਜਿਸ ਵੇਲੇ ਗਿਆ ਉਸ ਵੇਲੇ ਜਿਹੜੇ ਮਾਰਨ ਦੇ ਢੰਗ ਸੀਗੇ ਹੁਣ ਆਪਾਂ ਸਾਰੀ ਇਸਤੀ ਨਾਲ ਥੋੜ੍ਹੀ ਥੋੜ੍ਹੀ ਲਈ ਜਾਂਦੇ ਆ ਜੀ ਉਸ ਵੇਲੇ ਮਾਰਨ ਦੇ ਢੰਗ ਇਹ ਹੁੰਦੇ ਸੀਗੇ ਜਾ ਕੇ ਜਿਹੜੇ ਜੀ ਇੱਕ ਤਾਂ ਜਿਹੜਾ ਸੀ ਸਿਰ ਕੱਟਦੇ ਹੁੰਦੇ ਸੀ ਇਹ ਮਾਰਿਆ ਜਾਂਦਾ ਸੀ ਇੱਕ ਇਹ ਹੁੰਦਾ ਸੀਗਾ ਜੀ ਕਿ ਹਾਥੀ ਦੇ ਪੈਰਾਂ ਦੇ ਥੱਲੇ ਬੰਦਾ ਸਿਰ ਦੇਣਾ ਹਾਥੀ ਨੂੰ ਉੱਤੇ ਚੜਾਉਣਾ ਜਾ ਕੇ ਤੇ ਉਹਦੇ ਨਾਲ ਬੰਦੇ ਉਹ ਉਹਦੀ ਡੈਥ ਕਰਨੀ ਜਾ ਕੇ ਜਾ ਔਰ ਉਹਦੇ ਨਾਲ ਥਿੰਦ ਸਾਹਿਬ ਤੀਜਾ ਇਹ ਸੀਗਾ ਉਸ ਵੇਲੇ ਤੱਕ ਉਸ ਵੇਲੇ ਤੱਕ ਬਰੂਦ ਆ ਚੁੱਕਾ ਸੀ ਹਿੰਦੁਸਤਾਨ 'ਚ ਅੱਛਾ ਬਰੂਦ ਕਿਉਂਕਿ ਬਾਬਰ ਬਰੂਦ ਲੈ ਕੇ ਆਇਆ ਹਿੰਦੁਸਤਾਨ 'ਚ ਗਨ ਪਾਊਡਰ ਬਾਬਰ ਨੇ ਯੂਜ਼ ਕੀਤਾ ਪਹਿਲਾਂ ਸੋ ਉਸ ਵੇਲੇ ਕਈਆਂ ਦੇ ਹੁੰਦੇ ਸੀ ਵੀ ਤੋਪ ਦੇ ਨਾਲ ਮੋਹਰੇ ਬੰਨ ਕੇ ਉੜਾਉਂ ਉੜਾਤਾ ਜਾਂਦਾ ਸੀ ਇੱਕ ਇਹ ਤਰੀਕਾ ਸੀ ਉਸ ਵੇਲੇ ਮਾਰਨ ਦਾ ਜਿਹੜਾ ਸੀਗਾ ਜਾ ਕੇ ਹੁਣ ਇਹਦੇ ਵਿੱਚ ਅਸੀਂ ਦੇਖਦੇ ਆਂ ਕਿ ਮਾਰੇ ਗਏ ਕਿਉਂਕਿ ਜਹਾਂਗੀਰ ਨੇ ਇੱਕ ਵਾਰ ਮੈਂ ਤੁਹਾਨੂੰ ਦੱਸਾਂ ਇੱਕ ਮੈਂ ਹੁਣ ਵਿੱਚ ਮੈਂ ਦੱਸਦਾ ਕਈ ਵਾਰ ਜਿਹੜੇ ਕਹਿੰਦੇ ਨਾ ਵੀ ਸਾਰੇ ਆ ਹੋਇਆ ਜੀ ਜ਼ੁਲਮ ਹੋਇਆ ਫਲਾਣਾ ਇੱਕ Hindu ਕੁੜੀ ਦਾ ਜ਼ਬਰਦਸਤੀ ਵਿਆਹ ਮੁਸਲਮਾਨ ਮੁੰਡੇ ਨਾਲ ਹੋਇਆ ਔਰ ਮੌਲਵੀਆਂ ਨੇ ਉਹਦੀ ਕਹਿਤਾ ਵੀ ਇਹ ਸ਼ਰਾ ਦੇ ਅਨਸਾਰ ਆ ਉਹਨੇ ਕਿਹਾ ਵੀ ਸ਼ਰਾ ਦੇ ਮੁਤਾਬਕ ਹੈਗਾ ਜੀ ਪੀ ਇਹ ਵਾਠ ਠੀਕ ਹੈ ਜਾਗੇ ਜੇ ਜਹਾਂਗੀਰ ਨੂੰ ਪਤਾ ਲੱਗਾ ਜੀ ਤਾਂ ਜਹਾਂਗੀਰ ਨੇ 6 ਜਿਹੜੇ ਮੁੱਲੇ ਸੀਗੇ ਉਹਨਾਂ ਨੂੰ ਤੋਪ ਦੇ ਮੋਰੇ ਬਣ ਕੇ 6 ਹੀ ਉਡਾ ਦਿੱਤੇ ਉਹਨਾਂ ਜਾ ਕੇ ਨਾ ਫਿਰ ਇਹ ਸ਼ਰਧ ਦੇ ਅਨੁਕੂਲ ਨਹੀਂ ਹੈ ਜ਼ਬਰਦਸਤੀ ਤੁਸੀਂ ਕਿਸੇ ਦੀ ਸ਼ਾਦੀ ਨਹੀਂ ਕਰ ਸਕਦੀ ਉਹ 6 ਜਿਹੜੇ ਮੁੱਲੇ ਜਹਾਂਗੀਰ ਨੇ ਮਾਰੇ ਇਸ ਗੱਲ ਤੇ ਵੀ ਉਹ Hindu ਲੜਕੀ ਦੀ ਜ਼ਬਰਦਸਤੀ ਸ਼ਾਦੀ ਤੁਸੀਂ ਕਿਉਂ ਕਰਵਾਈਏ ਇਹੀ ਮਸਾਲਾ ਉੱਤੇ ਨਹੀਂ ਦੱਸਿਆ ਦੱਸਿਆ ਜਾਣੀ ਇਹ ਗੱਲ ਆ ਸਾਨੂੰ ਸਾਨੂੰ ਤਾਂ ਇਹੀ ਦੱਸਿਆ ਜਾਂਦਾ ਵੀ ਮੁਸਲਮਾਨਾਂ ਨੇ ਬਹੁਤ ਜ਼ੁਲਮ ਕੀਤਾ ਮੁਸਲਮਾਨਾਂ ਨੇ ਇਹ ਕੀਤਾ ਮੁਸਲਮਾਨਾਂ ਨੇ ਉਹ ਕੀਤਾ ਯਾਕੇ ਠੀਕ ਹੈ ਨਾ ਸੋ ਉਹਦੇ ਨਾਲ ਹੁਣ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਦੁੱਲੇ ਨੂੰ ਕਿੱਦਾਂ ਮਾਰਿਆ ਗਿਆ ਇਹ ਆਪਾਂ ਨੂੰ ਇਹ ਪਤਾ ਨਹੀਂ ਨਾ ਇਹ ਬਹੁਤ ਧੀ ਗੱਲ ਹੈਗੀ ਆ ਪਰ ਉਹ ਦੁੱਲਾ ਜਿੰਦਾ ਹੈਗਾ ਹੈ ਫੋਕਲੋਰ ਦੇ ਵਿੱਚ ਸੋ ਮੇਰਾ ਇੱਕ ਤਾਂ ਇਹ ਹੈਗਾ ਜੀ ਵੀ ਉੱਥੋਂ ਜਿਸ ਵੇਲੇ ਫੇ ਗੁਰੂ ਸਾਹਿਬ ਦੇ ਇਹ ਹੋਇਆ ਅਕਬਰ ਤੋਂ ਬਾਅਦ ਅਕਬਰ ਤੋਂ ਬਾਅਦ ਤੋਂ ਜਹਾਂਗੀਰ ਆ ਗਿਆ ਜੀ ਜਹਾਗੀਰ ਦੇ ਤਾਂ ਟਾਈਮ ਦੇ ਵਿੱਚ ਇਹ ਆਪਾਂ ਸੈਪਰੇਟ ਕਰਾਂਗੇ ਵੀ ਉਹਨਾਂ ਦੀ ਐਗਜ਼ੀਕਿਊਸ਼ਨ ਜਿਹੜੀ ਹੈਗੀ ਆ ਉਹ ਕਿੱਦਾਂ ਹੁੰਦੀ ਹੈ ਸੋ ਇਹ ਇੱਥੇ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਜਾ ਕੇ ਪੇ ਜਿੱਦਾਂ ਜਿਹੜੀ ਸਿੱਖ ਮਿਸਲਾਂ ਦੇ ਵੇਲੇ ਮੂਵਮੈਂਟ ਸਿਰੇ ਜਿਹੜੀ ਉਹਦਾ ਆਗਾਜ਼ ਦੁੱਲੇ ਵੇਲੇ ਹੋ ਗਿਆ ਸੀ ਹੂੰ ਉਸ ਵੇਲੇ ਜਿਹੜੀ ਸੀ ਪੰਜਾਬ ਦੀ ਕਿਸਾਨੀ ਨੂੰ ਕਿਸੇ ਨੇ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਉਹ ਦੁੱਲ ਨੇ ਕੀਤਾ ਸੀ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਲਾਂਬੰਦ ਕਰਕੇ ਔਰ ਸਟਰਗਲ ਕੀਤੀ ਮੁਗਲਾਂ ਦੇ ਖਿਲਾਫ ਉਹਨਾਂ ਇਸ ਗੱਲ ਦਾ ਕੋਈ ਧਿਆਨ ਨਹੀਂ ਸੀ ਉਹਨੂੰ ਮੈਂ ਮੁਸਲਮਾਨ ਆ ਤਾਂ ਅਕਬਰ ਵੀ ਮੁਸਲਮਾਨ ਹੈ ਹੀ ਡਿਡ ਕੇਅਰ ਅਬਾਊਟ ਦੈਟ ਸੋ ਪੰਜਵੇਂ ਪਾਸ਼ਾ ਦੀ ਹਾਂਜੀ ਜਿਹੜੀ ਕੰਟਰੀਬਿਊਸ਼ਨ ਆ ਉਹ ਜਿਹੜੇ ਕਿਸਾਨ ਸੀ ਫਾਰਮਰ ਸੀ ਉਹਨਾਂ ਨੂੰ ਲਾਮਬੰਦ ਕਰਨ ਦੇ ਵਿੱਚ ਉਹਨਾਂ ਨੂੰ ਲਾਮਬੰਦ ਕਰਨ ਦੇ ਵਿੱਚ ਸੀਗਾ ਔਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਦੇ ਵਿੱਚ ਸਿੱਖ ਹਥਿਆਰਬੰਦ ਹੋਏ ਆ ਉਹ ਹਥਿਆਰਬੰਦ ਦੀ ਨੀ ਜਿਹੜੀ ਸੀ ਉਹ ਪੰਜਵੇਂ ਗੁਰੂ ਸਾਹਿਬ ਵੇਲੇ ਰੱਖੋ ਗਈ ਸੀ ਜਦੋਂ ਘੋੜਿਆਂ ਦੇ ਵਪਾਰ ਦੇ ਵਿੱਚ ਉਹ ਨਹੀਂ ਤਲਵਾਰ ਚਲਾਉਣੀ ਸਿੱਖੀ ਤਾਂ ਨਾਲ ਘੋੜਸਵਾਰੀ ਸਿੱਖੀ ਜਾ ਗਈ ਜੀ ਤੋ ਉਸ ਵੇਲੇ ਸ਼ੁਰੂ ਹੋ ਗਈ ਸੀ ਜਾ ਕੇ ਸੋ ਜਿਹੜੀ ਮੂਵਮੈਂਟ ਬਾਅਦ ਦੇ ਵਿੱਚ ਇੰਨੀ ਬਣ ਕੇ ਜਨ ਪੰਜਾਬ ਦੇ ਮਿਸਰਾਂ ਦੇ ਟਾਈਮ ਵਿੱਚ ਕਬਜ਼ਾ ਕਰਕੇ ਸਾਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਰਾਈਟ ਲੋਏ ਜ਼ਮੀਨ ਦੇ ਉਹਦੀ ਨੀ ਉਸ ਵੇਲੇ ਰੱਖ ਹੋਈ ਸੀ ਜਾ ਕੇ ਇਹ ਜਿਹੜੀ ਹੈ ਇਹਦੇ ਤੇ ਕੰਮ ਕਰਨ ਦੀ ਲੋੜ ਹੈ ਮੈਂ ਤੇ ਬੇਨਤੀ ਕਰਦਾ ਵੀ ਕੰਮ ਕਰਨੀ ਤੇ ਗੁਰੂ ਸਾਹਿਬ ਦਾ ਪੰਜਵੇਂ ਪਾਤਸ਼ਾਹ ਦੀਆਂ ਇੱਕ ਤਾਂ ਇਹ ਉਹਨਾਂ ਦੀ ਵੱਡੀ ਕੰਟਰੀਬਿਊਸ਼ਨ ਰਹੀ ਤੇ ਦੂਸਰਾ ਵਪਾਰ ਕਰਨਾ ਹਾਂਜੀ ਘੋੜੇ ਲੈ ਕੇ ਆਉਣਾ ਹਥਿਆਰਬੰਦ ਹੋਣ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਰੋਲ ਰਿਹਾ ਪਿਛਲੇ ਕੋਈ ਕੁਝ ਟਾਈਮ ਵਿੱਚ ਆਪਾਂ ਜ਼ਿਆਦਾ ਕਿਸਾਨੀ ਜਿਹੜਾ ਸੀ ਸੰਘਰਸ਼ ਉਹਦੇ ਤੇ ਟਾਈਮ ਲਾਇਆ ਹੁਣ ਮੈਂ ਦੱਸਦਾ ਜੀ ਵੀ ਜਿਹੜੀ ਮੇਰੇ ਖਿਆਲ ਦੇ ਵਿੱਚ ਉਹਨਾਂ ਦੀਆਂ ਵੱਡੀਆਂ ਕੰਟਰੀਬਿਊਸ਼ਨਾਂ ਆ ਉਹਨਾਂ ਵਿੱਚੋਂ ਇੱਕ ਹੈਗੀ ਜੀ ਕੰਪਾਈਲੇਸ਼ਨ ਆਫ ਗੁਰੂ ਗ੍ਰੰਥ ਸਾਹਿਬ ਆਦੀ ਗ੍ਰੰਥ ਉਹਦਾ ਜਿਹੜਾ ਉਹਨੇ ਇਕੱਠਾ ਕੀਤਾ ਕਰਕੇ ਬਣਾਇਆ ਹੁਣ ਇਹ ਇਹਦੀ ਲੋੜ ਲੋੜ ਕਿਉਂ ਪਈ ਜੀ ਗੁਰੂ ਗ੍ਰੰਥ ਸਾਹਿਬ ਨੂੰ ਬਣਾਉਣ ਦੀ ਲੋੜ ਕਿਉਂ ਪਈ ਜੀ ਲੋੜ ਇਹਦੀ ਸੀਗੀ ਜੀ ਕਿ ਇੱਕ ਤਾਂ ਜਿਹੜੀ ਸੀ ਇੱਕ ਤਾਂ ਪਹਿਲੀ ਤਾਂ ਗੱਲ ਇਹ ਸੀ ਜੀ ਕਿ ਉਹ ਇਹ ਸਮਝਦੇ ਸੀਗੇ ਕਿ ਜੇ ਇਹ ਇੱਕ ਸੈਪਰੇਟ ਰਿਲੀਜੀਅਨ ਬਣ ਰਿਹਾ ਤਾਂ ਇਹਦਾ ਇੱਕ ਸੈਪਰੇਟ ਧਾਰਮਿਕ ਗ੍ਰੰਥ ਵੀ ਚਾਹੀਦਾ ਹੂੰ ਕਿਉਂਕਿ ਬਾਕੀ ਵੀ ਜਿਹੜੇ ਉਸ ਵੇਲੇ ਦੇ ਧਰਮ ਸੀਗੇ ਉਹਨਾਂ ਸਾਰਿਆਂ ਕੋਲ ਆਪਣੇ ਆਪਣੇ ਗ੍ਰੰਥ ਸੀਗੇ ਜਾ ਕੇ ਮੁਸਲਮਾਨਾਂ ਦੇ ਕੋਲ ਉਸ ਵੇਲੇ ਦੋ ਬੜੇ ਰਿਲੀਜੀਅਨ ਸੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੇ Hindu ਰਿਲੀਜੀਅਨ ਤੇ اسلام ਤੁਹੇ ਕ੍ਰਿਸਚੀਅਨਿਟੀ ਦਾ ਬਹੁਤ ਅਸਰ ਨਹੀਂ ਨਸੀ ਨਹੀਂ ਸੀ ਸਮਝ ਨਾ ਤੇ ਉਸ ਵੇਲੇ ਉਹ ਨਹੀਂ ਹੁੰਦਾ ਕਿ ਇਹ ਜਿਸ ਵੇਲੇ ਸੈਪਰੇਟ ਰਿਲੀਜੀਅਨ ਹੈ ਤੇ ਇਹਦਾ ਸਾਡਾ ਆਪਣਾ ਗ੍ਰੰਥ ਹੋਣਾ ਚਾਹੀਦਾ ਔਰ ਉਹਦੇ ਕਰਕੇ ਫਿਰ ਉਹਨੀਆਂ ਨੂੰ ਗ੍ਰੰਥ ਨੂੰ ਕੁਝ ਕੀਤੀ ਫਿਰ ਕੰਪਾਈਲ ਕੀਤਾ ਜਾਵੇ ਅਗਲੀ ਗੱਲ ਇਹ ਸੀ ਜੀ ਕਿ ਉੱਥੇ ਜਿਹੜੇ ਇਹ ਜਿਹੜੇ ਪਿਰਥੀ ਹੁਣੀ ਸੀਗੇ ਨੇ ਜੀ ਪਿਰਥੀਆ ਜਿਹੜਾ ਉਹਨਾਂ ਦਾ ਬੜਾ ਭਰਾ ਸੀ ਉਹ ਇੰਟਰਪੋਲਿਸ਼ ਉਹਨੂੰ ਅੰਗਰੇਜ਼ੀ ਦੇ ਲਫ਼ਜ਼ ਕਹਿੰਦੇ ਇੰਟਰਪੋਲੇਸ਼ਨ ਕਰਨ ਲੱਗ ਪਏ ਸੇ ਇੰਟਰਪੋਲੇਸ਼ਨ ਦਾ ਮਤਲਬ ਹੁੰਦਾ ਵੀ ਆਪਣੇ ਉਲੂ ਹੀ ਬਣਾ ਕੇ ਵੀ ਬਣਾਈ ਜਾਣਾ ਕੋ ਨਾਨਕ ਕਰਕੇ ਜਾ ਕੇ ਜਿਵੇਂ ਲਿਖ ਦੇਣਾ ਜਾ ਕੇ ਨਾਮ ਕੁਮਾਰੀ ਨਾਨਕਾ ਜੜੀ ਰਹੇ ਦਿਨ ਰਾਤ ਦੀ ਹਾਲਾਂਕਿ ਹੈ ਨਹੀਂ ਉਹ ਇਦਾਂ ਦੇ ਬਣਾਉਣੇ ਸ਼ੁਰੂ ਹੋ ਗਏ ਜਾ ਕੇ ਤਾਂ ਉਹ ਨਹੀਂ ਸਮਝਾ ਬੇ ਬਾਣੀ ਨੂੰ ਗੰਧਲਾ ਕਰ ਰਹੇ ਹੈ ਇਹ ਇਸ ਵੇਲੇ ਲੋਡ ਹੈਗੀ ਆ ਜਾ ਕੇ ਵੀ ਜੇ ਕਿਉਂਕਿ ਪਹਿਲਾਂ ਉਹ ਨਹੀਂ ਦੇਖਿਆ ਕਈ ਗੱਲਾਂ ਜਿਹੜੀਆਂ ਸੀ ਬਹੁਤ ਇਵਨ ਤੁਸੀਂ ਦੇਖੋ ਜਿਹੜੇ Hindu ਧਰਮ ਦੇ ਗ੍ਰੰਥ ਵੀ ਆ ਉਹਨਾਂ ਚ ਕਲੀਅਰ ਪਤਾ ਨਹੀਂ ਮਿਲਦਾ ਕਿ ਮੈਂ ਹੁਣ ਭਗਵਦ ਗੀਤਾ ਦੇਖਿਆ ਜਿਹੋ ਕਿੰਨੀਆਂ ਹੀ ਆ ਪਤਾ ਕਾਪੀਆਂ ਪਤਾ ਨਹੀਂ ਲੱਗਦਾ ਕਿਹੜੀ ਮੈਨੂੰ ਇੱਕ ਨੇ ਭੇਜੀ ਸੀ ਜਿਹੜੀ ਓਰੀਜਨਲ ਆ ਦੀ ਭਗਵਦ ਗੀਤਾ ਉਹ ਬਿਲਕੁਲ ਹੀ ਡਿਫਰੈਂਟ ਹੈ ਜਿਹੜੀ ਦੂਜਿਆਂ ਨਾਲ ਸੋ ਉਹਨੇ ਇਹ ਲੋਡ ਮਹਿਸੂਸ ਕੀਤੀ ਕਿ ਇਹ ਜਿਹੜੀ ਅਸਲੀ ਗੁਰੂ ਸਾਹਿਬ ਦੀ ਬਾਣੀਆਂ ਉਹਨੂੰ ਬੰਦ ਦਿੱਤਾ ਜਾਵੇ ਇੱਕ ਜਗ੍ਹਾ ਤਾਂ ਕਿ ਫਿਰ ਇਹ ਸਕੋਪ ਨਾ ਰਹੇ ਕਿ ਇਹਦੇ ਵਿੱਚ ਐਵੇਂ ਹੀ ਲੋਕ ਗੰਦਲਾਪਾ ਨਾ ਕਰ ਦੇਣ ਜਾ ਕੇ ਫਿਊਚਰ ਐਵੇਂ ਹੀ ਆਪਣੇ ਵੱਲੋਂ ਲਿਖ ਲੈ ਕੇ ਇਹਨਾਂ ਵਿੱਚ ਪਾ ਦੇਣ ਦੇ ਜਾਣ ਕਿ ਇਹ ਵੀ ਗੁਰੂ ਸਾਹਿਬ ਦੀ ਬਾਣੀ ਹੈ ਇਸ ਕਰਕੇ ਇਹਦੀ ਉਹਨੂੰ ਲੋਡ ਮਸ਼ਹੂਰ ਕੀਤੀ ਜੇ ਫਿਰ ਉਹਨੇ ਇਦਾਂ ਇਹ ਕੀਤਾ ਜਾ ਕੇ ਜੀ ਕਿ ਗੁਰੂ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਇਸ ਪਹਿਲਿਆਂ ਚੋਹਾਂ ਗੁਰੂਆਂ ਦੀ ਬਾਣੀ ਤੇ ਫਿਰ ਉਹਨੇ ਇੱਕ ਕਾਲ ਦਿੱਤੀ ਸਾਰਿਆਂ ਨੂੰ ਬਾਕੀ ਭਗਤਾਂ ਨੂੰ ਵੀ ਆਪਣੇ ਆਪਣੀ ਬਾਣੀ ਲੈ ਕੇ ਆਓ ਤੇ ਆਪਣੀ ਆਪਣੀ ਬਾਣੀ ਲੈ ਕੇ ਦੇਖੋ ਤਾਂ ਕਿ ਅਸੀਂ ਇੱਕ ਉਹ ਗ੍ਰੰਥ ਬਣਾ ਰਹੇ ਹਾਂ ਜਿਹੜਾ ਮਾਨਵਤਾ ਦਾ ਗ੍ਰੰਥ ਹੋਵੇ ਜਿਹਦੇ ਵਿੱਚ ਇਹ ਨਹੀਂ ਹੈ ਵੀ ਸਾਡੀ ਸਿੱਖਿਆ ਹੋਵੇ ਕੱਲੀ ਜਾ ਕੇ ਗੁਰੂਆਂ ਦੀ ਸਿੱਖਿਆ ਹੋਵੇ ਇਹਦੇ ਵਿੱਚ ਹਰ ਬੰਦੇ ਦਾ ਜਿਹੜਾ ਇੱਕ ਰੱਬ ਨੂੰ ਮੰਨਣ ਵਾਲੇ ਜਾਗ ਜਿਹੜੇ ਜਿਹੜਾ ਕਿ ਜਿਹੜੇ ਸਾਡੇ ਅਸੂਲ ਆ ਸਿੱਖੀ ਦੇ ਅਸੂਲ ਆ ਸਿੱਖੀ ਦੇ ਅਸੂਲਾਂ ਦੇ ਮੁਤਾਬਕ ਜਿਹੜੀ ਵੀ ਬਾਣੀ ਹੈਗੀ ਆ ਉਹ ਇਹਦੇ ਵਿੱਚ ਐਡ ਕੀਤੀ ਜਾਊਗੀ ਹੂੰ ਉਹਨੀ ਹੋ ਇੱਕ ਤਾਂ ਪਹਿਲਾਂ ਕਾਲ ਦਿੱਤੀ ਸਾਰਿਆਂ ਨੂੰ ਤੇ ਆਓ ਬਈ ਦੂਜੇ ਉਹਨੀ ਜਿਹੜੀ ਸੀ ਬਾਣੀ ਇਕੱਠੀ ਕੀਤੀ ਜਿਹੜੀ ਜਿਹੜੇ ਭਗਤ ਗੁਜ਼ਰ ਚੁੱਕੇ ਸੀਗੇ ਉਹਨਾਂ ਦੀ ਬਾਣੀ ਜਿਹੜੀ ਸੀਗੀ ਚਾਹੇ ਬਾਬਾ ਫਰੀਦ ਦੀ ਹੋਈ ਜਾਂ ਕਬੀਰ ਦੀ ਹੋਈ ਜਾਂ ਹੋਰ ਜਿੰਨਿਆਂ ਦੀ ਬਾਕੀ ਪਤਾ ਸਾਰਿਆਂ ਨੂੰ ਜਿਹੜੇ ਹੈਗੇ ਉਹਦੇ ਉਹਨਾਂ ਸਾਰਿਆਂ ਦੀ ਬਾਣੀ ਇਕੱਠੀ ਕੀਤੀ ਉਹਨੀ ਫਿਰ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨੀ ਜਿਸ ਵੇਲੇ ਇਹ ਕਾਲ ਦਿੱਤੀ ਤਾਂ ਫਿਰ ਲਾਹੌਰ ਤੋਂ ਆ ਚਾਰ ਭਗਤ ਕਾਨਾ ਛੱਜੂ ਪਿੱਲੂ ਸ਼ਾਹ ਹੁਸੈਨ ਇਹ ਫਿਰ ਰੱਥ ਦੇ ਵਿੱਚ ਆਏ ਰੱਥ ਦੇ ਵਿੱਚ ਆਏ ਆਪਣੀ ਆਪਣੀ ਬਾਣੀ ਲੈ ਕੇ ਵੀ ਸਾਡੀ ਬਾਣੀ ਵੀ ਜੀ ਇਹਦੇ ਵਿੱਚ ਪਿੱਲੂ ਵੀ ਗਿਆ ਮਿਰਜ਼ਾ ਲੈ ਕੇ ਪਿੱਲੂ ਵੀ ਹੈ ਪਿੱਲੂ ਵੀ ਹੈ ਜਾ ਕੇ ਪਿੱਲੂ ਨੇ ਵੀ ਕਿਹਾ ਭੇ ਮੇਰੀ ਬਾਣੀ ਐਡ ਕੀਤੀ ਜਾਵੇ ਹੁਣ ਜਿਹੜਾ ਪਿੱਲੂ ਦਾ ਜਨਮ ਹੈਗਾ ਉਹ ਗੁਰੂ ਸਾਹਿਬ ਦੇ ਨਾਲ ਬੇਲ ਤੱਕ ਹਾਂਦਾ ਪਰ ਜਿੰਦਗੀ ਮੇਰੀ ਜਾਣਕਾਰੀ ਆ ਉਸ ਵੇਲੇ ਜਵਾਨੀ ਚ ਸੀ ਪੂਰਾ ਹੋ ਪੀਪੀਲੂ ਸਵੇਰੇ ਜਵਾਨੀ ਸੀ ਗੁਰੂ ਸਾਹਿਬ ਤੋਂ ਉਮਰ ਛੋਟਾ ਸੀ ਪਰ ਜਵਾਨੀ ਸੀਗਾ ਤੇ ਉਹਨੀ ਬਾਣੀ ਕੀਤੀ ਉਹ ਗੁਰੂ ਸਾਹਿਬ ਨੇ ਉਹਨਾਂ ਸਾਰੀ ਬਾਣੀ ਉਹਨਾਂ ਦੀ ਸਟੱਡੀ ਕੀਤੀ ਬਾਣੀ ਸਟੱਡੀ ਕਰਕੇ ਉਹਨੀ ਇਹ ਕਿਹਾ ਵੀ ਇਹ ਜਿਹੜੀ ਬਾਣੀ ਹੈਗੀ ਆ ਇਹ ਜਿਹੜੀ ਜਿਸਕੇ ਸਮਝਦਾ ਅਸੀਂ ਰਿਲੀਜੀਅਨ ਬਣਾ ਰਹੇ ਆਂ ਜਬਾਣੀ ਹੈ ਇਹ ਉਹਦੇ ਅਨੁਕੂਲ ਨਹੀਂ ਹੈ ਕੱਲੇ-ਕੱਲੇ ਦੱਸਿਆ ਸਾਰਿਆਂ ਵੀ ਤੇਰੇ ਜਾ ਹੈ ਤੇਜਾ ਪੀਲੂ ਦਾ ਜਿਹੜਾ ਸੀ ਪੀਲੂ ਦਾ ਉਹਨੀ ਇਹ ਕਿਹਾ ਜਾ ਕੇ ਵੀ ਤੇਰੀ ਬਾਣੀ ਦੇ ਵਿੱਚ ਔਰਤ ਨੂੰ ਸਤਿਕਾਰ ਨਹੀਂ ਦਿੱਤਾ ਜਾਂਦਾ ਤੇਰੀ ਬਾਣੀ ਦੇ ਵਿੱਚ ਜਿਹੜਾ ਹੈਗਾ ਔਰਤ ਦੀ ਨਿੰਦਿਆ ਬਹੁਤ ਆ ਤੇ ਉਹਦੇ ਚ ਉਹਨੇ ਇਹ ਕਿਹਾ ਪੀ ਜਿਹੜਾ ਉਹਦਾ ਹੈਗਾ ਚੜਦੇ ਮਿਰਜ਼ੇ ਖਾਨ ਨੂੰ ਜਟ ਵੰਜਲ ਦਿੰਦਾ ਮਤ ਪੱਥਰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮਤ ਪਹਿਲਾਂ ਹੱਸ-ਹੱਸ ਲਾਉਂਦੀਆਂ ਯਾਰੀਆਂ ਪਿਛੋਂ ਰੋ-ਰੋ ਦਿੰਦੀਆਂ ਦਸ ਪਟੇ ਬਟੌਂਦੀਆਂ ਯਾਰ ਦੇ ਦੇ ਗਰਦਨ ਤੇ ਲੱਤ ਉਹ ਕਹਿੰਦੀ ਇਹ ਬਾਣੀ ਨਹੀਂ ਦੀ ਆ ਸਕਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂਕਿ ਉਹ અપਮਾਨ ਹੈ ਇਹਦੇ ਵਿੱਚ ਤਾਂ ਔਰਤ ਦਾ અપਮਾਨ ਕਰ ਰਹੇ ਹਾਂ ਤੂੰ ਜਾ ਕੇ ਉਹ ਉਹਨਾਂ ਦੀ ਕਿਸੇ ਦੀ ਬਾਣੀ ਉਹ ਨਹੀਂ ਪਾਈ ਨਹੀਂ ਹੈ ਉਹ ਜਿਹੜਾ ਕਾਨਾਂ ਸਗਾ ਉਹ ਜੋ ਹੰਮੇ ਬੋਤਸਾ ਦੂਜਿਆਂ ਦੇ ਵਿੱਚ ਸ਼ਾਹ ਸੈਨ ਦਾ ਵੀ ਉਹ ਨਹੀਂ ਆਪਣੇ ਕਿਹਾ ਪਈ ਨਹੀਂ ਇਹ ਵੀ ਪੈਣੀ ਨਹੀਂ ਹੈ ਬਾਣੀ ਸ਼ਾਹ ਸੈਨ ਦੀ ਸ਼ਾਹ ਸੈਨ ਦੀ ਪਾਈ ਨਹੀਂ ਨਹੀਂ ਪਾਈ ਨਹੀਂ ਸ਼ਾਹ ਸੈਨ ਦੀ ਨਹੀਂ ਪਾਈ ਬਾਣੀ ਇਹ ਫੇ ਚਾਰੇ ਹੀ ਕਹਿੰਦੇ ਚਲੇ ਗਏ ਤਾਂ ਉਹ ਉਹ ਕਈ ਇਹ ਕਹਿੰਦੇ ਆ ਵੀ ਰਾਹ ਵਿੱਚ ਜਾ ਕੇ ਉਹ ਰਸਦਾ ਪਈਏ ਰਖਾਣਾ ਉਹਦੇ ਇਠਾ ਆ ਕੇ ਮਰ ਗਿਆ ਕੁਝ ਇਦਾਂ ਦੇ ਚਲੋ ਉਹਦੀ ਕੋਈ ਜੇ ਸੋ ਇਹ ਜਿਸ ਵੇਲੇ ਸਾਰੇ ਤੋਂ ਗਏ ਤਾਂ ਪੀਲੂ ਬੁਰਾ ਪਲਾ ਕੇ ਨਾ ਗਿਆ ਪੀਲੂ ਬੁਰਾ ਪਲਾ ਕੀ ਕੀਤਾ ਗਿਆ ਕਈ ਬੰਦੇ ਮਗਰੋਂ ਇਹ ਵੀ ਇਹ ਕਹਿੰਦੇ ਆ ਵੀ ਪੀਲੂ ਦਾ ਵੀ ਰੋਲ ਹੈਗਾ ਐਗਜ਼ੀਕਿਊਸ਼ਨ ਦੇ ਵਿੱਚ ਇਜਾ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਪੀਲੂ ਨੇ ਵੀ ਐਟਮੋਸਫੀਅਰ ਨੂੰ ਜਿਹੜਾ ਹੈਗਾ ਜ਼ਹਿਰੀਲਾ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਇਆ ਜਾ ਕੇ ਕੰਨ ਭਰੇ ਜਾ ਕੇ ਉੱਥੇ ਦੇ ਜਿਹੜੇ ਕਿਉਂਕਿ ਉਹਦਾ ਉਹ ਦਰਜ ਨਹੀਂ ਕੀਤਾ ਉਹ ਕਹਿੰਦਾ ਸੀ ਵੀ ਕੀ ਕੀਤਾ ਨਹੀਂ ਹੈ ਜਾ ਕੇ ਸੋ ਉਹਦੇ ਨਾਲ ਫਿਰ ਉਹਨੇ ਬਾਣੀ ਇਕੱਠੀ ਕਰਨ ਦੇ ਲਈ ਬਾਣੀ ਉਸ ਵੇਲੇ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਸੀਗੀ ਉਹ ਜਿਹੜੀ ਸੀਗੀ ਉਹ ਗੁਰੂ ਅਮਰਦਾਸ ਜੀ ਦੇ ਲੜਕੇ ਬਾਬਾ ਮੂਹਨ ਕੋਲ ਸੀਗੀ ਅੱਛਾ ਜੀ ਕਿਵੇਂ ਬਾਬਾ ਮੋਹਨ ਕੋਲ ਗਏ ਬਾਬਾ ਮੋਹਨ ਕੋਲੋਂ ਜਿਹੜੀ ਹੈਗੀ ਨਹੀਂ ਬਾਣੀ ਕੁਝ ਪਹਿਲਾਂ ਤੋਂ ਕਹਿੰਦੇ ਉਹ ਨਹੀਂ ਨਹੀਂ ਮੰਨੇ ਨਹੀਂ ਕਰ ਇਹ ਨਹੀਂ ਵੇ ਅਵੈਂਚੂਰਲੀ ਉਹ ਨਹੀਂ ਬਾਣੀ ਦਿੱਤੀ ਪਰ ਉਹਦੇ ਵਿੱਚ ਤੁਸੀਂ ਐਡ ਕਰ ਲਓ ਸੋ ਉਹਨੀ ਫੇ ਉਹ ਬਾਣੀ ਤੇ ਪਹਿਲੇ ਤਿੰਨਾਂ ਗੁਰੂਆਂ ਦੀ ਬਾਣੀ ਉੱਥੋਂ ਮਿਲ ਗਈ ਚੌਥੇ ਗੁਰੂ ਸਾਹਿਬ ਦੀ ਜਿਹੜੀ ਬਾਣੀ ਸੀ ਉਹ ਤਾਂ ਉਹਨਾਂ ਦੇ ਪਿਤਾ ਜੀ ਸੀ ਉਹਨਾਂ ਦੇ ਕੋਲੇ ਸੀਗੀ ਬਾਣੀ ਉਹਨਾਂ ਦੀ ਹੋ ਸੀ ਤਾਂ ਸਭ ਤੋਂ ਵੱਧ ਜਿਹੜੀ ਬਾਣੀ ਉਹ ਉਹਨਾਂ ਦੀ ਆਪਣੀ ਸੀ ਅੱਛਾ ਮੇਰਾ ਖੈ 220 ਕੁਛ ਲੋਕ ਸੀ ਉਹਨਾਂ ਦੇ ਠੀਕ ਹੈ ਤਾਂ ਪਹਿਲੇ ਗੁਰੂ ਸਾਹਿਬ ਦੇ 900 ਕੁਛੇ ਦੂਜਿਆਂ ਦੇ 600 ਇਹਦਾ ਮੈਨੂੰ ਹੁਣ ਭੁੱਲ ਗਿਆ ਜਾ ਕੇ ਸਾਰਿਆਂ ਦੇ ਸੀ ਲੋਕ ਸੀਗੇ ਪਰ ਉਹਨਾਂ ਦੀ ਬਾਣੀ ਸਭ ਤੋਂ ਵੱਧ ਸੀ। ਉਹਨੇ ਫੇ ਉਹ ਸਾਰੀ ਬਾਣੀ ਇਕੱਠੀ ਕਰਕੇ ਜੀ ਤੇ ਉਹਨੇ ਕਿਹਾ ਪੇ ਫੇ ਭਾਈ ਗੁਰਦਾਸ ਨੂੰ ਨਹੀਂ ਕਿਹਾ ਵੀ ਤੁਸੀਂ ਲਿਖੋ। ਹੂੰ ਤਾਂ ਫੇ ਉਹ ਇੱਕ ਜਗ੍ਹਾ ਤੇ ਬੈਠ ਗਿਆ ਜੀ ਤੇ ਗੁਰੂ ਸਾਹਿਬ ਲਿਖਾਉਂਦੇ ਗਏ ਉਹ ਲਿਖਦੇ ਤੇ ਉਹ ਲਿਖਦੇ ਗਏ ਤਾਂ ਉਹਦੇ ਲਿਖਣ ਦੇ ਨਾਲ ਫੇਰ ਉਹਨੇ ਇੱਕ ਇਹੋ ਜਿਹਾ ਗ੍ਰੰਥ ਬਣਾ ਦਿੱਤਾ ਜਾਨੀ ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਆ ਇਹਦੇ ਵਿੱਚ ਗ੍ਰਸਤ ਨੂੰ ਹੀ ਸਪਿਰਚੁਅਲ ਬਣਾਤਾ ਨਹੀਂ। ਹਾਂਜੀ। ਦੇਖੋ ਹੁਣ ਉਸ ਵੇਲੇ ਕੀ ਆ ਉਸ ਵੇਲੇ ਦੋ ਦੋ ਚੱਲ ਚੱਲ ਰਹੀਆਂ ਸੀ। ਇੱਕ ਤਾਂ ਐਸੀ ਕਿ ਸਪਿਰਚੁਅਲਿਜ਼ਮ ਵਾਲ ਨੂੰ ਇੱਕ ਸੀ ਦੁਨੀਆਵੀ ਗੱਲ ਨੂੰ। ਇੱਕ ਤੋਂ ਮੈਂ ਹੋਰ ਗੱਲ ਦੱਸਣਾ ਚਾਹਾਂਗੇ। ਉਹ ਜਿਸ ਵੇਲੇ ਗੁਰੂ ਸਾਹਿਬ ਇੱਧਰ ਇੱਕ ਸਪਿਰਚੁਅਲ ਗ੍ਰੰਥ ਬਣਾ ਰਹੇ ਸੇ ਉਧਰ ਇੰਗਲੈਂਡ ਦੇ ਵਿੱਚ ਸ਼ੇਕਸਪੀਅਰ ਲਿਖ ਰਿਹਾ ਸੀ। ਉਹ ਵੀ 1500 ਦੇ ਏਸੀ ਟਾਈਮ ਦਾ ਇਹਨਾਂ ਦਾ ਸਮਕਾਲੀ ਹੋਇਆ। ਅੱਛਾ ਜੀ। ਸ਼ੇਕਸਪੀਅਰ ਜਿਹੜਾ ਹੋਇਆ ਇਹ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਹੋਇਆ। ओके ਉਹ ਆਪਣੇ ਫੀਲਡ ਦੇ ਵਿੱਚ ਬਹੁਤ بڑا ਪੋਇਟ ਹੋਇਆ ਇਹ ਆਪਣੇ ਫੀਲਡ ਦੇ ਵਿੱਚ ਬਹੁਤ بڑے ਪੋਇਟ ਹੋਏ ਜਾਂ ਕੇ ਉਹਨੂੰ ਉਧਰੋਂ ਉਹ ਦੁਨੀਆ ਦੇ ਟਾਪ ਦੀ ਲਿਖੀ ਲਿਖਤ ਜਿਹੜੀ ਸੀ ਇਹ ਨਹੀਂ ਆਪਣੇ ਤੌਰ ਤੇ ਲਿਖੀ ਪਰ ਇਹਦੀ ਇੱਕ ਗੱਲ ਇਹ ਕੀਤੀ ਵੀ ਇਹਦੀ ਗ੍ਰਸਤ ਨੂੰ ਸਪਿਰਚੁਅਲ ਬਣਾਤਾ ਇਹ ਕਿਹੋ ਜੀ ਬਾਣੀ ਹੈ ਕਿ ਇਹੋ ਜਿਹਾ ਗ੍ਰੰਥ ਬਣਾਇਆ ਜਿਹੜਾ ਆਪਣੇ ਆਪ ਦੇ ਵਿੱਚ ਸਪਿਰਚੁਅਲ ਵੀ ਹੈ ਤੇ ਆਪਣੇ ਆਪ ਦੇ ਵਿੱਚ ਗ੍ਰਸਤੀ ਵੀ ਹੈ ਇਹ ਕਿਦਾਂ ਦਾ ਇਹ ਇਦਾਂ ਫੇਰ ਮੰਨਿਆ ਜਾਂਦਾ ਪਈ ਇਹ ਇੱਕ ਯੂਨੀਕ ਗ੍ਰੰਥ ਬਣਿਆ ਇੱਕ ਇਦਾਂ ਦਾ ਗ੍ਰੰਥ ਗ੍ਰੰਥ ਬਣਿਆ ਜਿਸ ਗ੍ਰੰਥ ਵਿੱਚ ਪਹਿਲਾਂ ਕਦੇ ਇਦਾਂ ਨਿਕ ਪਹਿਲਾਂ ਕਦੇ ਜਾ ਉਦਾਂ ਆ ਜਾਂਦਾ ਸੋ ਇਹਦੇ ਵਿੱਚ ਇਦਾਂ ਦੀ ਗੱਲ ਜਿਹੜੀ ਉਹ ਬਣੀ ਜਾਈ ਨਹੀਂ ਤੇ ਉਹਦੇ ਜਿਹਨੂੰ ਕਹਿੰਦੇ ਆਪਾਂ ਰਾਜਮੇ yog ਭਈ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਯਾਨੀ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਆਪਣੇ ਆਪਣੀ ਅੰਦਰਸਤੀ ਜੀਵਨ ਨੂੰ ਗੁਜ਼ਾਰਦੇ ਹੋਏ ਹਾਂ ਪਵਿੱਤਰ ਰਹਿਣਾ ਤੁਸੀਂ ਇਹ ਉਹਦੇ ਵਿੱਚ ਪਵਿੱਤਰ ਰਹਿਣਾ ਤੁਸੀਂ ਹੈਗਾ ਤੇ ਉਹ ਹੁਣ ਉਸ ਵੇਲੇ ਤਿੰਨਸਾ ਪੂਰੀ ਤੁਸੀਂ ਦੇਖੋ ਆਰਗੇਨਾਈਜੇਸ਼ਨ ਬਣ ਚੁੱਕੀ ਸੀ ਗੁਰੂ ਸਾਹਿਬ ਦੇ ਹੁਣ ਆਪਾਂ ਕਰਦੇ ਆ ਅਗਲੇ ਮਸੰਤ ਸਿਸਟਮ ਤੇ ਕਰਾਂਗੇ ਜਾ ਕੇ ਸੋ ਉਸ ਵੇਲੇ ਹੁਣ ਤਕਰੀਬਨ ਮੁਕੰਮਲ ਹੋ ਰਹੀ ਆ ਆਰਗੇਨਾਈਜੇਸ਼ਨ ਹੌਲੀ ਹੌਲੀ ਮੁਕੰਮਲ ਹੋ ਰਹੀ ਆ ਹੁਣ ਇੱਕ ਉਹ ਧਾਰਮਿਕ ਸਥਾਨ ਜਿਹਦੇ ਇੱਕ ਗੁਰੂ ਹੈਗਾ ਉਹਨਾਂ ਦੀ ਹੁਣ ਇੱਕ ਗੁਰੂ ਗ੍ਰੰਥ ਵੀ ਉਹਨਾਂ ਦਾ ਬਣ ਗਿਆ ਠੀਕ ਹੈ ਉਹ ਗ੍ਰੰਥ ਬਣ ਗਿਆ ਹੁਣ ਇਹ ਜਿਸ ਵੇਲੇ ਗ੍ਰੰਥ ਦੀ ਸਥਾਪਨਾ ਹੋਈ ਤਾਂ ਉਹਦੇ ਵਿੱਚ ਫਿਰ ਜਿਹੜੇ ਇਹਨਾਂ ਦੇ ਵਿਰੋਧੀ ਸੀਗੇ ਉਹਨੇ ਅਕਬਰ ਕੋਲ ਰਿਪੋਰਟ ਕੀਤੀ ਜਾ ਕੇ ਪੀ ਇਹ ਕੋਈ ਹੋਜਿਆ ਗ੍ਰੰਥ ਹੈ ਜਿਹੜਾ ਇਸਲਾਮ ਦੇ ਵੀ ਖਿਲਾਫ ਆ ਬਾਕੀ ਗੁਰੂ ਧਰਮਾਂ ਦੇ ਵੀ ਖਿਲਾਫ ਆ ਇਹ ਤੇ ਐਕਸ਼ਨ ਲਿਆ ਜਾਵੇ ਉਹ ਕਿਹਾ ਜਾਂਦਾ ਵੀ ਅਕਬਰ ਨੇ ਫਿਰ ਕਾਪੀ ਮਗਵਾਈ ਇਹਦੀ ਅਕਬਰ ਨੇ ਕਾਪੀ ਮਗਵਾਈ ਤੇ ਮਗਾਇਏ ਕੇ ਤੇ ਉਹਦਾ ਮਤਾਇਲਾ ਕੀਤਾ ਉਹਦੀ ਸਟੱਡੀ ਕਰਕੇ ਉਹਦੇ ਕਮੈਂਟ ਇਹ ਸੀਗੇ ਵੀ ਇਹ ਨਹੀਂ ਇਦਾਂ ਦਾ ਤਕਰਾਂ ਤੇ ਹੀ ਨਹੀਂ ਬਣਿਆ ਨਹੀਂ ਇਹ ਕੋਈ ਸ਼ਿਕਾਇਤ ਵਾਲੀ ਗੱਲ ਨਹੀਂ ਹੈ ਜਾ ਕੇ ਇਹ ਤਾਂ ਹਿਮੈਨਿਟੀ ਦਾ ਗ੍ਰੰਥ ਹੈ ਇਨਸਾਨੀਅਤ ਦਾ ਗ੍ਰੰਥ ਹੈ ਕਿਉਂਕਿ ਅਕਬਰ ਨੇ ਆਪ ਵੀ ਦੀਨ ਇਲਾਹੀ ਵਾਲ ਨੂੰ ਤੁਰਿਆ ਸੀਗਾ ਉਹ ਵੀ ਕਿ ਇਦਾਂ ਦਾ ਦੀਨ ਬਣਾਉਣਾ ਜਿਹੜਾ ਸਾਰਿਆਂ ਦੇ ਦਿੰਦਾ ਹੋਵੇ ਸੋ ਅਕਬਰ ਨੇ ਜਿਹੜੀ ਹੈਗੀ ਉਹ ਦੇਤਾਪੈ ਨਹੀਂ ਇਹ ਨਹੀਂ ਹੈਗੀ ਹੈ ਕਿਉਂਕਿ ਉਹਦੇ ਵਿੱਚ ਸ਼ੇਖ ਫਰੀਦ ਦੇ ਵੀ ਸ਼ਲੋਕ ਸੀਗੇ ਜਾ ਕੇ ਉਹਦੇ ਵਿੱਚ ਹਿੰਦੂ ਭਗਤਾਂ ਦੇ ਵੀ ਸ਼ਲੋਕ ਸੀਗੇ ਜਾ ਕੇ ਸੋ ਇਸ ਕਰਕੇ ਉਹ ਹੋ ਗਿਆ ਪਰ ਇਹਦੇ ਨਾਲ ਕੀ ਹੋਇਆ ਕਿ ਇੱਕ ਇਹੋ ਜਿਹਾ ਗ੍ਰੰਥ ਮਿਲ ਗਿਆ ਜਿਹੜਾ ਹੁਣ ਤੱਕ ਸਿੱਖ ਕੌਮ ਦੀ ਅਗਵਾਈ ਕਰ ਰਿਹਾ ਹੈ ਹੁਣ ਤੱਕ ਤੋ ਇਹਦੀ ਜਿਹੜੀ ਹੈਗੀ ਆ ਇਹਦੀ ਸਥਾਪਨਾ 1604 ਦੇ ਵਿੱਚ ਹੋਈ ਹੈ ਸੋ 1604 ਦੇ ਵਿੱਚ ਕਰਕੇ ਹਰਮੰਦਰ ਸਾਹਿਬ ਦੇ ਵਿੱਚ ਰੱਖੀ ਗਈ ਤੇ ਬਾਬਾ ਬੁੱਢੇ ਨੂੰ ਇਹਦਾ ਪਹਿਲਾ ਹੈਡ ਗ੍ਰਾਂਥੀ ਥਾਪਿਆ ਗਿਆ ਜਾ ਕੇ ਉਹਦੇ ਵਿੱਚ ਤੇ ਹੋਰ ਜਿਹੜੀ ਪੰਜਵੇਂ ਪਾਤਸ਼ਾਹ ਨੇ ਉਹ ਕੰਟਰੀਬਿਊਸ਼ਨਸ ਕੀਤੀਆਂ ਖਾਸ ਤੌਰ ਤੇ ਇਹਨਾਂ ਦੀ ਬਾਣੀ ਹੈ ਜਿਹੜੀ ਉਸ 'ਚ ਦਰਜ ਕੀਤੀ ਗਈ ਪਰ ਸਰ ਉਹਦੇ ਬਾਰੇ ਵੀ ਇੱਕ ਜ਼ਰੂਰ ਬਰੀਫਲੀ ਦੱਸ ਦਿਓ ਕਿ ਉਹਦੇ ਵਿੱਚ ਹੋਰ ਕੀ ਗੱਲਬਾਤ ਆ ਮੌਦ ਦਾ ਕਾਫੀ ਜ਼ਿਕਰ ਆ ਉਹਦੇ ਵਿੱਚ ਦੇਖੋ ਥਿੰਦ ਸਾਹਿਬ ਇੱਕ ਮੈਂ ਇੱਕ ਤੁਹਾਨੂੰ ਦੱਸਦਾ ਮੈਨੂੰ ਸਿੱਖ ਇਤਿਹਾਸ ਬਾਰੇ ਤਾਂ ਥੋੜਾ ਜਿਹਾ ਗਿਆਨ ਹੈਗਾ ਬਾਕੀ ਜੇ ਕੋ ਸਿੱਖ ਬਾਣੀ ਬਾਰੇ ਮੈਨੂੰ ਬਹੁਤਾ ਗਿਆਨ ਨਹੀਂ ਹੈ ਬਹੁਤ ਮੋਟਾ ਮੋਟਾ ਹੀ ਹੈ ਜਿੰਨਾ ਕਹਿ ਗਾ ਇਸ ਕਰਕੇ ਇਹਦੇ ਤੇ ਮੈਂ ਗੱਲ ਨਹੀਂ ਕਰ ਸਕੂਗਾ ਆਈ ਐਮ ਸੌਰੀ ਫॉर दैट ਕਿਉਂਕਿ ਮੈਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ ਹੈ ਅੱਛਾ ਇਹ ਤੁਸੀਂ ਕਿਸੇ ਹੋਰ ਨੂੰ ਸਦੋ ਦੱਸੋ ਅੱਛਾ ਅਗਲੀ ਜਿਹੜੀ ਉਹਨਾਂ ਦੀ ਚੀਜ਼ ਹੈ ਉਹ ਹੈਗੀ ਆ ਜੀ ਹਰਮੰਦਰ ਸਾਹਿਬ ਦੀ ਸਥਾਪਨਾ ਇਹ ਬਹੁਤ ਬੜੀ ਕੰਟਰੀਬਿਊਸ਼ਨ ਇਹ ਗੁਰੂ ਸਾਹਿਬ ਨੇ ਫੇਰ ਕਿਹਾ ਵੀ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਵੀ ਉਹ ਨਹੀਂ ਕਿਹਾ ਵੀ ਜੇ ਨਵੇਂ ਧਰਮ ਨੇ ਐਸਟੈਬਲਿਸ਼ ਕਰਨਾ ਤੇ ਉਹਨੂੰ ਇੱਕ ਆਪਣੇ ਗ੍ਰੰਥ ਦੀ ਲੋੜ ਆ ਉਦਾਂ ਹੀ ਉਹਨਾਂ ਨੂੰ ਇੱਕ ਸੈਂਟਰਲ ਪਲੇਸ ਦੀ ਵੀ ਲੋੜ ਹੈ ਵਰਸ਼ਪ ਦੀ ਜਗਾ ਦੇ ਲਈ ਵੀ ਪੂਜਾ ਪਾਠ ਕਰਨ ਦੇ ਲਈ ਵੀ ਇੱਕ ਜਿੱਥੇ ਸਿੱਖ ਆ ਸਕਣ ਔਰ ਆਪਣੇ ਸ਼ਰਧਾ ਦੇ ਨਾਲ ਮੱਥਾ ਟੇਕ ਸਕਣ ਔਰ ਉੱਥੋਂ ਗਾਈਡੈਂਸ ਲੈ ਸਕਣ ਇਹ ਜਿੱਦਾਂ ਉਹ ਨਹੀਂ ਹੁਣ ਦੇਖਿਆ ਮੈਂ ਵੀ ਜਿੰਨੇ ਵੀ ਪਹਿਲਾਂ بڑے ਧਰਮ ਹੈਗੇ ਆ ਉਹਨਾਂ ਸਾਰਿਆਂ ਕੋਲ ਆਪਣੀ ਆਪਣੀ ਸੈਂਟਰਲ ਪਲੇਸਸ ਹੈਗੀ ਉਹਨਾਂ ਕੋਲ ਮੁਸਲਮਾਨਾਂ ਦੇ ਕੋਲ ਮੱਕਾ ਸ਼ਰੀਫ ਹੈਗੇ ਆ ਜੀ ਤੇ ਹਿੰਦੂਆਂ ਕੋਲੇ ਹਰਦੁਆਰ ਹੈ ਆ ਉਧਰ ਕ੍ਰਿਸਚੀਅਨ ਯਰੂਸ਼ਲਮ ਹੈਗੇ ਆ ਇਹਨਾਂ ਸਾਰਿਆਂ ਕੋਲੇ ਉਹ ਫਿਕਰ ਨਹੀਂ ਕਿ ਵੀ ਇੱਥੇ ਸਾਨੂੰ ਵੀ ਇੱਕ ਲੋੜ ਆ ਇਹੋ ਜਿਹੇ ਮੰਦਿਰ ਦੀ ਇਹੋ ਜੀ ਜਗਾ ਦੀ ਜਿਹੜੀ ਇੱਕ ਸੈਂਟਰਲ ਪਲੇਸ ਬਣ ਜਵੇ ਜਾ ਕੇ ਅੱਛਾ ਉਸ ਵੇਲੇ ਹੁਣ ਜੇ ਆਪਣੇ ਗੁਰੂ ਨਾਨਕ ਦੇਵ ਜੀ ਦਾ ਵੀ ਦੇਖਿਆ ਤੇ ਉਹਨਾਂ ਦਾ ਜਨਮ ਹੋਰ ਜਗਾ ਹੋਇਆ ਪਹਿਲੀ ਐਕਟੀਵਿਟੀ ਹੋਰ ਜਗਾ ਹੋਈਆਂ ਆਖਰੀ ਜੇ ਟਾਈਮ ਉਹਨੇ ਹੋਰ ਜਗਾ ਤੇ ਰੱਖਿਆ ਜਾ ਕੇ ਸੋ ਕਿਸੇ ਦੀ ਚੋਣ ਨਹੀਂ ਹੋਈ ਘਰ ਮੈਂ ਇਹ ਚੋਣ ਹੋਈ ਇੱਥੇ ਇਹ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਬਣਾਇਆ ਫਿਰ ਨਹੀਂ ਹੁਣ ਇਹ ਜਿਹੜਾ ਹਰਿਮੰਦਰ ਸਾਹਿਬ 3 ਸਾਲ ਇੱਕ ਮੈਂ ਤੁਹਾਨੂੰ ਦੱਸ ਦਵਾਂ ਹਰਿਮੰਦਰ ਸਾਹਿਬ ਇੱਕ ਓਨਲੀ ਮੰਦਿਰ ਆ ਜਿਹੜਾ ਗੋੜ ਦਾ ਮੰਦਿਰ ਆ ਹੂੰ ਬਾਕੀ ਮੰਦਿਰ ਜਿਹੜੇ ਹੈਗੇ ਉਹ ਦੇਵੀ ਦੇਵਤਿਆਂ ਦੇ ਨਾਮ ਤੇ ਆ ਜਾ ਕੇ ਸ਼ਿਵ ਜੀ ਦੇ ਹਨੂਮਾਨ ਜੀ ਦੇ ਉਹ ਫਲਾਂ ਉਹ ਡਿਫਰੈਂਟ ਦੇਵੀ ਮਾਤਾ ਦਾ ਡਿਫਰੈਂਟ ਜੀ ਹਰੀ ਮੰਦਿਰ ਜਿਹੜਾ ਹੈ ਨਾ ਗੋੜ ਦਾ ਘਰ ਜਿਹੜਾ ਹੈ ਉਹ ਇੱਕੋ ਹੀ ਉਹਨੇ ਗੋੜ ਦਾ ਮੰਦਿਰ ਬਣਾਇਆ ਇੰਦਾ ਨਹੀਂ ਬਣਾਇਆ ਪਏ ਇਹ ਕਿਸੇ ਗੁਰੂ ਦਾ ਮੰਦਿਰ ਆ ਜਾਂ ਕਿਸੇ ਹੋਰ ਦਾ ਮੰਦਿਰ ਆ ਜਾਂ ਕਿਸੇ ਚੇਲੇ ਦਾ ਮੰਦਿਰ ਆ ਜਾਂ ਕਿਸੇ ਸਾਧ ਦਾ ਮੰਦਿਰ ਆ ਨੋ ਗੋੜ ਦਾ ਮੰਦਿਰ ਆ ਹਰੀ ਦਾ ਮੰਦਰ ਬਣਾਇਆ ਇੱਕ ਯੂਨਿਕ ਸਿਰਫ ਹਰੀ ਦਾ ਮੰਦਰ ਹੋਗਾ ਹੋਰ ਨਹੀਂ ਕਿਸੇ ਦਾ ਰਹਿ ਮੰਦਰ ਹੋਗਾ اچھا ਉਹਦੇ ਵਿੱਚ ਫੇਰ ਉਹ ਨਹੀਂ ਕੀਤਾ ਇਹ ਕੋਈ ਨਹੀਂ ਇਹ ਕੀਤਾ ਆਮ ਤੌਰ ਦੇ ਉੱਤੇ ਜਿਹੜਾ ਟੈਂਪਲ ਹੁੰਦਾ ਸੀ ਉਹਦਾ ਦਰਵਾਜ਼ਾ ਇੱਕ ਪਾਸੇ ਹੁੰਦਾ ਸੀ ਹੂੰ ਇਹਨੇ ਉਹਦੇ ਦਰਵਾਜ਼ੇ ਚਾਰੇ ਪਾਸੇ ਰੱਖੇ ਜੀ ਉਹਨੇ ਕਿਹਾ ਵੀ ਇਹ ਦਰਵਾਜ਼ੇ ਚਾਰੇ ਹੀ ਦਰਵਾਜ਼ੇ ਪਾਸੇ ਰੱਖਣ ਦਾ ਮਤਲਬ ਇਹ ਹੈਗਾ ਕਿ ਚਾਰੇ ਸਾਰਿਆਂ ਲਈ ਖੁੱਲਾ ਕੋਈ ਕਿਧਰੋਂ ਆ ਜਵੇ ਕੋਈ ਵੀ ਕਿਧਰੋਂ ਆ ਜਵੇ ਕਈ ਬੰਦੇ ਇਹ ਵੀ ਕਹਿੰਦੇ ਆ ਕਿ ਕਿਉਂਕਿ ਚਾਰ ਜਾਤਾਂ ਸੀਗੀਆਂ ਉਹ ਜਾਤ ਪਾਤ ਨੂੰ ਮਾਰਨ ਦੇ ਲਈ ਵੀ ਇਹਦੇ ਚਾਰ ਦਰਵਾਜ਼ੇ ਹੋ ਸਕਦਾ ਬਣਾਏ ਹੋਣ ਤਾਂ ਕਿ ਵੀ ਇਹਦੇ ਵਿੱਚ ਇਹ ਨਹੀਂ ਆ ਕਿ ਇੱਕੋ ਹੀ ਜਾਤ ਐਂਟਰ ਹੋ ਸਕਦੀ ਆ ਇਹ ਸਾਰੇ ਹੀ ਐਂਟਰ ਹੋ ਸਕਦੇ ਜਾ ਕੇ ਸੋ ਇਹ ਜਿਹੜਾ ਮੰਦਿਰ ਦੀ ਸਾਫ ਨਹੀਂ ਇਸ ਕਰਕੇ ਵੀ ਹੋਈ ਆ ਔਰ ਸਿੰਘ ਸਾਹਿਬ ਇੱਕ ਉੱਥੋਂ ਜਿਹੜੀ ਬਹੁਤ ਦੇ ਚਾਂਸਸ ਆ ਗਿਆ 90 95% ਇਹ ਗੱਲ ਸਹੀ ਮੰਨੀ ਜਾਂਦੀ ਹੈਗੀ ਜਾ ਕੇ ਕਿ ਉਹਦੀ ਜਿਹੜੀ ਨੀ ਸੀ ਉਹ ਮੀਆਂ ਮੀਰ ਤੋਂ ਰਖਾਈ ਹੁੰਦੀ ਹੂੰ ਮੀਆਂ ਮੀਰ ਜਿਹੜੇ ਆ ਉਹ ਇੱਕ ਮੁਸਲਮਾਨ ਸੂਫੀ ਫਕੀਰ ਸੀਗੇ ਉਹਨਾਂ ਦਾ ਮਕਬਰਾ ਉੱਥੇ ਲਾਹੌਰ ਦੇ ਵਿੱਚ ਹੈਗਾ ਮੈਂ ਵੀ ਗਿਆ ਉੱਥੇ ਜੀ ਤੇ ਇਹ ਨਹੀਂ ਉਹਨੂੰ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਦੀ ਨੀਂ ਰੱਖੋ ਆਗੇ ਹੂੰ ਉਹ ਇਸ ਗੱਲ ਕਰਕੇ ਵੀ ਇਹ ਇਦਾਂ ਨਹੀਂ ਹੈ ਵੀ ਇਹ ਕਿਸੇ ਕਿਸੇ ਪਾਰਟਿਕੂਲਰ ਪਾਰਟਿਕੂਲਰ ਸਿੱਖਾਂ ਰੇ ਵੰਦਰ ਹੈਗਾ ਜਾ ਕੇ ਇਹ ਸਾਰਿਆਂ ਦਾ ਮੰਦਰ ਹੈ ਸਾਰਿਆਂ ਦਾ ਖੁੱਲਾ ਹੈ ਹੰਦਰਾ ਕਿਉਂਕਿ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਵੀ ਆ ਉਹਨਾਂ ਦੀ ਆਪਣੀ ਜੋਤੀ ਜੋਤ ਸਮਾਏ ਹੈ ਡੈਥ ਹੋਈ ਹੈ ਉਸ ਵੇਲੇ ਵੀ ਜਿਹੜੀ ਉੱਥੇ ਪੱਥਰ ਲੱਗਾ ਹੈ ਉਹ ਤੇ ਇਹ ਲਿਖਿਆ ਨਾਨਕ ਸ਼ਾਹ ਫਕੀਰ Hindu ਕਾ ਗੁਰੂ ਮੁਸਲਮਾਨ ਕਾ ਪੀਰ ਸੋ ਉਸੇ ਟ੍ਰੈਡੀਸ਼ਨ ਨੂੰ ਬਰਕਰਾਰ ਰੱਖਦੇ ਹੋਏ ਜਾ ਕੇ ਉਹਨਾਂ ਦੀ ਮੀਆਂ ਮੀਰ ਨੂੰ ਬੇਨਤੀ ਕੀਤੀ ਪਰ ਤੁਸੀਂ ਆ ਕੇ ਨਹੀਂ ਇਹਦੀ ਨਹੀਂ ਰੱਖੋ ਸੋ ਇੱਕ ਮੁਸਲਮਾਨ ਨੇ ਉਹਦੀ ਨਹੀਂ ਰੱਖੀ ਜਾ ਕੇ ਸੋ ਜਿਹੜਾ ਇਹ ਮਗਰੋਂ ਆ ਕੇ ਕਹੀ ਜਾਂਦੇ ਆ ਜਾ ਕੇ ਜੀ ਵੀ ਇਹ ਤਾਂ ਮੁਸਲਮਾਨਾਂ ਦੇ ਖਿਲਾਫ ਜੰਗ ਸੀ ਗੁਰੂ ਸਾਹਿਬ ਮੁਸਲਮਾਨਾਂ ਦੇ ਖਿਲਾਫ ਤਾਂ ਜੰਗ ਹੋ ਹੀ ਨਹੀਂ ਸਕਦੀ ਸੀ ਕਿਸੇ ਦੀ ਕਿਸੇ ਵੀ ਗੁਰੂ ਸਾਹਿਬ ਦੀ ਕਿਉਂਕਿ ਮੁਸਲਮਾਨਾਂ ਨਾਲ ਤਾਂ ਕੋਈ ਰੌਲਾ ਨਹੀਂ ਜ਼ਾਲਮਾਂ ਦੇ ਖਿਲਾਫ ਜੰਗ ਹੋਈ ਹੈ ਸਿੱਖ ਜੰਦ ਦੀ ਜਿਹੜੀ ਆ ਜ਼ੁਲਮ ਦੇ ਖਿਲਾਫ ਲੜੇ ਆ ਕਿਸੇ ਕਿਸਮ ਦਾ ਵੀ ਜ਼ੁਲਮ ਹੋਵੇ ਪਰ ਦੇ ਹੈਪਨ ਟੂ ਬੀ ਜਿਹੜੇ ਸਕੇ ਉਸ ਵੇਲੇ ਉਹ ਮੁਸਲਮਾਨ ਹੁੰਦੇ ਸਕੇ ਤਾਂ ਉਹਦੇ ਫੇਰ ਉਹਨੇ ਕੀ ਕੀਤਾ ਮੰਦਿਰ ਜਿਹੜੇ ਬੜਬੜੇ ਉੱਚੇ ਮੰਦਿਰ ਸਕੇ ਇਨੀ ਕਹਿੰਨੇ ਸਭ ਤੋਂ ਨੀਵਾ ਹੋਊਗਾ अच्छा जी ਇਹ ਮੰਦਿਰ ਜਿਹੜਾ ਹੈਗਾ ਇਹ ਆਮ ਤੋਂ ਧੀਮਾ ਰੱਖਣਾ ਜਾ ਕੇ ਸੋ ਹਰਮੰਦਰ ਸਾਹਿਬ ਉਹਨ ਵੀ ਤੁਸੀਂ ਦੇਖੋ ਥੋੜਾ ਜਿਹੜਾ ਜਿਹੜਾ ਹੈਗਾ ਆ ਡਾਊਨ ਹੈ ਬਾਕੀ ਉਹਦਾ ਮਤਲਬ ਇਹ ਨਿਮਰਤਾ ਦਾ ਪ੍ਰਤੀਕ ਹੋਊਗਾ ਇਹ ਸਾ ਇਹ ਕੋਈ ਹੋਮੇ ਵਾਲੀ ਗੱਲ ਨਹੀਂ ਹੈ ਕਿ ਜਿਹੜਾ ਹੈਗਾ ਬਹੁਤ ਜ਼ਿਆਦਾ ਹੈ ਗਿਆ ਇਹ ਮਤਲਬ ਮੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਇਹ ਸਿੱਖ ਇਸ ਨੂੰ ਨਹੀਂ ਦਿੱਤੀਆਂ ਜਿਹੜੀਆਂ ਵੀ ਹਰ ਵੇਲੇ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲਾਂ ਜਿਹੜੀਆਂ ਹੈਗੀਆਂ ਰਹਿਣੀਆਂ ਚਾਹੀਦੀਆਂ ਜਾਤ ਪਾਤ ਹਰ ਵੇਲੇ ਔੜਨੀ ਚਾਹੀਦੀ ਹੈ ਤੁਹਾਡੇ ਬੰਦ ਦੇ ਵਿੱਚ ਹਿਊਮਿਲਟੀ ਹਰ ਵੇਲੇ ਰਹਿਣੀ ਚਾਹੀਦੀ ਹੈ ਮਤਲਬ ਇਹ ਦੇ ਇਹ ਦੇ ਵਿੱਚੋਂ ਜਾ ਕੇ ਔਰ ਨਾਲ ਜਿਹੜਾ ਹੈਗਾ ਇਹ ਇਹ ਮੁਸਲਮਾਨਾ ਵਗੈਰਾ ਦਾ ਕੋਈ ਇਹਦੇ ਵਿੱਚ ਨਹੀਂ ਸੋ ਇਹ ਇੱਕ ਵੱਡੀ ਕੰਟਰੀਬਿਊਸ਼ਨ ਕਿਉਂਕਿ ਹਰਮੰਦਰ ਸਾਹਿਬ ਨੇ ਫਿਰ ਆ ਰਹੇ ਟਾਈਮ ਦੇ ਵਿੱਚ ਕਿਉਂਕਿ ਹਰਮੰਦਰ ਸਾਹਿਬ ਨੂੰ ਨਹੀਂ ਤਲਾਬ ਤਾਂ ਪਹਿਲਾਂ ਹੀ ਜਿਹੜੇ ਆਪਣੇ ਸਰੋਵਰ ਤਾਂ ਬਣ ਚੁੱਕੇ ਸੀਗੇ ਜਾ ਕੇ ਸੋ ਉਹਦੇ ਵਿੱਚ ਬਣਾ ਕੇ ਇਹ ਹਰਮੰਦਰ ਸਾਹਿਬ ਨੇ ਫਿਰ ਸਿੱਖ ਮੂਵਮੈਂਟ ਨੂੰ ਇਨਸਪਾਇਰ ਬਹੁਤ ਕੀਤਾ। ਹਮ ਇਸ ਹਰਮੰਦਰ ਸਾਹਿਬ ਤੋਂ ਇਨਸਪੀਰੇਸ਼ਨ ਲੈ ਕੇ ਫਿਰ ਸਿੱਖ ਜਿਹੜੇ ਹੈਗੇ ਆ ਉਹ ਲੜਦੇ ਰਹੇ ਉਹ ਵਾਜ ਤੱਕ ਲੜੀਆਂ। ਉੱਥੋਂ ਇਨਸਪੀਰੇਸ਼ਨ ਲਈ ਜਾ ਕੇ ਔਰ ਹਰਮੰਦਰ ਸਾਹਿਬ ਨੂੰ ਬਾਅਦ ਦੇ ਵਿੱਚ ਕਈ ਵਾਰ ਸ਼ਾਸਕਾਂ ਨੇ ਉਟਾਇਆ ਬਿਰੂਦ ਨਾ ਉਡਾਇਆ ਹੁਣ ਇੱਥੇ ਫੇਰ ਵਾਲਾ ਪਾ ਦਿੰਦੇ ਜੀ ਉੱਥੇ ਜੀ ਮੁਸਲਮਾਨ ਨੇ ਉਡਾਇਆ ਮੁਸਲਮਾਨ ਨੇ ਨਹੀਂ ਉਡਾਇਆ ਜੇ ਕਿ ਉਹ ਸ਼ਾਸਕਨ ਹੈ ਜਿਹੜੇ ਜ਼ਾਲਮ ਰੂਲਰ ਸੇ ਉਹ ਨਹੀਂ ਉਡਾਇਆ ਉਹ ਹੈਪਨ ਟੂ ਬੀ ਸੀ ਵੀ ਉਹਨਾਂ ਦਾ ਰਿਲੀਜੀਅਨ ਉਸ ਵੇਲੇ ਉਹ ਮੁਸਲਮਾਨ ਧਰਮ ਸੀ ਜਾਂ ਉਹ ਇਸ ਗੱਲ ਨੂੰ ਯੂਜ਼ ਕਰਦੇ ਸੀਗੇ ਪੇ ਅਸੀਂ ਮੁਸਲਮਾਨ ਜਿਹੜੀ ਹੈਗੀ ਹੈ ਸਿੰਪਥੀ ਲੈ ਸਕੀ ਜਾ ਕੇ ਪਰ ਉਹਦੇ ਵਿੱਚ ਇਹ ਨਹੀਂ ਐ ਪੇ ਜਾ ਕੇ ਇਹ ਮੁਸਲਮਾਨ ਨਾ ਉਡਾਇਆ ਸੀਗਾ ਉਹ ਜ਼ਾਲਮਾਂ ਦਾ ਕੰਮ ਸੀਗਾ ਇਹ ਇਸ ਤਰ੍ਹਾਂ ਹਿਸਟਰੀ ਨੂੰ ਨਹੀਂ ਲੈਂਦੇ ਹੈ ਜਾ ਕੇ ਅੱਛਾ ਉਹ ਫੇਰ ਤੁਸੀਂ ਦੇਖੋ ਆ ਕਿ ਉਹਦੇ ਹੁਣ ਤੱਕ ਹੁਣ ਤੱਕ ਸਰਬ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਾਡੇ 골ਡਨ ਟੈਂਪਲ ਬਣ ਗਿਆ ਪਰ ਇਹ ਜਿਹੜੀ ਹੈ ਇਹ ਇਹਨਾਂ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ ਸਰ ਬੜੀਆਂ ਕੰਟਰੀਬਿਊਸ਼ਨਾਂ ਦੇ ਵਿੱਚੋਂ ਇੱਕ ਇਹ ਹੈ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਇਹਨਾਂ ਦਾ ਟਾਈਮ ਜਿਹੜਾ ਇਹ ਫੁੱਲ ਆਫ ਇਵੈਂਟਸ ਹੈਗਾ ਭਰੇ ਹੈਗਾ ਇਵੈਂਟ ਦੇ ਆ ਫਿਰ ਸਭ ਜਿਹੜਾ ਮਸੰਦਾਂ ਦਾ ਕਨਸੈਪਟ ਸੀ ਮਸੰਦ ਸਿਸਟਮ ਸੀ ਉਹ ਵੀ ਗੁਰੂ ਸਾਹਿਬ ਦੇ ਵੇਲੇ ਗੁਰੂ ਅਰਜਨ ਦੇਵ ਜੀ ਵੇਲੇ ਸਥਾਪਿਤ ਹੋਇਆ ਮੋ ਜਿਆਦਾ ਪਰ ਜਿਆਦਾ ਟਾਈਮ ਇਸ ਗੱਲ ਦੇ ਉੱਤੇ ਮੈਂ ਲਾਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਪੈਜ਼ੈਂਟ ਮੂਵਮੈਂਟ ਆ ਇਹਦੀ origin ਬਾਰੇ ਕੋਈ ਜਿਹੜੇ ਵਿਦਵਾਨ ਆਉਣ ਅੱਗੇ ਤਾਂ ਇੱਥੇ ਖੋਜ ਕਰਨ ਜਾ ਕੇ ਠੀਕ ਹੈ ਕਿਉਂਕਿ ਇਹ ਵੱਡੀ ਮੂਵਮੈਂਟ ਹੈ ਪੰਜਾਬ ਦੀ ਜਿਹੜੀ ਪੈਜ਼ੈਂਟ ਦੀ ਸਟਰਗਲ ਹੈ ਆਪਣੀਆਂ ਜ਼ਮੀਨਾਂ ਦੇ ਲਈ ਇਹ ਮੇਰੇ ਖਦ ਸ਼ੁਰੂ ਹੋ ਉਸ ਵੇਲੇ ਤੋਂ ਹੋਈ ਤਾਂ ਮੈਂ ਇਹਦੇ ਤੇ ਜਿਆਦਾ ਜੋਰ ਰੱਖਿਆ ਬਾਕੀ ਜਿਹੜਾ ਹੈਗਾ ਆਖਰ ਦੇ ਵਿੱਚ ਆਪਾਂ ਇਹ ਕਰ ਕਰ ਸਕਦੇ ਆਂ ਵੀ ਜਿਹੜਾ ਮਸੰਦ ਸਿਸਟਮ ਹੈ ਇਸ ਸਿਸਟਮ ਨੇ ਵੀ ਸਿੱਖੀਜ਼ਮ ਨੂੰ ਫੈਲਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮਸੰਦ ਸਿਸਟਮ ਦਾ ਸੀ ਮਸੰਦ ਹਮਤ ਉੱਚੀ ਜਗ੍ਹਾ ਤੇ ਬੈਠਣ ਵਾਲਾ ਬੰਦਾ ਜਿਹੜਾ ਸੀਗਾ ਉਹ ਗੁਰੂ ਸਾਹਿਬ ਨੇ ਫੇ ਕਈ ਤਾਂ ਕਹਿੰਦੇ ਵੀ ਸ਼ੁਰੂ ਦਾ ਸ਼ਾਇਦ ਗੁਰੂ ਗੁਰੂ ਰਾਮਦਾਸ ਦੇ ਵੇਲੇ ਵੀ ਥੋੜਾ ਜਿਹਾ ਹੋਇਆ ਸੀ ਇਹ ਪਰ ਇਹਦਾ ਅਸਲੀ ਰੂਪ ਦੇ ਵਿੱਚ ਜਿਹੜਾ ਆ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੇ ਵਿੱਚ ਇਹ ਹੈ ਇਹ ਬਹੁਤ ਇੰਪੋਰਟੈਂਟ ਰੋਲ ਕੀਤਾ ਹੈ ਡਿਵੈਲਪਮੈਂਟ ਸਿੱਖੀ ਦੇ ਡਿਵੈਲਪਮੈਂਟ ਦੇ ਵਿੱਚ ਸੋ ਉਹਦੇ ਵਿੱਚ ਕੀ ਹੋਇਆ ਪਹਿਲਾਂ ਤਾਂ ਇਹਦੇ ਨਾਲ ਇਹ ਹੋਇਆ ਕਿ ਸਿੱਖੀਸਮ ਦੀ ਜਾਂ ਗੁਰੂਸ਼ਿਪ ਦੀ ਸੈਂਟਰਲ ਪਾਵਰ ਦੀ ਫਾਈਨੈਂਸ਼ੀਅਲ ਬਹੁਤ ਚੰਗੀ ਹੋ ਗਈ ਫਾਈਨੈਂਸ਼ੀਅਲ ਪੋਜੀਸ਼ਨ ਬਹੁਤ ਚੰਗੀ ਹੋ ਗਈ ਕਿਉਂਕਿ ਗੁਰੂ ਸਾਹਿਬ ਨੇ ਉਸ ਵੇਲੇ ਕਹਿਤਾ ਪੇ ਹਰ ਸਿੱਖ ਜਿਹੜਾ ਉਹ ਦਸਵੰਦ ਦੇਵੇ ਦਸਵੰਦ ਦਾ ਕਨਸੈਪਟ ਵੀ ਤੋਂ ਸ਼ੁਰੂ ਹੋਇਆ ਜੀ ਦਸਵੰਦ ਉਹ ਦਸਵੰਦ ਇਕੱਠਾ ਕਰਨਾ ਸੀ ਉਹ ਮਸੰਦਾ ਨੇ ਕਰਨਾ ਸੀ ਔਰ ਮਸੰਦਾ ਨੇ ਬਹੁਤ ਵਧੀਆ ਕੰਮ ਕੀਤਾ ਸ਼ੁਰੂ ਦੇ ਵਿੱਚ ਸ਼ੁਰੂ ਦੇ ਵਿੱਚ ਸਿੱਖਿズム ਦਾ ਪ੍ਰਚਾਰ ਕਰਨ ਦੇ ਵਿੱਚ ਔਰ ਸਿੱਖਿズム ਦਾ ਸਿੱਖਿズム ਨੂੰ ਫਾਈਨੈਂਸ਼ੀਅਲ ਨੀਹਾਂ ਦੇ ਉੱਤੇ ਖੜਾ ਕਰਨ ਦੇ ਵਿੱਚ ਇਹ ਬੜਾ ਉਹਨੇ ਰੋਲ ਕੀਤਾ ਫਿਰ ਅਮਰ ਅਸਰ ਜੀ ਹਰਮੰਦਰ ਸਾਹਿਬ ਦੀ ਕਾਰ ਸੇਵਾ ਦੇ ਵਿੱਚ ਵੀ ਨਹੀਂ ਵਲੰਟੀਅਰ ਲੈਂਦੇ ਸੇਵਾਦਾਰ ਲੈਂਦੇ ਜਿਹਨੇ ਆਪਣੇ ਕੀਤਾ ਉਹ ਵੀ ਮਸੰਦਾਂ ਨੇ ਉਹਦੇ ਵਿੱਚ ਵੱਡਾ ਰੋਲ ਰੋਲ ਅਦਾ ਕੀਤਾ ਸੋ ਉਸ ਈਵਨ ਤੁਸੀਂ ਦੇਖੋ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਦੇ ਵਿੱਚ ਵੀ ਜਦੋਂ ਫੇ ਲੜਾਕੂਆਂ ਜੰਗਜੂਆਂ ਦੀ ਲੋੜ ਹੁੰਦੀ ਸੀ ਨਾ ਉਹ ਜੰਗਜੂ ਵੀ ਫਿਰ ਮਸੰਦਾਂ ਦੇ ਰਹੇ ਇਕੱਠੇ ਕੀਤੇ ਨਹੀਂ ਜਾ ਕੇ ਮਸੰਦ ਭਰਤੀ ਕਰਦੇ ਸੇ ਪਿੰਡਾਂ ਦੇ ਵਿੱਚੋਂ ਜੱਟਾਂ ਦੇ ਮੁੰਡਿਆਂ ਨੂੰ ਕਿ ਭਰਤੀ ਜਿਹੜਾ ਹੋਵੇ ਉੱਥੇ ਲੜਨਾ ਜਾ ਕੇ ਸੋ ਸਿੱਖ ਜੰਗਜੂਆਂ ਦਾ ਜਿਹੜਾ ਅਸੀਂ ਉਹ ਵੀ ਮਸੰਦਾਂ ਨੇ ਵੱਡਾ ਰੋਲ ਅਦਾ ਕੀਤਾ ਪੈਸੇ ਇਕੱਠੇ ਕਰਨ ਦੇ ਵਿੱਚ ਸਿਪਾਹੀ ਭਰਤੀ ਕਰਨ ਦੇ ਵਿੱਚ ਤੇ ਹੋਰ ਅੰਡਰਗਰਾਉਂਡ ਸੈੱਲ ਬਣਾਉਣ ਦੇ ਵਿੱਚ अच्छा दे दे वो जिस वेरे पे गुरु हरग빈 ਦੇ ਟਾਈਮ ਦੇ ਵਿੱਚ ਜਿਸ ਵੇਲੇ ਇਹ ਮੂਵਮੈਂਟ ਉਹ ਕਮ ਬੜਾ ਮਸੂਮ ਸੰਦਾਂ ਦਾ ਸਿਸਟਮ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਔਰ ਗੁਰੂ ਸਾਹਿਬ ਨੇ ਫਿਰ ਸਿੱਖ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨ ਦੇ ਵਿੱਚ ਮਸੰਦ ਸਿਸਟਮ ਦਾ ਬਹੁਤ ਵੱਡਾ ਰੋਲ ਆ ਪਰ ਹੌਲੀ ਹੌਲੀ ਇਹ ਸਿਸਟਮ ਜਿੱਦਾਂ ਆਪਾਂ ਨੂੰ ਪਤਾ ਫਿਰ ਖਰਾਬ ਹੁੰਦਾ ਗਿਆ ਇਹ ਫਿਰ ਪੈਸੇ ਖਾਣ ਲੱਗ ਪਏ ਮਸੰਦ ਆਪਣੇ ਕੋਲ ਰੱਖਣ ਲੱਗ ਪਏ ਆਪਾਂ ਪਹਿਲਾਂ ਤਾਂ ਹੀ ਜੁਡੀਸ਼ਰੀ ਕੰਮ ਵੀ ਇਹੀ ਕਰਦੇ ਸੀ ਕਿਉਂਕਿ ਉਸ ਵੇਲੇ ਫਿਰ ਸਿੱਖ ਜਿਹੜੇ ਸੀਗੇ ਬਹੁਤੇ ਮੁਗਲਾਂ ਦੀਆਂ ਕੋਰਟਾਂ ਦੇ ਵਿੱਚੋਂ ਜਾਣੋ ਹਟ ਗਏ ਉਹ ਆਪਣੇ ਫੈਸਲੇ ਮਸੰਦਾਂ ਦੇ ਰਾਹੀਂ ਕਰਾਉਣ ਲੱਗ ਪਏ ਅੱਛਾ ਸੋ ਉਹਦੇ ਨਾਲ ਕੀ ਹੋ ਗਿਆ ਜਾ ਕੇ ਇਹ ਸਾਰੀਆਂ ਚੀਜ਼ਾਂ ਨੇ ਥੈਂ ਸਰ ਜਾ ਕੇ ਬਾਅਦ ਵਿੱਚ ਆਪਾਂ ਕਰਾਂਗੇ ਅੱਜ ਤੱਕ ਹੁਣ ਆਪਣੇ ਕੋਲ ਹੈ ਨਹੀਂ ਜਾ ਕੇ ਕਿਸੇ ਸਮੇਂ ਨੈਕਸਟ ਰੱਖਾਂਗੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਬਾਰੇ ਉਹਦੇ ਬਾਰੇ ਉਹਦੇ ਵਿੱਚ ਵੀ ਰੋਲ ਇਹਨਾਂ ਦਾ ਹੈਗਾ ਜਾ ਕੇ ਮਸੰਦਾਂ ਮਸੰਦਾਂ ਦਾ ਰੋਲ ਇਸ ਕਰਕੇ ਆ ਕਿ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਵੀ ਇਹ ਤਾਂ ਇੱਕ ਆਰਗੇਨਾਈਜੇਸ਼ਨ ਬਣ ਗਈ ਤੇ ਜੁਡੀਸ਼ੀਅਲ ਕੰਮ ਵੀ ਇਹੀ ਕਰਨ ਲੱਗ ਪਏ ਹੁਣ ਜਾ ਕੇ ਜੇ ਤੁਹਾਡੇ ਦੋ ਸਿੱਖਾਂ ਦੇ ਵਿੱਚ ਝਗੜਾ ਹੁੰਦਾ ਸੀ ਉਹ ਮੁਗਲਾਂ ਦੀ ਕੋਰਟ ਵਿੱਚ ਜਾਣ ਦੀ ਬਜਾਏ ਉਹ ਮਸੰਦਾਂ ਦੀ ਕੋਰਟ ਵਿੱਚ ਆ ਜਾਂਦੇ ਸਨ ਔਰ ਇਹ ਮਸੰਦਾਂ ਜੋ ਨਹੀਂ ਫੈਸਲਾ ਹੁੰਦਾ ਸੀ ਤਾਂ ਗੁਰੂ ਸਾਹਿਬ ਦੀ ਕੋਰਟ ਦੇ ਵਿੱਚ ਆ ਜਾਂਦੇ ਹੁੰਦੇ ਸਨ ਔਰ ਉਸ ਵੇਲੇ ਆਮ ਇਹ ਹੋ ਗਿਆ ਸੀਗਾ ਜਾ ਕੇ ਕਿ ਉਹਨਾਂ ਨੂੰ ਜਿਹੜਾ ਹੈਗਾ ਟਰੂ ਕਿੰਗ ਕਹਿਣ ਲੱਗ ਪਏ ਸੀ ਕਿ ਅਸਲ ਜਿਹੜਾ ਸੱਚਾ ਪਾਤਸ਼ਾਹ ਹੈ ਉਹ ਆਇਆ ਸੱਚਾ ਬਾਸ਼ਾ ਜਿਹੜਾ ਉਹ ਮੁਗਲਾਂ ਨੂੰ ਹੋਇਆ ਇੱਕ ਕਿਸਮ ਦਾ ਫਾਲਸ ਕਿੰਗ ਕਹਿਣ ਲੱਗ ਪਏ ਸਵੇ ਨਹੀਂ ਅਸਲ ਸੱਚਾ ਬਾਸ਼ਾ ਹੈ ਸੋ ਇਹ ਸਾਰੀਆਂ ਚੀਜ਼ਾਂ ਨੇ ਅਫਯੋਦ ਕਰਾਂਗੇ ਜਦ ਕਿ ਤੇ ਪ੍ਰੋਗਰਾਮ ਹੈ ਅੱਜ ਦੇ ਲਈ ਸਿਰਫ ਮੇਰਾ ਖਲਾ ਪਾ ਇੰਨੇ ਕਰ ਲਾਂਗੇ ਐਂਡ ਦੇ ਵਿੱਚ ਮੇਰੀ ਫੇਰੇ ਇਹ ਆਪੀ ਲਿਆ ਜਿਹੜੀ ਪੈਜ਼ੈਂਟ ਮੂਵਮੈਂਟ ਦਾ ਆਗਾਜ਼ ਹੈ ਇਹਦੇ ਵਿੱਚ ਜੇ ਕਿਤੇ ਕੋਈ ਸਿੱਖ ਵਿਦਵਾਨ ਜਾਂ ਸਿੱਖ ਰਿਸਰਚ ਸਕਾਲਰ ਸੁਣਦੇ ਹੋਣ ਤੇ ਇਹ ਤੇ ਕੰਮ ਜ਼ਰੂਰ ਕਰਨੋ ਥੈਂਕ ਯੂ ਵੈਰੀ ਮਚੀ ਸਰ ਬਹੁਤ ਮਿਹਰਬਾਨੀ ਸ਼ੁਕਰੀਆ